ਮੇਰੇ ਪਿਆਰੇ ਦੇਸ਼ਵਾਸੀਓ ਆਜ਼ਾਦੀ ਦੇ ਇਸ ਪਾਵਨ ਪਰਵ ਦੀ ਸਭਨੇ ਦੇਸ਼ਵਾਸੀਆਂ ਦੀ ਵਧਾਈ ਤੇ ਮਤੀਆਂ-ਮਤੀਆਂ ਸ਼ੁਭਕਾਮਨਾ ਅੱਜ ਜਿਹੜਾ ਅਸ ਆਜ਼ਾਦ ਭਾਰਤ ਵਿੱਚ ਸਾਹ ਲੈ ਕਰਨਿਆ ਉਹਦੇ ਪਿੱਛੇ ਮਾਂ ਭਾਰਤੀ ਦੇ ਲੱਖੇ ਪੁੱਤਰੇ ਧੀਏ ਉਹਦਾ ਤਿਆਗ ਉਹਦਾ ਬਲੀਦਾਨ ਤੇ ਮਾਂ ਭਾਰਤੀ ਦੀ ਆਜ਼ਾਦ ਕਰਾਉਣੇ ਦੇ ਪ੍ਰਤੀ ਉਹਦਾ ਸਮਰਪਣ ਅੱਜ ਐਸੇ ਸਭਨੇ ਸਾਡੇ ਸੁਤੰਤਰਤਾ ਸਨਾਨੀਆਂ ਦਾ ਆਜ਼ਾਦੀ ਦੇ ਵੀਰੇਆਂ ਦਾ ਨਰ ਬਾਂਕਰੇ ਦਾ ਵੀਰਸ਼ੀ ਦੇ ਦਾ ਨਮਨ ਕਰਨੇ ਦਾ ਇਹ ਪਰਵ ਹੈ ਸਾਡੇ ਫੌਜ ਦੇ ਜਵਾਬ ਜਵਾਨ ਸਾਡੇ ਨੀਮ ਫੌਜੀ ਬਲ ਸਾਡੇ ਪੁਲਸੇ ਦੇ ਜਵਾਨ ਸੁਰੱਖਿਆ ਬਲ ਕੰਨੇ ਜੁੜੇ ਦੇ ਅਰ ਕੋਈ ਮਾਂ ਭਾਰਤੀ ਦੀ ਰਾਖੀ ਚ ਜੁਟੇ ਦੇ ਰਹੁੰਦੇ ਨ ਆਮ ਮਨੁੱਖਿਆ ਦੀ ਸੁਰੱਖਿਆ ਚ ਜੁਟੇ ਦੇ ਰਹੁੰਦੇ ਨ ਅੱਜ ਉਹਨੇ ਸਭਨੇ ਕੀ ਵੀ ਦਿਲ ਕੰਨੇ ਆਦਰ ਕੰਨੇ ਚੇਤਾ ਕਰਨੇ ਦਾ ਉਹਦੇ ਮਹਾਨ ਤਿਆਗ ਤਪੱਸਿਆ ਕੀ ਨਮਨ ਕਰਨੇ ਦਾ ਪਰਵ ਹੈ ਇੱਕ ਨਾ ਹੋਰ ਸ਼੍ਰੀ ਅਰਵਿੰਦ ਘੋਸ਼ ਕ੍ਰਾਂਤੀ ਦੂਤ ਹਨ ਲਈ ਹੈ ਅਧਿਆਤਮ ਦੀ ਯਾਤਰਾ ਅੱਜ ਉਹਦੇ ਸੰਕਲਪ ਉੰਦੀ ਜਰਮ ਜਨਮਤੀ ਹੈ ਅਸੀਂ ਉਹਦੇ ਸੰਕਲਪ ਹੈਗੀ ਸਾਡੇ ਸੰਕਲਪ ਹੈਗੀ ਪੂਰਾ ਕਰਨੇ ਲਈ ਉੰਦੀ ਤਰਫਾ ਅਸ਼ੀਰਵਾਦ ਬਣੇ ਦੇ ਰਹਿਣ ਆਸਿਕ ਖਾਸ ਪਰਿਸਥਿਤੀ ਚ ਲੰਗਾ ਕਰਨੇ ਆ ਅੱਜ ਨਿੱਕੇ ਨਿੱਕੇ ਜਾਗਤ ਮੇਰੇ ਸਾਹਮਣੇ ਨਜ਼ਰ ਨਹੀਂ ਆਵਾ ਕਰਦੇ ਭਾਰਤ ਦੇ ਉਜਵਲ ਭਵਿੱਖ ਦੀ ਕਰੋਨਾ ਨੇ ਸਭਨੇ ਕੀ ਰੋਕੇ ਦਾ ਹੈ ਇਸ ਕਰੋਨਾ ਦੇ ਸਮੇਂ ਚ ਲਕਸ਼ਯਾਵਧੀ ਕਰੋਨਾ ਵਾਰੀਅਰਸ ਭਾਵੇਂ ਡਾਕਟਰ ਹੋਣ ਨਰਸਾਂ ਹੋਣ ਸਫਾਈ ਕਰਮੀ ਹੋਣ ਐਂਬੂਲੈਂਸ ਚਲਾੜਿਆਂ ਵਾਲੇ ਹੋਣ ਲੋਕ ਹੋਣ ਕਿਸ-ਕਿਸ ਦੇ ਨਾਂ ਗਿਨਾਗਾ ਉਹਨੇ ਲੋਕਾਂ ਇਹਨੇ ਲੰਮੇ ਸਮੇਂ ਤੱਕ ਜਿਸ ਚਾਲੀ ਕਨੇ ਸੇਵਾ ਪਰਮੋ ਧਰਮ ਇਸ ਮੰਤਰ ਕੀ ਜੀਏ ਦੱਸਿਆ ਹੈ ਪੂਰੇ ਸਮਰਪਣ ਭਾਵ ਕੰਨੇ ਮਾਂ ਭਾਰਤੀ ਦੇ ਪੁੱਤਰੇ ਦੀ ਸੇਵਾ ਕੀਤੀ ਹੈ ਐਸੇ ਸਭਨੇ ਕਰੋਨਾ ਵਾਰੀਅਰਸ ਕੀ ਵੀ ਮੈਂ ਅੱਜ ਨਮਨ ਕਰਨਾ ਇਸ ਕਰੋਨਾ ਦੇ ਸਮੇਂ ਚ ਨੇਕਾਂ ਸਾਡੇ ਭਰਾ ਭੈਣ ਇਸ ਕਰੋਨਾ ਦੇ ਸੰਕਟ ਇਚ ਪ੍ਰਭਾਵਿਤ ਹੋਏ ਨੇ ਕਈ ਪਰਿਵਾਰ ਪ੍ਰਭਾਵਿਤ ਹੋਏ ਨੇ ਕਈਆਂ ਆਪਣੀ ਜਾਨ ਵੀ ਗੁਆਈ ਹੈ ਮੈਂ ਐਸੇ ਸਭਨੇ ਪਰਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਪ੍ਰਗਟ ਕਰਨਾ ਤੇ ਇਸ ਕਰੋਨਾ ਦੇ ਖਿਲਾਫ ਮਿੱਗੀ ਯਕੀਨ ਹੈ 130 ਕਰੋੜ ਦੇਸ਼ਵਾਸੀਆਂ ਦੀ ਅਦਮਯ ਇੱਛਾ ਸ਼ਕਤੀ ਸੰਗਲਪ ਸ਼ਕਤੀ ਅਸੀਂਗੀ ਉਹਦੇ ਚ ਵੀ ਜਿੱਤ ਦੁਆਗ ਤੇ ਅਸ ਜਿੱਤੀਏ ਰੋਗੇ ਮਿੱਗੀ ਯਕੀਨ ਹੈ ਜੇ ਪਿਛਲੇ ਦਿਨੇ ਵੀ ਅਸ ਇੱਕ ਚਾਲੀ ਕੰਨਾਂ ਨੇਕਾਂ ਸੰਕਟਾਂ ਦਾ ਸਾਹਮਣਾ ਕਰਾ ਕਰਦੇ ਹੈ ਆੜ ਦਾ ਪ੍ਰਕੋਪ ਖਾਸ ਕਰੀਏ ਨਾਰਥ-ਈਸਟ ਪੂਰਬੀ ਭਾਰਤ ਦੱਖਣ ਭਾਰਤ ਪੱਛਮੀ ਭਾਰਤ ਦੇ ਕਿਛ ਇਲਾਕੇ ਕੁਦਰਤ ਲਾਸ ਪਸੀਆਂ ਨੇਕਾਂ ਦਿੱਕਤਾਂ ਦਾ ਸਾਹਮਣਾ ਲੋਕਾਂ ਕੀ ਕਰਨਾ ਪਿਆ ਨੇਕਾਂ ਲੋਕਾਂ ਆਪਣੀ ਜਾਨ ਗਵਾਈ ਹੈ ਮੈਂ ਉਹਨੇ ਪਰਿਵਾਰਾਂ ਦੇ ਪ੍ਰਤੀ ਵੀ ਆਪਣੀ ਸੰਵੇਦਨਾ ਪ੍ਰਗਟ ਕਰਨਾ ਤੇ ਰਾਜ ਸਰਕਾਰਾਂ ਦੇ ਕੰਨੇ ਮੁੰਡੇ ਨੇ ਮੁੰਡਾ ਮਲਾਈ ਹੈ ਐਸੀ ਸੰਕਟ ਦੀ ਘੜੀ ਚ ਹਮੇਸ਼ਾ ਮੁਲਖ ਇੱਕ ਬਣੀ ਹੈ ਭਾਵੇਂ ਕੇਂਦਰ ਸਰਕਾਰ ਹੋਵੇ ਰਾਜ ਸਰਕਾਰਾਂ ਹੋਂ ਅਸ ਮਿਲੀ ਹੈ ਫੌਰੀ ਜਿੰਨੀ ਵੀ ਮਦਦ ਪੁਜਾਣੇ ਦੀ ਕੋਸ਼ਿਸ਼ ਕਰੀ ਸਕਨੇ ਆ ਕਾਮਯਾਬੀ ਕਰਨੇ ਕਰਾ ਕਰਨੇ ਆ ਮੇਰੇ ਪਿਆਰੇ ਦੇਸ਼ ਵਾਸੀਓ ਆਜ਼ਾਦੀ ਦਾ ਪਰਵ ਸਾਡੇ ਲਈ ਇਹ ਸੁਤੰਤਰਤਾ ਦਾ ਪਰਵ ਆਜ਼ਾਦੀ ਦੇ ਵੀਰਾਂ ਦੀ ਚੇਤਾ ਕਰੀ ਹੈ ਨਵੇਂ ਸੰਗਲਪੇਂ ਕੀ ਪੂਰਾ ਕਰਨੇ ਦਾ ਇੱਕ ਮੌਕਾ ਹੁੰਦਾ ਹੈ ਇੱਕ ਚਾਲੀ ਕਰਨੇ ਸਾਡੇ ਲਈ ਇਹ ਨਵੀਂ ਪ੍ਰੇਰਣਾ ਲਈ ਆਉਂਦਾ ਹੈ ਨਵੀਂ ਉਮੰਗ ਨਵਾਂ ਉਤਸ਼ਾਹ ਲਈ ਆਉਂਦਾ ਹੈ ਇਸ ਬਾਰੀ ਤੇ ਸਾਢੇ ਲੇਖ ਸੰਕਲਪ ਕਰਨਾ ਮਤਾ ਜ਼ਰੂਰੀ ਵੀ ਹੈ ਤੇ ਮਤਾ ਸ਼ੁਭ ਮੌਕਾ ਵੀ ਹੈ ਕੀ ਜੇ ਅਗਲਾ ਜਿਸ ਲੈ ਅਸ ਆਜ਼ਾਦੀ ਦਾ ਪਰਬ ਮਨਾਗੇ ਤਾਂ ਅਸ 75ਵੇਂ ਬਰੇ ਚ ਬਾਖਿਲ ਓਗੇ ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਮੌਕਾ ਹੈ ਤੇ ਇਸ ਕਰੀ ਹੈ ਅੱਜ ਆਉਣ ਵਾਲੇ ਦਉਂ ਬਰੇ ਲਈ ਵੱਡੇ ਵੱਡੇ ਸੰਕਲਪ ਲਈ ਹੈ ਅਸੀਂ ਚੱਲਣਾ ਹੈ 130 ਕਰੋੜ ਦੇਸ਼ ਵਾਸੀ ਚੱਲਣਾ ਹੈ ਆਜ਼ਾਦੀ ਦੇ 75 ਬਰਿਆਂ ਚ ਜਿਸ ਲੈ ਦਾਖਲ ਹੋਗੇ ਤੇ ਆਜ਼ਾਦੀ ਦੇ 75 ਬਰਿਆਂ ਜਿਸ ਲੈ ਪੂਰੇ ਹੋਗਣ ਅਸ ਆਪਣੇ ਸੰਕਲਪੇ ਕੀ ਪੂਰਾ ਕਰਨ ਦੇ ਇੱਕ ਮਹਾਪਰਵ ਦੇ ਰੂਪ ਵਿੱਚ ਉਸ ਦੀ ਵੀ ਮਨਾਗੇ ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਪੁਰਖੇ ਅਖੰਡ ਤਪੱਸਿਆ ਕਰੀ ਹੈ ਤ્યાਗ ਦੇ ਬਲੀਦਾਨ ਦੀ ਉੱਚੀ ਪਾਵਨਾਏ ਦੇ ਕੰਨੇ ਅਸੀਂ ਜਿਸ ਚਾਲੀ ਕੰਨੇ ਆਜ਼ਾਦੀ ਦਵਾਈ ਹੈ ਉਹਨੇ ਨਿਸ਼ਾਵਰ ਕਰੀ ਦਿੱਤਾ ਹੈ ਪਰ ਅਸ ਇੱਕ ਗੱਲ ਨਹੀਂ ਭੁੱਲਚਾ ਜੇ ਗੁਲਾਮੀ ਦੇ ਇੰਨੇ ਲੰਮੇ ਸਮੇਂ ਚ ਕੋਈ ਵੀ ਪਲ ਐਸਾ ਨਹੀਂ ਹਾਂ ਕੋਈ ਵੀ ਖੇਤਰ ਐਸਾ ਨਹੀਂ ਹਾਂ ਜਿਸ ਲੈ ਆਜ਼ਾਦੀ ਦੀ ਲਲਕ ਨਹੀਂ ਉੱਠੀ ਹੋਇਆ ਆਜ਼ਾਦੀ ਦੀ ਇੱਛਾ ਕੀ ਲਈ ਹੈ ਕਿਸੇ ਨਾ ਕਿਸੇ ਨਾ ਕੋਸ਼ਿਸ਼ ਨਹੀਂ ਕੀਤੀ ਹੋਇਆ ਜੰਗ ਨਹੀਂ ਕੀਤੀ ਹੋਇਆ ਤਿਆਗ ਨਹੀਂ ਕੀਤਾ ਹੋਇਆ ਤੇ ਇੱਕ ਚਾਲੀ ਕੰਨੇ ਜਵਾਨੀ ਜੇਲੇ ਚ ਖਵਾਈ ਦਿੱਤੀ ਜੀਵਨ ਦੇ ਸਭਨੇ ਸੁਖਨੇ ਕੀ ਫਾਂਸੀ ਦੇ ਫੰਦੇ ਕੀ ਚੁੰਬੀਆਂ ਕੁਰਬਾਨ ਕਰੀ ਦਿੱਤਾ ਐਸੇ ਵੀਰਾਂ ਕੀ ਵੀ ਨਮਨ ਕਰਦੀ ਹੋਈ ਇੱਕ ਪਾਸਾ ਸਸ਼ਸਤਰ ਕ੍ਰਾਂਤੀ ਦਾ ਦੌਰ ਦੁਈ ਬਖੀ ਜਨ ਅੰਦੋਲਨ ਦਾ ਦੌਰ ਪੂਜਨੀ ਬਾਪੂਆਂ ਦੇ ਨੇਤ੍ਰਿਤਵ ਵਿੱਚ ਰਾਸ਼ਟ੍ਰ ਜਾਗਰਣ ਦੇ ਕੰਨੇ ਜਨ ਅੰਦੋਲਨ ਦੀ ਇੱਕ ਧਾਰਾ ਨੇ ਆਜ਼ਾਦੀ ਦੇ ਅੰਦੋਲਨ 기 ਇੱਕ ਨਵੀਂ ਊਰਜਾ ਦਿੱਤੀ ਤੇ ਅੱਜ ਅਸ ਆਜ਼ਾਦੀ ਦੇ ਪਰਵ ਕੀ ਮਨਾਈ ਸਹਕਾਰਨਿਆਂ ਇਸ ਆਜ਼ਾਦੀ ਦੀ ਜੰਗ ਵਿੱਚ ਭਾਰਤ ਦੀ ਆਤਮਾ ਦੀ ਮਿੰਦਨੇ ਚ ਵੀ ਲਗਾਤਾਰ ਯਤਨ ਕੀਤੇ ਗਏ ਅਣਗਿਣਤ ਯਤਨ ਕੀਤੇ ਗਏ ਭਾਰਤ ਦੀ ਆਪਣੀ ਸੰਸਕ੍ਰਿਤੀ ਪਰੰਪਰਾ ਰੀਤੀ ਰਿਵਾਜ ਇਹਨੇ ਸਭਨੇ ਥਮਾ ਉਖਾੜਨੇ ਲਈ ਕਿ ਕਿਛ ਨਹੀਂ ਹੋਆ ਉਹ ਸਮੇਹਾ ਸੈਂਕੜੇ ਬਰੇ ਦਾ ਸਮੇਹਾ ਸਾਮ-ਦਾਮ ਦੰਡ ਭੇਦ ਸਭ ਕੇ ਸੁਪਨੇ ਚਰਮ ਉਪਰ ਹਾਂ ਤੇ ਕਿਛ ਲੋਕ ਤੇ ਇਹ ਮੰਨੀਆਂ ਚੱਲਦੇ ਹੈ ਜੇ ਅਸ ਇਥੇ ਰਾਜ ਕਰਨੇ ਆਸਤੇ ਆਏ ਦੇ ਆ ਪਰ ਆਜ਼ਾਦੀ ਦੀ ਲਲਕਣਾ ਉਹਦੇ ਸਭਨੇ ਮਨਸੂਬੇਂ ਕੀ ਜ਼ਮੀਨਦੋਜ਼ ਕਰੀ ਦਿੱਤਾ ਉੰਦੀ ਸੋਚ ਹੀ ਇੰਨਾ ਵੱਡਾ ਮੁਲਕ ਨੇਕਾਂ ਰਾਜੇ ਰਜਵਾੜੇ ਭਾਂਦ ਭਾਂਦ ਦੀਆਂ ਬੋਲੀਆਂ ਪਹਿਨਾਵੇ ਖਾਣ-ਪਾਣ ਨੇਕਾਂ ਭਾਸ਼ਾ ਇੰਨੀ ਬਨਸ-ਬਨਤਾਏ ਦੇ ਕਾਰਨ ਬਿਖਰੇ ਦਾ ਮੁਲਕ ਕਦੇ ਇੱਕੋ ਹੀ ਆਜ਼ਾਦੀ ਦੀ ਜੰਗ ਨਹੀਂ ਲੜੀ ਸਕਦਾ ਪਰ ਇਸ ਮੁਲਕ ਦੀ ਪ੍ਰਾਣ ਸ਼ਕਤੀ ਉਹ ਪਛਾਣੀ ਨਹੀਂ ਸਕੇ ਅਦਭੁਤ ਪ੍ਰਾਣ ਸ਼ਕਤੀ ਹੈ ਇਕਤਾ ਦਾ ਸੂਤਰ ਜਿਸ ਨੇ ਅਸੀਂ ਸਭਨੇ ਕੀ ਬੰਨੀਆਂ ਰੱਖੇ ਦਾ ਉਸ ਨੇ ਆਜ਼ਾਦੀ ਦੇ ਉਸ ਪਰ ਵਿੱਚ ਪੂਰੀ ਤਾਕਤ ਦੇ ਕੰਨੇ ਜਿਸ ਲੈ ਉਹ ਮੈਦਾਨ ਵਿੱਚ ਆਇਆ ਤਾਂ ਮੁਲਖ ਆਜ਼ਾਦੀ ਦੀ ਜੰਗ ਵਿੱਚ ਜੇਤੂ ਬਣਿਆ ਅਸ ਇਹ ਵੀ ਜਾਣਿਆ ਜੇ ਉਹ ਸਮੇਹਾ ਵਿਸਤਾਰਵਾਦ ਦੀ ਸੋਚ ਵਾਲੇ ਦੁਨੀਆ ਚ ਜਿੱਥੇ ਵੀ ਫੈਲਣ ਦੀ ਕੋਸ਼ਿਸ਼ ਕੀਤੀ ਜਿੱਥੇ ਵੀ ਆਪਣੇ ਚੰਡੇ ਗਾੜਨੇ ਦੀ ਕੋਸ਼ਿਸ਼ ਕੀਤੀ ਪਰ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਦੁਨੀਆ ਦੇ ਅੰਦਰ ਵੀ ਇੱਕ ਪ੍ਰੇਰਣਾ ਦਾ ਸਰੋਤ ਬਣੀ ਗਿਆ, ਦਿਵਯ ਥੰਮ ਬਣੀ ਗਿਆ ਤੇ ਦੁਨੀਆਂ ਚ ਵੀ ਆਜ਼ਾਦੀ ਦੀ ਲਲਕ ਪੈਦਾ ਹੋਈ ਤੇ ਜਿਹੜੇ ਲੋਕ ਵਿਸਤਾਰਵਾਦ ਦੀ ਅੰਨੀ ਦਰੌੜੇ ਚ ਲੱਗੇਦੇ ਹੈ ਆਪਣੇ ਚੰਡੇਗਾਰਨੇ ਚ ਲੱਗੇਦੇ ਹੈ ਉਹਨੇ ਆਪਣੇ ਇਹਨੇ ਮਨਸੂਬੇਂ ਕੀ ਵਿਸਤਾਰਵਾਦ ਦੇ ਮਨਸੂਬੇਂ ਕੀ ਪਾਰ ਕਰਨ ਲਈ ਦੁਨੀਆਂ ਕੀ ਦੌਂ-ਦੌਂ ਮਹਾ ਵਿਸ਼ਵ ਯੁੱਧੇ ਚ ਚੌਂਕੀ ਦਿੱਤਾ ਮਨੁੱਖਤਾ ਦੀ ਤਹਿਸ ਨੈਸ ਕਰੀ ਦਿੱਤੀ ਦੁਨੀਆਂ ਤਬਾਹ ਕਰੀ ਦਿੱਤੀ ਦੁਨੀਆਂ ਕੀ ਤਬਾਹ ਕਰੀ ਦਿੱਤਾ ਪਰ ਐਸੇ ਸਮੇਂ 'ਚ ਵੀ ਯੁੱਧ ਦੀ ਵਿਭੀਸ਼ਿਕਾ ਦੇ ਵਿੱਚ ਵੀ ਭਾਰਤ ਨੇ ਆਪਣੀ ਆਜ਼ਾਦੀ ਦੀ ਲਲਕੀ ਨਹੀਂ ਛੋੜਿਆ। ਨਾ ਕਮੀ ਆਉਣ ਦਿੱਤੀ, ਨਾ ਨਮੀ ਆਉਣ ਦਿੱਤੀ। ਮੁਲਖ ਬਲੀਦਾਨ ਕਰਨ ਦੀ ਲੋੜ 'ਤੇ ਹੀ ਬਲੀਦਾਨ ਦਿੰਦਾ ਰਿਹਾ। ਕਸ਼ਟ ਚੱਲਣ ਦੀ ਲੋੜ 'ਤੇ ਹੀ ਕਸ਼ਟ ਚਲਦਾ ਰਿਹਾ। ਜਨ ਅੰਦੋਲਨ ਖੜਾ ਕਰਨ ਦੀ ਲੋੜ 'ਤੇ ਹੀ ਜਨ ਅੰਦੋਲਨ ਖੜਾ ਕਰਦਾ ਰਿਹਾ ਤੇ ਭਾਰਤ ਦੀ ਏਕਤਾ ਦੀ ਲੜਾਈ ਨੇ ਦੁਨੀਆ 'ਚ ਆਜ਼ਾਦੀ ਲਈ ਇੱਕ ਮਾਹੌਲ ਬਣਾਇ ਦਿੱਤਾ ਤੇ ਭਾਰਤ ਦੀ ਇਸ ਤਾਕਤ ਨੇ ਦੁਨੀਆ 'ਚ ਜਿਹੜੀ ਤਬਦੀਲੀ ਆਣੀ ਵਿਸਤਾਰਵਾਦ ਲਈ ਚੁਣੌਤੀ ਬਣੀ ਗਿਆ ਭਾਰਤ ਇਤਿਹਾਸ ਇਸ ਗੱਲ ਦੀ ਕਦੇ ਨਕਾਰ ਨਹੀਂ ਸਕਦਾ ਮੇਰੇ ਪਿਆਰੇ ਦੇਸ਼ਵਾਸੀਓ ਆਜ਼ਾਦੀ ਦੀ ਲੜਾਈ 'ਚ ਪੂਰੀ ਦੁਨੀਆ 'ਚ ਭਾਰਤ ਨੇ ਵੀ ਇੱਕ ਜੁੜਤਾ ਦੀ ਤਾਕਤ ਆਪਣੀ ਸਮੂਹਿਕਤਾ ਦੀ ਤਾਕਤ ਆਪਣੇ ਉਜਵਲ ਭਵਿੱਖ ਦੇ ਪ੍ਰਤੀ ਆਪਣਾ ਸੰਕਲਪ ਸਮਰਥ ਤੇ ਪ੍ਰੇਰਣਾ ਉਸ ਊਰਜਾ ਦੀ ਲਈ ਇਹ ਮੁਲਖ ਅੱਗੇ ਵੱਧਦਾ ਚਲੀ ਗਿਆ ਮੇਰੇ ਪਿਆਰੇ ਦੇਸ਼ਵਾਸੀਓ ਕਰੋਨਾ વૈશ્વਿਕ ਮਹਾਮਾਰੀ ਦੇ ਵਿੱਚ 130 ਕਰੋੜ ਭਾਰਤ ਵਾਸੀਏ ਸੰਕਲਪ ਲੈਤਾ ਸੰਕਲਪ ਆਤਮ ਨਿਰਭਰ ਬੰਨੇ ਦਾ ਤੇ ਆਤਮ ਨਿਰਭਰ ਭਾਰਤ ਅੱਜ ਹਰ ਹਿੰਦੁਸਤਾਨੀ ਦੇ ਮਨ ਮਸਤਿਸ਼ਕੇ ਚ ਛਾਇਦਾ ਹੈ ਆਤਮ ਨਿਰਭਰ ਭਾਰਤ ਇਹ ਸੁਖਨਾ ਸੰਕਲਪੇ ਚ ਬਦਲੋਏ ਦਾ ਦਿਖਾ ਕਰਨੇ ਆ ਆਤਮ ਨਿਰਭਰ ਭਾਰਤ ਇੱਕ ਚਾਲੀ ਕੰਨੇ ਲਫ਼ਜ਼ ਨਹੀਂ ਇਹ ਅੱਜ 130 ਕਰੋੜ ਦੇਸ਼ ਵਾਸੀਆਂ ਲਈ ਮੰਤਰ ਬਣ ਗਿਆ ਹੈ ਅਸ ਜਾਣੇ ਆ ਜਿਸ ਲਈ ਮੈਂ ਆਤਮ ਨਿਰਭਰ ਦੀ ਗੱਲ ਕਰਨਾ ਸਾਢੇ 4 ਜਿਹੜੇ ਵੀ 53 ਬਰੇ ਦੀ ਉਮਰੀ ਥਮਾ ਉੱਪਰੋਂ ਗਣ ਉਹਨੇ ਸਭ ਨੇ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਜਾਂ ਆਪਣੇ ਬਜ਼ੁਰਗੇ ਥਮਾ ਸੁਣੇ ਦਾ ਹੋਗ ਜੇ ਪਾਈ ਪੁੱਤਰ ਧੀ ਉਣ 20 ਬਰੇ 21 ਬਰੇ ਦੇ ਹੋ ਹੀ ਗਿਓ ਉਣ ਆਪਣੇ ਪੈਰਾਂ ਉੱਪਰ ਖੜੋਈ ਜਾਓ ਬੀ ਕੀ ਬਰੇਚ ਵੀ ਪਰਿਵਾਰ ਸੰਤਾਨ ਨੇ ਥਮਾ ਆਪਣੇ ਪੈਰਾਂ ਪਰ ਖੜੂਣੇ ਦੀ ਮੀਰ ਕਰਦਾ ਹੈ ਅਸਤੇ ਆਜ਼ਾਦੀ ਦੇ 75 ਬਰੇ ਥਮਾਂ ਇੱਕ ਕਦਮ ਦੂਰਾਂ ਤਾਂ ਸਾਢੇ ਲਈ ਵੀ ਭਾਰਤ ਜਨੇ ਮੁਲਕ ਲਈ ਵੀ ਆਪਣੇ ਪੈਰਾਂ ਉੱਪਰ ਖੜੂਣਾ ਜ਼ਰੂਰੀ ਹੈ ਆਤਮ ਨਿਰਭਰ ਬੰਨਣਾ ਜ਼ਰੂਰੀ ਹੈ ਜਿਹੜਾ ਪਰਿਵਾਰ ਲਈ ਜ਼ਰੂਰੀ ਹੈ ਉਹ ਮੁਲਕ ਲਈ ਵੀ ਜ਼ਰੂਰੀ ਹੈ ਤੇ ਇਸ ਕਰੀ ਹੈ ਮੀਗੀ ਵਿਸ਼ਵਾਸ ਹੈ ਭਾਰਤ ਇਸ ਸੁਖਨੇ ਕੀ ਪੂਰਾ ਕਰੀਏ ਰੋਗ ਤੇ ਇਹਦਾ ਕਾਰਨ ਮੇਰੇ ਮੁਲਖ ਦੇ ਬਸਨੀਕੇ ਦੀ ਸਮਰਥ ਉੱਪਰ ਮਿਗੀ ਯਕੀਨ ਹੈ ਮਿਗੀ ਮੇਰੇ ਮੁਲਖ ਦੀ ਪ੍ਰਤਿਭਾ ਉੱਪਰ ਗਰਵ ਹੈ ਮਿਗੀ ਇਸ ਮੁਲਖ ਦੇ ਨੌਜਵਾਨੇ ਉੱਪਰ ਮਾਤਰ ਸ਼ਕਤੀ ਚ ਮਹਿਲਾਇਆਂ ਚ ਜਿਹੜੀ ਬੜੀ ਮਤੀ ਸਮਰਥ ਹੈ ਉਹਦੇ ਉੱਪਰ ਮਿਗੀ ਯਕੀਨ ਹੈ ਮੇਰਾ ਹਿੰਦੁਸਤਾਨ ਦੀ ਸੋਚ ਅਪਰੋਚ ਇਸ ਉੱਪਰ ਯਕੀਨ ਹੈ ਤੇ ਇਤਿਹਾਸ ਗਵਾਹ ਹੈ ਭਾਰਤ ਇੱਕ ਵਾਰੀ ਠਾਣੀ ਲੈਂਦਾ ਤਾਂ ਭਾਰਤ ਕਰੀਅਰ ਹੁੰਦਾ ਤੇ ਇਸੇ ਦੇ ਕਾਰਨ ਜਿਸ ਲਈ ਅਸੀਂ ਆਤਮ ਨਿਰਭਰ ਦੀ ਗੱਲ ਕਰਨਿਆਂ ਤਾਂ ਦੁਨੀਆ ਦੀ ਉਤਸੁਕਤਾ ਵੀ ਹੈ ਪਰ ਥਮਾ ਮੇਧ ਵੀ ਹੈ ਇਸ ਕਰੀਏ ਅਸੀਂ ਉਸ ਮੇਧ ਦੀ ਪੂਰਾ ਕਰਨ ਲਈ ਆਪਣੇ ਆਪ ਕੀ ਕਾਬਲ ਬਣਾਣਾ ਬੜਾ ਜ਼ਰੂਰੀ ਹੈ ਸਾਡੇ ਲਈ ਆਪਣੇ ਆਪ ਕੀ ਤਿਆਰ ਕਰਨਾ ਜ਼ਰੂਰੀ ਹੈ ਭਾਰਤ ਦੇ ਚਿੰਤਨ ਵਿੱਚ ਭਾਰਤ ਜਨੇ ਵੱਡੇ ਮੁਲਖ ਭਾਰਤ ਯੁਵਾ ਸ਼ਕਤੀ ਕੰਨੇ ਪਰੋਚੇ ਦਾ ਮੁਲਖ ਆਤਮ ਨਿਰਭਰ ਭਾਰਤ ਦੀ ਪਹਿਲੀ ਸ਼ਰਤ ਹੁੰਦੀ ਹੈ ਆਤਮ ਵਿਸ਼ਵਾਸ ਕੰਨੇ ਪਰੋਚੇ ਦਾ ਭਾਰਤ ਉਦੀ ਇਹ ਨਹੀਂ ਹੁੰਦੀ ਹੈ ਤੇ ਇਹ ਵਿਕਾਸ ਦੀ ਨਵੀਂ ਗਤੀ ਨਵੀਂ ਊਰਜਾ ਦੇਣੇ ਦੀ ਸਮਰਥ ਵੀ ਰਹੁੰਦੀ ਹੈ ਭਾਰਤ ਆਲਮੀ ਪਰਿਵਾਰ ਦੇ ਸੰਸਕਾਰ ਕੰਨੇ ਬਦੇ ਮਠੋਏ ਦਾ ਹੈ ਜੇਕਰ ਵੇਦ ਆਖਦੇ ਹੈ ਵਸੁਧੈਵ ਕੁਟੰਬਕਮ ਤਾਂ ਵਿਨੋਬਾ ਜੀ ਆਖਦੇ ਹੈ ਜੈ ਜਗਤ ਤੇ ਇਸ ਕਰੀ ਹੈ ਸਾਡੇ ਲਈ ਦੁਨੀਆ ਇੱਕ ਪਰਿਵਾਰ ਹੈ ਤੇ ਇਸ ਕਰੀ ਹੈ ਆਰਥਿਕ ਵਿਕਾਸ ਵੀ ਹੋਇਆ ਪਰ ਕੰਨੇ ਕੰਨੇ ਮਨੁੱਖ ਤੇ ਮਨੁੱਖਤਾ ਦਾ ਵੀ ਕੇਂਦਰ ਸਥਾਨ ਹੋਣਾ ਚਾਹੀਦਾ ਇਹਦਾ ਮੈਂ ਤਵੋਣਾ ਚਾਹੀਦਾ ਇਸੇ ਗੀ ਲਈ ਹੈ ਅਸ ਚੱਲੇ ਆ ਅੱਜ ਦੁਨੀਆ ਆਪੂ ਚ ਜੁੜੀਦੀ ਹੈ ਅੱਜ ਦੁਨੀਆ ਇੱਕ ਦੂਏ ਉਪਰ ਨਿਰਭਰ ਵੀ ਹੈ ਤੇ ਇਸ ਕਰੀ ਹੈ ਸਮੇਂ ਦੀ ਮੰਗ ਹੈ ਜੇ ਦੁਨੀਆ ਦੀ ਅਰਥ ਵਿਵਸਥਾ ਚ ਭਾਰਤ ਜਨੇ ਵੱਡੇ ਮੁਲਕ ਦਾ ਯੋਗਦਾਨ ਵਧਣਾ ਚਾਹੀਦਾ ਵਿਸ਼ਵ ਕਲਿਆਣ ਲਈ ਵੀ ਭਾਰਤ ਦੀ ਜ਼ਿੰਮੇਦਾਰੀ ਹੈ ਤੇ ਭਾਰਤ ਕੀ ਆਪਣਾ ਯੋਗ ਵਧਾਣਾ ਤਾਂ ਭਾਰਤ ਕੀ ਆਪੂ ਸਸ਼ਕਤ ਹੋਣਾ ਓਗ ਭਾਰਤ ਦੀ ਆਤਮ ਨਿਰਭਰ ਬਨਣਾ ਗਯੋਗ ਅਸੀਂ ਜਗ ਕਲਿਆਣ ਲਈ ਵੀ ਆਪਣੇ ਆਪ ਦੀ ਸਮਰਥਵਾਣ ਬਣਾਣਾ ਗਯੋਗ ਤੇ ਜਿਸ ਲੈ ਸਾੜੀਆਂ ਜੜਾਂ ਮਜ਼ਬੂਤ ਹੋਗਣ ਸਾੜੀ અપਾਰ ਸਮਰਥ ਹੋਗ ਤਾਂ ਅਸ ਦੁਨੀਆ ਦਾ ਵੀ ਕਲਿਆਣ ਕਰਨੇ ਦੀ ਦਿਸ਼ਾ ਚ ਗੈ ਪੁੱਟੀ ਸਕਨੇ ਆ ਸਾਡੇ ਦੇਸ਼ਾ ਚ ਬੜੀ ਮਤੀ ਕੁਦਰਤੀ ਸੰਪਦਾ ਹੈ ਕੇ ਕਿਸ ਨਹੀਂ ਹੈ ਅੱਜ ਸਮੇਂ ਦੀ ਮੰਗ ਹੈ ਜੇ ਸਾਡੇ ਇਹਨੇ ਕੁਦਰਤੀ ਸੰਸਤਾਦਨੇ ਦੇ ਗੁਣੇ ਤਤਵੇਂ ਚ ਅਸ ਵਾਦਾ ਕਰਚਾ ਆਪਣੀ ਮਨੁੱਖੀ ਸੰਪਦਾ ਦੇ ਵੀ ਮੁੱਲੇ 'ਚ ਵਾਧਾ ਕਰਚਾ ਨਮੀਆਂ ਉਚਾਈਆਂ ਪਰ ਲਈ ਜਾਚਾ ਤੇ ਅਸ ਮੁਲਖ 'ਚ ਕੁਸਲੇ ਤਗਰ ਕੱਚਾ ਮਾਲ ਵਿਦੇਸ਼ੇ 'ਚ ਵੇਚਦੇ ਰੋਗੇ ਕੱਚਾ ਮਾਲ ਕੁਸਲੇ ਤਗਰ ਦੁਨੀਆ 'ਚ ਭੇਜਦੇ ਰੋਗੇ ਤੇ ਦੇਖੋ ਜਰਾ ਕੱਚਾ ਮਾਲ ਦੁਨੀਆ 'ਚ ਭੇਜਣਾ ਤੇ ਤਿਆਰ ਹੋਏ ਦਾ ਸਮਿਆਣ ਦੁਨੀਆ ਥਾਂ ਵਾਪਸ ਆਨਣਾ ਇਹ ਕੁਸਲੇ ਤਗਰ ਚਲੋਗੇ ਤੇ ਇਸ ਕਰੀ ਆਸੇਗੀ ਆਤਮ ਨਿਰਭਰ ਬਨ ਨੋਗ ਸਾਡੀ ਅਰ ਸ਼ਕਤੀ ਉਪਰ ਕੁੱਲ ਸੰਸਾਰੀ ਜ਼ਰੂਰਤਾਂ ਮੁਜਬ ਮੁੱਲẽ ਚ ਵਾਦਾ ਕਰਨਾ ਹੈ ਇਹ ਸਾਡੀ ਜ਼ਿੰਮੇਦਾਰੀ ਹੈ ਗੁਣੇ ਤਤਵੇਂ ਚ ਵਾਦਾ ਕਰਨੇ ਦੀ ਦਿਸ਼ਾ ਚ ਅਸ ਅੱਗੇ ਵਧਣਾ ਚਾਹਨੇ ਆ ਹੁਣ ਦੁਨੀਆ ਚ ਯੋਗਦਾਨ ਕਰਨੇ ਲਈ ਅਸ ਅੱਗੇ ਵਧਣਾ ਚਾਹਨੇ ਆ ਦੁਨੀਆ ਚ ਅਸ ਕਿਸ਼ ਨਕਿਸ਼ ਉਸੇ ਚਾਲੀ ਕੰਨੇ ਰਾਈ ਬਾਈ ਦਾ ਖੇਤਰ ਇੱਕ ਸਮੇਹਾ ਜਿਸ ਲੈ ਅਸ 12 ਕਣਕ ਮੰਗਵਾਈ ਹੈ ਆਪਣਾ ਢਿੱਡ ਪਰਦੇ ਹੈ ਪਰ ਸਾਡੇ ਮੁਲਖੇ ਦੇ ਕਿਸਾਨ ਨੇ ਉਹ ਕਮਾਲ ਕਰੀਏ ਦਸੀ ਦਿੱਤਾ ਆਤਮ ਨਿਰਭਰ ਭਾਰਤ ਅੱਜ ਰਾਈ ਬਾਈ ਦੇ ਖੇਤਰ 'ਚ ਬਣਿਆ ਹੈ ਅੱਜ ਭਾਰਤ ਦੇ ਕਿਸਾਨ ਭਾਰਤ ਦੇ ਬਸਨੀਕੇ ਦਾ ਹੈ ਢਿੱਡ ਪਰ ਦਿਨ ਇੰਨਾ ਕਾ ਨਹੀਂ ਅੱਜ ਭਾਰਤ ਉਸ ਸਥਿਤੀ 'ਚ ਹੈ ਜੇ ਦੁਨੀਆ 'ਚ ਜਿਹੜੀ ਜ਼ਰੂਰੀ ਹੈ ਉਸ ਦੀ ਵੀ ਅਸ ਅੰਨ ਦੇਈ ਸਕਨੇ ਆ ਜੇਰੇ ਸਾਡੀ ਤਾਕਤ ਹੈ ਆਤਮ ਨਿਰਭਰ ਦੀ ਇਹ ਤਾਕਤ ਹੈ ਤਾਂ ਸਾਡੇ ਰਾਈ ਬਾਈ ਖੇਤਰ 'ਚ ਵੀ ਮੁੱਲ 'ਚ ਬਾਦਾ ਜ਼ਰੂਰੀ ਹੈ ਕੁੱਲ ਸੰਸਾਰੀ ਜ਼ਰੂਰਤ ਮੁਜਬ ਸਾਡੇ ਰਾਈ ਭਾਈ ਜਗਤ ਵਿੱਚ ਬਦਲਾਵ ਦੀ ਲੋੜ ਹੈ ਦੁਨੀਆ ਦੀਆਂ ਆਸਾਂ ਤਾਂਗੇਂਗੀ ਪੂਰਾ ਕਰਨ ਲਈ ਅਸੀਂ ਆਪਣੇ ਰਾਈ ਭਾਈ ਜਗਤ ਦੀ ਵੀ ਅੱਗੇ ਵਧਾਣੇ ਦੀ ਜ਼ਰੂਰਤ ਹੈ ਅੱਜ ਮੁਲਖ ਨੇਕਾਂ ਨਵੇਂ ਕਦਮ ਪੁੱਟਾ ਕਰਦਾ ਤੇ ਇਸ ਕਰੀਏ ਹੁਣ ਤੁਸੀਂ ਦੇਖੋ ਅੰਤਰਿਕਸ਼ ਦੇ ਖੇਤਰ ਤੱਕ ਅਸੀਂ ਖੁੱਲਾ ਕਰ ਦਿੱਤਾ ਹੈ ਮੁਲਖ ਦੇ ਨੌਜਵਾਨੇ ਨੂੰ ਮੌਕਾ ਮਿਲਿਆ ਹੈ ਅਸੀਂ ਰਾਈ ਭਾਈ ਖੇਤਰ ਦੀ ਕਾਨੂੰਨੇ ਥਮਾਂ ਮੁਕਤ ਕਰੀ ਦਿੱਤਾ ਬੰਦਨੇ ਥਮਾਂ ਮੁਕਤ ਕਰੀ ਦਿੱਤਾ ਅਸੀਂ ਆਤਮ ਨਿਰਭਰ ਬਣਾਉਣੇ ਦੀ ਕੋਸ਼ਿਸ਼ ਕੀਤੀ ਹੈ ਜਿਸ ਲੈ ਭਾਰਤ ਅੰਤਰਿਕਸ਼ ਦੇ ਖੇਤਰ ਵਿੱਚ ਤਾਕਤਵਰ ਬਣਦਾ ਹੈ ਤਾਂ ਗਵਾਂਡੀਆਂ ਕੀ ਪੱਕ ਗਿਆ ਉਹਦਾ ਲਾਹ ਹੁੰਦਾ ਹੈ ਜਿਸ ਲੈ ਉਸ ਊਰਜਾ ਦੇ ਖੇਤਰ ਵਿੱਚ ਤਾਕਤਵਰ ਹੁੰਦੇ ਹੋ ਤਾਂ ਜਿਹੜਾ ਮੁਲਖ ਆਪਣਾ ਨੇਹਰਾ ਮਿਟਾਣਾ ਚਾਹੁੰਦਾ ਹੈ ਭਾਰਤ ਉਹਦੇ ਚ ਮਦਦ ਕਰੀ ਸਕਦਾ ਹੈ ਮੁਲਖ ਦਾ ਜਿਸ ਲੈ ਸਿਹਤ ਸਰਵੰਧੀ ਟਾਂਚਾ ਆਤਮ ਨਿਰਭਰ ਹੋਈ ਜਾਂਦਾ ਹੈ ਤਾਂ ਦੁਨੀਆ ਦੇ ਨੇਕਾ ਮੁਲਖੇ ਕੀ ਹੈਲਥ ਡੈਸਟੀਨੇਸ਼ਨ ਦੇ ਰੂਪ ਵਿੱਚ ਭਾਰਤ ਉਂਦੀ ਪਸੰਦੀਦਾ ਥਾਂ ਬਣੀ ਸਕਦਾ ਹੈ ਤੇ ਇਸ ਕਰੀਏ ਸਾੜੇ ਲਈ ਜ਼ਰੂਰੀ ਹੈ ਜੇ ਪਾਰੇ ਤੇ ਚ ਬਣੇ ਦੇ ਸਮਾਨ ਦੀ ਪੂਰੀ ਦੁਨੀਆ ਚ ਵਾਹ ਵਾਈ ਕਿਹਾਂ ਹੋਵੇ ਤੇ ਇੱਕ ਜਮਾਨਾ ਹ ਸਾੜੇ ਮੁਲਕੇ ਚ ਜਿਹੜੀਆਂ ਚੀਜ਼ਾਂ ਬਣਦੀਆਂ ਹੀਆਂ ਸਾੜੇ ਹਨਰਮੰਦ ਵਰਕਰਾਂ ਪਾਸਿਆਂ ਜਿਹੜਾ ਕੰਮ ਕੀਤਾ ਜਾਂਦਾ ਹ ਉਹਦੀ ਦੁਨੀਆ ਚ ਬੜੀ ਵਾਹ ਵਾਹੀ ਹੁੰਦੀ ਹੀ ਇਤਿਹਾਸ ਗਵਾ ਹੈ ਅਸੀਂ ਜਿਸ ਲੈ ਆਤਮ ਨਿਰਭਰ ਦੀ ਗੱਲ ਕਰਨਿਆਂ ਤਾਂ ਛੜਾ ਆਯਾਤ ਕੱਟ ਕਰਨਾ ਹੈ ਇੰਨਾ ਹੈ ਸਾਡੀ ਸੋਚ ਨਹੀਂ ਜਿਸ ਲੈ ਆ ਤੋਂ ਨਿਰਭਰ ਦੀ ਗੱਲ ਕਰਨਿਆਂ ਤਾਂ ਸਾਡੀ ਇਹ ਜਿਹੜੀ ਕੌਸ਼ਲਿਆ ਹੈ ਸਾਡੀ ਜਿਹੜੀ ਮਨੁੱਖੀ ਸਾਧਨੇ ਵਸੀਲੇ ਦੀ ਸਮਰਥ ਹੈ ਜਿਸ ਲੈ ਚੀਜ਼ਾਂ ਬਾਹਰ ਦਾ ਆਉਣ ਲੱਗੀ ਪਉਂਦੀਆਂ ਨਾ ਤਾਂ ਉਹਦੀ ਉਹ ਸਮਰਥ ਖਤਮ ਹੋਈ ਜਾਂਦੀ ਹੈ ਪੀੜੀ ਦਰ ਪੀੜੀ ਉਹ ਤਬਾਹ ਹੋਈ ਜਾਂਦਿਆ ਅਸੀਂ ਆਪਣੀ ਉਸ ਸਮਰਥ ਕੀ ਬਚਾਣਾ ਵੀ ਹੈ ਵਧਾਣਾ ਵੀ ਹੈ ਕੌਸ਼ਲਿਆ ਕੀ ਵਧਾਣਾ ਹੈ ਰਚਨਾਤਮਕਤਾ ਕੀ ਵਧਾਣਾ ਹੈ ਤੇ ਇਸੇ ਲਈ ਹੈ ਅੱਗੇ ਵਧਣਾ ਹੈ ਅਸੀਂ ਉਹਨਰ ਵਿਕਾਸਤੀ ਦਿਸ਼ਾ 'ਚ ਬਲ ਦੇਣਾ ਹੈ ਆਤਮ ਨਿਰਭਰ ਭਾਰਤ ਲਈ ਸਾਡੀ ਸਮਰਥ ਕੀ ਵਧਾਣੇ ਲਈ ਮੇਰੇ ਪਿਆਰੇ ਦੇਸ਼ਵਾਸੀਓ ਆਉਂ ਜਾਣਾ ਜਿਸ ਲਈ ਮੈਂ ਆਤਮ ਨਿਰਭਰ ਦੀ ਗੱਲ ਕਰਨਾ ਹੈ ਤਾਂ ਨੇਕਾਂ ਸ਼ੰਕਾ ਵੀ ਪ੍ਰਗਟ ਕੀਤੀਆਂ ਜਾਂਦੀਆਂ ਹਨ ਮੈਂ ਇਸ ਗੱਲ ਕੀ ਮੰਨਣਾ ਜੇ ਆਤਮ ਨਿਰਭਰ ਭਾਰਤ ਲਈ ਲੱਖਾਂ ਚੁਣੌਤੀਆਂ ਹਨ ਤੇ ਜਿਸ ਲਈ ਦੁਨੀਆ ਮੁਕਾਬਲੇਬਾਜ਼ੀ ਦੇ ਦੌਰ 'ਚ ਉਹ ਹੈ ਤਾਂ ਚੁਣੌਤੀਆਂ ਵਧੀਆਂ ਵੀ ਜਾਂਦੀਆਂ ਹਨ ਪਰ ਮੁਲਖ ਦੇ ਸਾਹਮਣੇ ਜੇ ਅਗਰ ਲੱਖਾਂ ਚੁਣੌਤੀਆਂ ਨੇ ਤਾਂ ਮੁਲਖ ਦੇ ਕੋਲ ਕਰੋੜਾਂ ਬੱਧੇ ਅਲ ਦੇਣਿਆਲੀ ਸ਼ਕਤੀ ਵੀ ਹੈ ਮੇਰੇ ਦੇਸ਼ਵਾਸੀ ਵੀ ਹਨ ਜਿਹੜੇ ਅਲ ਦੀ ਸਮਰਥ ਵੀ ਦਿੰਦੇ ਨੇ ਉਨ ਤੋਂ ਸਿੱਖੋ ਕਰੋਨਾ ਦੇ ਸੰਕਟ ਦੇ ਇਸ ਸਮੇਂ ਚ ਅਸੀਂ ਦੇਖਿਆ ਜੇ ਬੜੀ ਸਾਰੀ ਚੀਜ਼ੇ ਲਈ ਅਸ ਮੁਸ਼ਕਲੇ ਚ ਅਸੀਂ ਦੁਨੀਆ ਧਮਾ ਆਨਣਾ ਹੈ ਦੁਨੀਆ ਨਹੀਂ ਦੇਈ ਸਕਾ ਕਰਦੀ ਹੀ ਸਾਡੇ ਮੁਲਖ ਦੇ ਨੌਜਵਾਨੇ ਸਾਡੇ ਮੁਲਖ ਦੇ ਉਦਮੀਏ ਸਾਰੇ ਮੁਲਕ ਦੇ ਉਦਯੋਗ ਜਗਤ ਦੇ ਲੋਕੇ ਬੀੜਾ ਚੁੱਕੀ ਲੇਤਾ ਜਿਸ ਮੁਲਕ ਵਿੱਚ ਐਨ 95 ਨਹੀਂ ਬਣਦਾ ਹ ਬਨਣ ਲਗੀ ਪੇ ਪੀਪ ਨਹੀਂ ਬਣਦਾ ਹ ਬਨਣ ਲਗੀ ਪੇ ਵੈਂਟੀਲੇਟਰ ਨਹੀਂ ਬਣਦਾ ਹ ਬਨਣ ਲਗੀ ਪੇ ਮੁਲਕ ਦੀਆਂ ਜ਼ਰੂਰਤਾਂ ਤੇ ਪੂਰੀਆਂ ਹੀ ਹੈਗ ਪਰ ਦੁਨੀਆ ਚ ਵੀ ਨਿਰਯਾਤ ਕਰਨੇ ਦੀ ਸਾੜੀ ਤਾਕਤ ਬਣੀ ਗਈ ਦੁਨੀਆ ਦੀ ਜ਼ਰੂਰਤ ਹੀ ਆਤਮ ਨਿਰਭਰ ਭਾਰਤ ਦੁਨੀਆ ਦੀ ਕਿੰਨੀ ਮਦਦ ਕਰੀ ਸਕਦਾ ਹੈ ਅੱਜ ਇਹਦੇ ਚ ਅਸ ਦਿਖੀ ਸਕਣੇ ਆ ਤੇ ਇਸ ਕਰੀਏ ਦੁਨੀਆ ਦੀ ਭਲਾਈ ਚ ਵੀ ਭਾਰਤ ਦਾ ਯੋਗਦਾਨ ਕਰਨਾ ਇਹ ਜ਼ਿੰਮੇਵਾਰੀ ਬਣੀਦੀ ਹੈ ਤੇ ਇਸ ਕਰੀਏ ਵੀ ਅਸੀਂ ਉਸ ਸਾਂ ਚੱਲੀ ਕੰਨੇ ਬੜਾ ਹੋਈਆ ਆਜ਼ਾਦ ਭਾਰਤ ਦੀ ਮਾਨਸਿਕਤਾ ਕਿਉਂ ਨਹੀਂ ਚਾਹੀਦੀ ਆਜ਼ਾਦ ਭਾਰਤ ਦੀ ਮਾਨਸਿਕਤਾ ਹੋਣੀ ਚਾਹੀਦੀ ਵੋਕਲ ਫਾਰ ਲੋਕਲ ਸਾਡੇ ਜਿਹੜੇ ਮਕਾਮੀ ਉਤਪਾਦਨ ਉਹਦਾ ਅਸੀਂ ਗੌਰਵਗਾਨ ਕਰਨਾ ਚਾਹੀਦਾ ਅਸ ਆਪਣੀ ਚੀਜ਼ਾਂ ਦਾ ਗੌਰਵਗਾਨ ਨਹੀਂ ਕਰਗੇ ਤਾਂ ਉਸ ਕੀ ਖਰਾ ਬਣਨੇ ਦਾ ਮੌਕਾ ਵੀ ਨਹੀਂ ਮਿਲਗ ਉਦੀ ਹਿੰਮਤ ਨਹੀਂ ਬਦੋਗ ਆਓ ਆਸ ਮਿਲੀ ਹੈ ਸੰਕਲਪ ਲਚਾ ਹੈ ਆਜ਼ਾਦੀ ਦੇ 75 ਬਰੇ ਦੇ ਪਰਵ ਆਲੀ ਬਖੀ ਗੈਂ ਪੁਟਾ ਕਰਨਿਆਂ ਤਾਂ ਵੋਕਲ ਫਾਰ ਲੋਕਲ ਇਹ ਜੀਵਨ ਮੰਤਰ ਬਣੀ ਜਾ ਤੇ ਆਸ ਮਿਲੀ ਹੈ ਪਰ ਦੀ ਉਸ ਤਾਕਤ ਕੀ ਆਸ ਬੜਾਵਾ ਦੇ ਦੇਚ ਹੈ ਮੇਰੇ ਪਿਆਰੇ ਦੇਸ਼ ਵਾਸੀਓ ਸਾਡਾ ਮੁਲਕ ਕਿਨੇਕ ਨੇਕ ਮਾਲ ਕਰਦਾ ਹੈ ਕਿਹਾਂ-ਕਿਹਾਂ ਅੱਗੇ ਵਧਦਾ ਹੈ ਇਸ ਗੱਲ ਦੀ ਆਸ ਖਰੀ ਚਾਲੀ ਸਮਝੀ ਸਕਨੇ ਆ ਕੌਣ ਸੋਚੀ ਸਕਦਾ ਹਾ ਜੇ ਕਦੇ ਗਰੀਬੇ ਦੇ ਜਨਤਨ ਖਾਤੇ ਚ ਲੱਖਾਂ ਕਰੋੜਾ ਰੁਪਏ ਸਿੱਧੇ ਮੁਤਕਲੋ ਜਾਂਗਣ ਕੌਣ ਸੋਚੀ ਸਕਦਾ ਹ ਜੇ ਕਿਸਾਨੇ ਦੀ ਭਲਾਈ ਲਈ APMC ਜਿਹਨਿਆ ਕਾਨੂੰਨ ਇਹਦੇ ਚ ਇੰਨੇ ਬਦਲਾਵ ਹੋਈ ਜਾਂਗਣ ਕੌਣ ਸੋਚਦਾ ਹ ਜੇ ਸਾੜੇ ਵਪਾਰੀਆਂ ਉੱਪਰ ਜਿਹੜੀ ਲੜਕਦੀ ਤਲਵਾਰ ਹੀ ਜ਼ਰੂਰੀ ਚੀਜ਼ੇ ਬਸਤੇ ਸਰਬੰਧੀ ਕਾਨੂੰਨ ਇੰਨੇ ਬਰਹੇ ਦੇ ਪ੍ਰੰਤ ਉਹ ਵੀ ਬਦਲੀ ਜਾਂਗਣ ਕੌਣ ਸੋਚਦਾ ਹ ਜੇ ਸਾੜਾ ਅੰਤਰਿਕਸ਼ ਸੈਕਟਰ ਸਾੜੇ ਮੁਲਖ ਦੇ ਨੌਜਵਾਨੇ ਆਸਤਾ ਖੁੱਲਾ ਕਰੀ ਦਿੱਤਾ ਜਾ आज जस दिखा ਕਰਨਿਆ ਰਾਸ਼ਟਰੀ ਸਿੱਖਿਆ ਨੀਤੀ ਹੋਏ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਦੀ ਗੱਲ ਹੋਏ ਇੱਕ ਰਾਸ਼ਟਰ ਇੱਕ ਗ੍ਰਿਡ ਦੀ ਗੱਲ ਹੋਏ ਇੱਕ ਰਾਸ਼ਟਰ ਇੱਕ ਟੈਕਸ ਦੀ ਗੱਲ ਹੋਏ ਦਿਵਾਲੀਏ ਤੇ ਦਿਵਾਲੀਏ ਪਨ ਸਰਵੰਦੀ ਸੰਹਿਤਾ ਉਹਦੀ ਗੱਲ ਹੋਏ ਭਾਵੇਂ ਬੈਂਕਿੰਗ ਹੀ ਆਪੂ ਚ ਰਲਾਣੇ ਦਾ ਯਤਨ ਹੋਏ ਮੁਲਕੇ ਦੀ ਸਚਾਈ ਬਣੀ ਗਈ ਦੀ ਹੈ ਮੁਲਕ ਦੀ ਹਕੀਕਤ ਹੈ ਭਾਰਤ 에 ਚ ਤਬਦੀਲੀਆਂ ਦੇ ਇਸ ਸਮੇਂ ਚ ਸੁਧਾਰ ਰਹਿੰਦੇ ਨਤੀਜੇ ਕੀ ਦੁਨੀਆ ਦਿਖਾ ਕਰਦੀ ਹੈ ਇੱਕ ਦੇ ਬਾਅਦ ਇੱਕ ਇੱਕ ਦੂਏ ਕੰਨੇ ਜੁੜੇ ਦੇ ਜਿਹੜੇ ਸੁਧਾਰ ਕਰਾ ਕਰਨੇ ਆ ਉਸ ਦੀ ਦੁਨੀਆ ਬੜੀ ਬਰੀਕੀ ਕੰਨੇ ਦਿਖਾ ਕਰਦੀ ਹੈ ਤੇ ਉਸੇ ਦੀ ਵਜ੍ਹਾ ਹੈ ਜੰਦੇ ਬਰੇ ਭਾਰਤ 'ਚ ਐਫ ਡੀ ਆਈ 'ਚ ਅਜੇ ਤੱਕ ਦੇ ਸਭੈ ਰਿਕਾਰਡ ਤੋੜੀ ਦਿੱਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਅਜੇ ਤੱਕ ਦੇ ਸਭੈ ਰਿਕਾਰਡ ਤੋੜੀ ਦਿੱਤੇ ਜੰਦੇ ਬਰੇ ਭਾਰਤ 'ਚ ਐਫ ਡੀ ਆਈ 'ਚ 18 ਫੀਸਦ ਦਾ ਵਾਧਾ ਹੋਇਆ ਬੜੋਤਰੀ ਹੋਈ ਹੈ ਤੇ ਇਸ ਕਰੀਏ ਕਰੋਨਾ ਦੇ ਇਸ ਸਮੇਂ ਚ ਵੀ ਦੁਨੀਆ ਦੀ ਵੱਡੀ ਵੱਡੀ ਕੰਪਨੀਆਂ ਭਾਰਤ आले ਪਾਸ ਹੈ ਰੁਖ ਕਰਾ ਕਰਦੀਆਂ ਨਾ ਇਹ ਵਿਸ਼ਵਾਸ ਇਆਂ ਦਾ ਪੈਦਾ ਨਹੀਂ ਹੁਆ ਇਆਂ ਦਾ ਦੁਨੀਆ ਮੋਹਤ ਨਹੀਂ ਹੋਈ ਇਹਦੇ ਲਈ ਭਾਰਤ ਨੇ ਆਪਣੀ ਨੀਤੀਆਂ ਪਰ ਭਾਰਤ ਨੇ ਆਪਣੇ ਲੋਕਤੰਤਰ ਉੱਪਰ ਭਾਰਤ ਨੇ ਆਪਣੀ ਅਰਥਵਿਵਸਥਾ ਦੀ ਬੁਨਿਆਦ ਦੀ ਮਜ਼ਬੂਤੀ ਉੱਪਰ ਜਿਹੜੇ ਕੰਮ ਕੀਤੇ ਨਾ ਉਹਨੇ ਇਹ ਵਿਸ਼ਵਾਸ ਜਗਾਇਆ ਹੈ ਦੁਨੀਆ ਪਰ ਦੇ ਨੇਕਾਂ ਵਪਾਰ ਭਾਰਤ ਕੀ ਆਪੂਰਤੀ ਸ਼੍ਰੇਣਕਲਾ ਦੇ ਕੇਂਦਰ ਦੇ ਰੂਪ ਵਿੱਚ ਅੱਜ ਦਿਖਾ ਕਰ ਦੇਣ ਹੁਣ ਅਸੀਂ ਕੀ ਮੇਕ ਇਨ ਇੰਡੀਆ ਦੇ ਕੰਨੇ ਕੰਨੇ ਮੇਕ ਫॉर वर्ल्ड ਇਸ ਮੰਤਰ ਕੀ ਲਈਏ ਵੀ ਅਸੀਂ ਅੱਗੇ ਵਧਣਾ 130 ਕਰੋੜ ਦੇਸ਼ ਵਾਸੀਆਂ ਦੀ ਸਮਰਥ ਜਿਸ ਲੈ ਇੱਕੇ ਸਮੇਂ ਚ ਜਰਾ ਚੇਤਾ ਕਰੋ ਪਿਛਲੇ ਕੁਝ ਦਿਨ 130 ਕਰੋੜ ਦੇਸ਼ ਵਾਸੀਆਂ ਦੀ ਸਮਰਥ ਲਈ ਗਰਵ ਕਰੋ ਕਰੋਨਾ ਦੇ ਇਸ ਲੰਮੇ ਸਮੇਂ ਚ ਇੱਕ ਬੱਖੀ ਚੱਕਰਵਾਤ ਪੂਰੇ ਵਿੱਚ ਵੀ ਚੱਕਰਵਾਤ ਪੱਛਮ ਵਿੱਚ ਵੀ ਚੱਕਰਵਾਤ ਬਿਜਲੀ ਪਾਉਣੇ ਕਰੀ ਨੇਕਾਂ ਲੋਕਾਂ ਦੀ ਮੌਤ ਦੀਆਂ ਖਬਰਾਂ ਕੁਤਾ ਬਾਰ-ਬਾਰ ਲਾਸ ਪਸੀਆਂ ਪੌਣੇ ਦੀਆਂ ਘਟਨਾ ਨਿੱਕੇ ਮੁਟੇ ਪੁਚਾਲ ਦੇ ਛਟਕੇ ਇੰਨਾ ਘਟ ਹ ਤਾਂ ਸਾਢੇ ਕਿਰਸਾਨੇ ਲਈ ਟਿੱਡੀ ਦਲ ਦੀ ਮੁਸੀਬਤ ਵੀ ਆਈ ਪਤਾ ਨਹੀਂ ਕਿੱਥੇ ਇੱਕ ਦੇ ਮਗਰਾ ਇੱਕ ਮੁਸੀਬਤਾਂ ਦਾ ਢੇਰ ਲੱਗੀ ਗਿਆ ਪਰ ਉਹਦੇ باوجود ਵੀ ਮੁਲਖ ਨੇ ਜਰਾ ਵੀ ਆਪਣਾ ਵਿਸ਼ਵਾਸ ਨਹੀਂ ਮੋਆਇਆ ਮੁਲਖ ਆਤਮ ਵਿਸ਼ਵਾਸ ਦੇ ਕੰਨੇ ਅੱਗੇ ਵਧਦਾ ਗਿਆ ਦੇਸ਼ ਵਾਸੀਆਂ ਦੇ ਜੀਵਨ ਦੀ ਮੁਲਖ ਦੀ ਅਰਥ ਵਿਵਸਥਾ ਦੀ ਕਰੋਨਾ ਦੇ ਅਸਰ ਥਮਾ ਤੋਲੇ ਸ਼ਾ ਤੋਲੇ ਬਾਹਰ ਅੰਨਣਾ ਅੱਜ ਸਾੜੀ ਪ੍ਰਾਥਮਿਕਤਾ ਇਹਦੇ ਚ ਅਹਿਮ ਭੂਮਿਕਾ ਰੋਗ ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ ਦੀ ਇਸ ਵਾਰੀ 110 ਲੱਖ ਕਰੋੜ ਉਹਦੇ ਕੋਲ ਆ ਵੀ ਮਤੇ ਖਰਚੇ ਕੀਤੇ ਜਾਂਗਣ ਇਹਦੇ ਲਈ ਵੱਖਰੇ ਵੱਖਰੇ ਸੈਕਟਰਾਂ ਚ ਲਗਭਗ 7000 ਪ੍ਰੋਜੈਕਟਾਂ ਦੀ ਪੰਛਾਣ ਕਰੀ ਲੈਤੀ ਗਈ ਦੀ ਹੈ ਇਹਦੇ ਕੰਨੇ ਮੁਲਖ ਦੇ ਪੂਰੇ ਪਰਾਤੇ ਤਾਂ ਜਾਗਤ ਵਿਕਾਸ ਕੀ ਇੱਕ ਨਵੀਂ ਦਿਸ਼ਾ ਵੀ ਮਿਲਗ ਇੱਕ ਨਵੀਂ ਗਤੀ ਵੀ ਮਿਲਗ ਤੇ ਇਹਦੇ ਕੰਨੇ ਮੇਸ਼ਾ ਇਹ ਆਖਿਆ ਜਾਂਦਾ ਹੈ ऐसे ਸੰਕਟ ਦੀ ਘੜੀ 'ਚ ਜਿੰਨਾ ਮਤਾਟਾਂ ਚਗਤ ਵਿਕਾਸ ਕੀ ਬਲ ਦਿੱਤਾ ਜਾ ਤਾਂ ਜੇ ਆਰਥਿਕ ਗਤੀਵਿਧੀਆਂ ਵੱਧਦੀਆਂ ਲੋਕਾਂ 'ਗੀ ਰੋਜ਼ਗਾਰ ਮਿਲਦਾ ਹੈ ਕੰਮ ਮਿਲਦਾ ਹੈ ਉਹਦੇ ਕੰਨੇ ਜੁੜੇ ਦੇ ਕਈ ਕੰਮ ਵੀ ਕਿੱਠੇ ਚਲੀ ਪੌਂਦੇ ਨੇ ਨਿੱਕੇ ਵੱਡੇ ਉਦਯੋਗ ਕਿਸਾਨ ਅਰ ਮਝਾਟਲੇ ਤਬਕੇ 'ਗੀ ਇਹਦਾ ਬੜਾ ਲਾ ਹੁੰਦਾ ਹੈ ਤੇ ਅੱਜ ਮੈਂ ਇੱਕ ਗੱਲ ਚੇਤਾ ਕਰਨਾ ਚਾਹਨਾ ਜਿਸ ਲੈ ਅਟਲ ਬਿਹਾਰੀ ਬਾਜਪਈ ਔਰ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਹੈ ਉਸਨੇ ਉਹਨੇ ਸਵਰਨਿਮ ਚਤੁਰਭੁਜ ਦੀ ਇੱਕ ਬੜੀ ਵੱਡੀ ਦੂਰਅਤਗਰ ਅਸਰ ਕਰਨ ਵਾਲੀ ਯੋਜਨਾ ਦੀ ਸ਼ੁਰੂ ਕੀਤਾ ਹ ਤੇ ਮੁਲਕ ਦੇ ਰੋਡ ਮੈਪ ਦੇ ਇਨਫਰਾਸਟ੍ਰਕਚਰ ਦੀ ਨੈਕਸਟ ਜਨਰੇਸ਼ਨ ਪਰ ਲਈ ਗਏ ਹੈ ਅੱਜ ਵੀ ਉਸ ਸਵਰਨਿਮ ਚਤੁਰਭੁਜ ਵਾਲੀ ਬਖੀ ਮੁਲਕ ਬੜੇ ਗਰਵ ਕੰਨੇ ਦਿਖਾ ਕਰਦਾ ਜੇ ਹਾਂ ਸਾੜਾ ਹਿੰਦੁਸਤਾਨ ਬਦਲਾ ਕਰਦਾ ਦਿਖਾ ਕਰਦਾ ਹੈ ਮੇਰੇ ਪਿਆਰੇ ਦੇਸ਼ ਵਾਸੀਓ ਅਟਲ ਜੀ ਹੋਰੇ ਆਪਣੇ ਸਮੇਂ ਚ ਇਹ ਕੰਮ ਕੀਤਾ ਪਰ ਉਹ ਨਸੇ ਉਸੀ ਅੱਗੇ ਲਈ ਜਾਣਾ ਹੈ ਅਸੀਂ ਨਵੀਂ ਬੱਖੀ ਲਈ ਜਾਣਾ ਹੈ ਤੇ ਉਹ ਨਸ ਸਾਈਲੋਸ ਵਿੱਚ ਨਹੀਂ ਚਲੀ ਸਕਦੇ ਅਸ ਇਨਫਰਾਸਟ੍ਰਕਚਰ ਕੀ ਸਿੜਕ ਦਾ ਸਿੜਕ ਆਲਾ ਕੰਮ ਕਰੋ ਰੇਲ ਦਾ ਰੇਲ ਵਿੱਚ ਚਲੀ ਜਾਗ ਨਾ ਰੇਲ ਦਾ ਸਿੜਕ ਕੰਨੇ ਸਰਬੰਧ ਨਾ ਸਿੜਕ ਦਾ ਰੇਲ ਕੰਨੇ ਸਰਬੰਧ ਨਾ ਵਾਈ ਅੱਡੇ ਦਾ ਬੰਦਰਗਾਹ ਕੰਨੇ ਸੰਬੰਧ ਨਾ ਬੰਦਰਗਾਹ ਦਾ ਵਾਈ ਅੱਡੇ ਕੰਨੇ ਸਰਬੰਧ ਨਾ ਰੇਲਵੇ ਸਟੇਸ਼ਨ ਦਾ ਬਸ ਅੱਡੇ ਕੰਨੇ ਸਰਬੰਧ ਨਾ ਬਸ ਅੱਡੇ ਦਾ ਰੇਲਵੇ ਕੰਨੇ ਸਰਬੰਧ ਅਸੀ ਸਥਿਤੀ ਨਹੀਂ ਚਾਹੀਦੀ ਹੁਣ ਅਸੀਂ ਸਾਰਾ ਇਨਫਰਾਸਟ੍ਰਕਚਰ ਵਿਆਪਕ ਉਹ ਹੈ ਸੰਗਠਿਤ ਉਹ ਹੈ ਇੱਕ ਦੂਏ ਦੇ ਪੂਰਕ ਉਹ ਹੈ ਰੇਲ ਥਮਾ ਸੜਕ ਪੂਰਕ ਉਹ ਹੈ ਸੜਕ ਥਮਾ ਸਮੁੰਦਰੀ ਬੰਦਰਗਾਹ ਪੂਰਕ ਉਹ ਹੈ ਸਮੁੰਦਰੀ ਬੰਦਰਗਾਹ ਥਮਾ ਬੰਦਰਗਾਹ ਪੂਰਕ ਉਹ ਹੈ ਇਹ ਅਸਾਂ ਦੀ ਇੱਕ ਨਵੀਂ ਸਦੀ ਆਸਤਾ ਹੈ ਮਲਟੀ ਮਾਡਲ ਕਨੈਕਟੀਵਿਟੀ ਇਨਫਰਾਸਟ੍ਰਕਚਰ ਇਸ ਕੀ ਜੋੜਨੇ ਆਸਤਾ ਹੈ ਆਸੂਣ ਅੱਗੇ ਵਧਾ ਕਰਨੇ ਆ ਤੇ ਇੱਕ ਨਵਾਂ ਆਯਾਮ ਹੋਗ ਬੜਾ ਵੱਡਾ ਸੁਖਣਾ ਲਈ ਹੈ ਇਦੇ ਉੱਪਰ ਕੰਮ ਸ਼ੁਰੂ ਕੀਤਾ ਹੈ ਤੇ ਮਿਗੀ ਵਿਸ਼ਵਾਸ ਹੈ ਜੇ ਸਾਈਲੋਸ ਕੀ ਖਤਮ ਕਰੀ ਹੈ ਸਾਢੇ ਇਸ ਪੂਰੀ ਵਿਵਸਥਾ ਕੀ ਇੱਕ ਨਵੀਂ ਤਾਕਤ ਦੇਗੇ ਇਹਦੇ ਕੰਨੇ-ਕੰਨੇ ਸਾਢੇ ਸਮੁੰਦਰੀ ਕੰਡੇ ਵਿਸ਼ਵ ਵਪਾਰ ਵਿੱਚ ਸਮੁੰਦਰੀ ਕੰਡੇ ਦਾ ਆਪਣਾ بڑا ਮਹੱਤਵ ਹੁੰਦਾ ਹੈ ਜਿਸ ਲੈ ਅਸ ਬੰਦਰਗਾਹ ਪਰ ਅਧਾਰਿਤ ਵਿਕਾਸ ਕੀ ਲਈਏ ਚਲੇ ਆ ਤਾਂ ਅਸ ਆਉਣ ਵਾਲੇ ਦਿਨੇ ਚ ਸਮੁੰਦਰੀ ਕੰਡੇ ਦੇ ਪੂਰੇ ਹਿੱਸੇ ਚ ਫੋਰ ਲੇਨ ਛੜਕ ਬਣਾਉਣੇ ਦੀ ਦਿਸ਼ਾ ਚ ਇੱਕ ਆਧੁਨਿਕ ਢਾਂਚਾ ਕਾਇਮ ਕਰਨੇ ਪਰ ਅਸ ਕੰਮ ਕਰਗੇ ਮੇਰੇ ਪਿਆਰੇ ਦੇਸ਼ ਵਾਸਿਓ ਸਾਡੇ ਇੱਥੇ ਸ਼ਾਸਤਰਾਂ ਚ ਇੱਕ ਬੜੀ ਵੱਡੀ ਗੱਲ ਹੈ ਤੇ ਬੜੀ ਮਹੱਤਵਪੂਰਨ ਗੱਲ ਆਖੀ ਗਈ ਹੈ ਸਾਡੇ ਇੱਥੇ ਸ਼ਾਸਤਰਾਂ ਚ ਆਖਿਆ ਗਿਆ ਹੈ ਸਾਮਰਥ ਮੂਲਮ ਸਵਤੰਤਰਮ ਸਾਮਰਥ ਮੂਲਮ ਸਵਤੰਤਰਮ ਸ਼੍ਰਮ ਮੂਲਮ ਚ ਵੈਭਵਮ ਸ਼੍ਰਮ ਮੂਲਮ ਚ ਵੈਭਵਮ ਯਾਨੀ ਕੁਸੇ ਸਮਾਜ ਦੀ ਕੁਸੇ ਵੀ ਰਾਸ਼ਟਰ ਦੀ ਆਜ਼ਾਦੀ ਦਾ ਸਰੋਤ ਉਹਦੀ ਸਮਰਥ ਹੁੰਦੀ ਹੈ ਤੇ ਉਹਦੇ ਵਿਵਭਵ ਉਹਦੇ ਤਰੱਕੀਵਾਦ ਦੇ ਦਾ ਸਰੋਤ ਉਹਦੀ ਸ਼੍ਰਮ ਸ਼ਕਤੀ ਹੈ ਤੇ ਇਸ ਕਰੀਏ ਆਮ ਨਾਗਰਿਕ ਸ਼ਹਿਰ ਹੋਣੀਆਂ ਗ੍ਰਾਂ ਉਹਦੀ ਮਿਹਨਤ ਦਾ ਕੋਈ ਮੁਕਾਬਲਾ ਨਹੀਂ ਹੈ ਮਿਹਨਤ ਕਸ਼ ਸਮਾਜ ਕੀ ਜਿਸ ਲੈ ਸਹੂਲਤਾ ਮਿਲਦੀਆਂ ਨ ਜੀਵਨ ਦਾ ਸੰਘਰਸ਼ ਰੋਜ਼ ਮਰਾਂ ਦੀਆਂ ਮੁਸੀਬਤਾਂ ਜਿਸ ਲੈ ਘਟ ਹੁੰਦੀਆਂ ਨ ਤਾਂ ਉਹਦੀ ਊਰਜਾ ਉਹਦੀ ਸ਼ਕਤੀ ਬੜੀ ਖਿੜੀ ਉੱਠਦੀ ਹੈ ਬੜੇ ਕਮਾਲ ਕਰੀ ਦਿੰਦੀ ਹੈ ਪਿਛਲੇ 6 ਮਹੀਨਿਆਂ ਚ ਮੁਲਕ ਦੇ ਮਿਹਨਤੀ ਬਸਨੀਕਿਆਂ ਦਾ ਜੀਵਨ ਬਿਹਤਰ ਬਣਾਉਣੇ ਆਸਤੇ ਨੇਕਾਂ ਕੰਮੇ ਦਾ ਸਿਲਸਿਲਾ ਚਲਾਇਆ ਗਿਆ ਹੈ ਨੇਕਾਂ ਅਭਿਆਨ ਚਲਾਏ ਗੇ ਨਾ ਤ ਉਸ ਦਿਖੋ ਬੈਂਕ ਖਾਤਾ ਹੋਵੇ ਪੱਕੇ ਘਰੇ ਦੀ ਗੱਲ ਹੋਵੇ ਇੰਨੀ ਵੱਡੀ ਗਿੰਤਰੀ ਚ ਸ਼ੋਚਾਲੇ ਬਣਾਣੇ ਹੋਣ ਹਰ ਘਰ 'ਚ ਬਿਜਲੀ ਕਨੈਕਸ਼ਨ ਭਜਾਣਾ ਹੋਵੇ ਮਾਤਾਏ ਭੈਣੇਗੀ ਧੂਏ ਥਵਾ ਮੁਕਤ ਕਰਨੇ ਲਈ ਗੈਸ ਦਾ ਕਨੈਕਸ਼ਨ ਦੇਣਾ ਹੋਵੇ ਗਰੀਬ ਥਵਾ ਗਰੀਬ ਦੀ ਬੀਮਾ ਸੁਰੱਖਿਆ ਦੇਣੇ ਦੀ ਕੋਸ਼ਿਸ਼ ਹੋਵੇ 5 ਲੱਖ ਰੁਪਏ ਤੱਕ ਖਰੇ ਕੋਲਾ ਖਰੇ ਹਸਤਾਲੇ ਚ ਮੁਫਤ ਲਾਜ ਕਰਾਉਣੇ ਲਈ ਆਯੁਸ਼ਮਾਨ ਭਾਰਤ ਯੋਜਨਾ ਹੈ ਰਾਸ਼ਨੇ ਦੀਆਂ ਹਟੀਆਂ ਦੀ ਟੈਕਨੋਲੋਜੀ ਕੰਨੇ ਜੋੜਨੇ ਦੀ ਗੱਲ ਹੋਇਆ ਹਰ ਗਰੀਬ ਹਰ ਵਿਅਕਤੀ ਵਿਜਨ ਕੁਸਾ ਫਰਕੋ ਫਰਕੀ ਦੇ ਪੂਰੀ ਪਾਰਦਰਸ਼ਿਤਾ ਦੇ ਕੰਨੇ ਉਸ ਦੀ ਲਾਭ ਜਾਣੇ ਲਈ ਪਿਛਲੇ 6 ਬਰਾਂ ਚ ਬੜੀ ਖਰੀ ਚਾਲੀ ਕਨੇ ਤਰੱਕੀ ਕੀਤੀ ਹੈ ਕਰੋਨਾ ਦੇ ਸੰਕਟ ਇਚ ਵੀ ਇਨੇ ਵਿਵਸਥਾਏ ਚ ਬੜੀ ਮਦਦ ਮਿਲੀ ਹੈ ਇਸ ਦੌਰਾਨ ਕਰੋੜੇ ਗਰੀਬ ਪਰਿਵਾਰਾਂ ਦੀ ਮੁਫਤ ਗੈਸ ਸਿਲੰਡਰ ਪੂਜਨਾ ਰਾਸ਼ਨ ਕਾਰਡ ਹੋਇਆ ਜਾਂ ਨਹੀਂ ਹੋਇਆ 80 ਕਰੋੜ ਕੋਲਾ ਮਤੇ ਮੇਰੇ ਦੇਸ਼ਵਾਸੀਆਂ ਕੀ ਉਹਦੇ ਘਰੇ ਦਾ ਚੂਲਾ ਜਲਦਾ ਰਵੈ 80 ਕਰੋੜ ਦੇਸ਼ਵਾਸੀਆਂ ਕੀ ਮੁਫਤਿ ਚ ਅੰਨ ਦਾਣਾ ਪਹਜਾਣੇ ਦਾ ਕੰਮ ਹੋਇਆ 90000 ਕਰੋੜ ਰੁਪਏ ਕੋਲਾ ਮਤੇ ਸਿੱਧੇ ਬੈਂਕ ਖਾਤੇ ਚ ਪੈਸੇ ਮੁਤਕਲੋਏ ਕਿਸ ਭਰੇ ਪਹਿਲੇ ਤੇ ਸੋਚੀ ਵੀ ਨਹੀਂ ਸਕਦੇ ਹੈ ਕਲਪਨਾ ਵੀ ਨਹੀਂ ਕਰੀ ਸਕਦੇ ਹੈ ਜੇ ਦਿੱਲੀ ਥਾਂ 1 ਰੁਪਿਆ ਨਿਕਲੈ ਤਾਂ 100 ਦੇ 100 ਪੈਸੇ ਗਰੀਬ ਦੇ ਖਾਤੇ ਚ ਜਮ੍ਹਾ ਹੋਈ ਜਾਣ ਇਹ ਪਹਿਲੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਹ ਆਪਣੇ ਗ੍ਰਾਂਚ ਰੋਜ਼ਗਾਰ ਲਈ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਸ਼ੁਰੂ ਕੀਤਾ ਗਿਆ ਹੈ ਸ਼ਰਮਿਕ ਸਾਥੀ ਆਪਣੇ ਆਪ ਦੀ ਰੀਸਕਿਲ ਕਰਨ ਅਪਸਕਿਲ ਕਰਨ ਇਸ ਪਰ ਵਿਸ਼ਵਾਸ ਕਰਦੇ ਹੋਈ ਸ਼ਰਮ ਸ਼ਕਤੀ ਪਰ ਪ੍ਰੋਸਾ ਕਰਦੇ ਹੋਈ ਗ੍ਰਾਂ ਤੇ ਸੰਸਾਧਨੇ ਪਰ ਪ੍ਰੋਸਾ ਕਰਦੇ ਹੋਈ ਅਸ ਵੋਕਲ ਫਾਰ ਲੋਕਲ ਕੀ ਬਲ ਦਿੰਦੇ ਹੋਈ ਰੀਸਕਿਲ ਅਪਸਕਿਲ ਦੇ ਰਾਹੇ ਅਸ ਸਾਰੇ ਮੁਲਕ ਦੀ ਸ਼ਰਮ ਸ਼ਕਤੀ ਕੀ ਸਾਰੇ ਗਰੀਬੇਂ ਕੀ ਸਸ਼ਕਤ ਬਣਾਉਣੇ ਦੀ ਦਿਸ਼ਾ ਚ ਅਸ ਕੰਮ ਕਰਾਰਨੇ ਆ ਸ਼ਹਿਰ ਚ ਜਿਹੜੇ ਸਾਰੇ ਸ਼ਰਮਿਕਨ ਕੀ ਜੇ ਆਰਥਿਕ ਗਤੀਵਿਧੀ ਦਾ ਕੇਂਦਰ ਸ਼ਹਿਰ ਹੈ ਗ੍ਰਾਂਥਵਾ ਲੋਕ ਦੂਰੇ ਦੂਰੇ ਥਮਾ ਸ਼ਹਿਰ ਚ ਆਉਂਦੇ ਨ ਸਟਰੀਟ ਵੈਂਡਰ ਹੋਣ ਰੇੜੀ ਫੜੀ ਵਾਲੇ ਲੋਕ ਹੋਣ ਅੱਜ ਬੈਂਕੇ ਥਮਾ ਉਹਨੇ ਕੀ ਸਿੱਧੇ ਪੈਸੇ ਦੇਣੇ ਦੀ ਯੋਜਨਾ ਚਲਾ ਕਰਦੀ ਹੈ ਲੱਖੇ ਲੋਕੇ ਇੰਨੇ ਘੱਟ ਸਮੇਂ ਚ कोरोना ਦੇ ਇਸ ਸਮੇਂ ਚ ਇਹਦਾ ਲਾਹ ਠੁਆਇਆ। ਉਹਨਾਂ ਨੇ ਕਿ ਕਿਸੇ ਥਮਾ ਮਤੇ सूद ਉਪਰ ਪੈਸੇ ਲੈਣੇ ਦੀ ਲੋੜ ਨਹੀਂ ਪੋਗ। ਬੈਂਕ ਥਮਾ ਉਹ ਪੂਰੇ ਅੱਕਾ ਕੰਨੇ ਆਪਣੇ ਪੈਸੇ ਲਈ ਸਕੋਗ। ਉਸੇ ਚਾਲੀ ਕੰਨੇ ਜਿਸ ਲਈ ਸ਼ਹਿਰ ਵਿੱਚ ਸਾਢੇ ਸ਼ਰਮਿਕ ਆਉਂਦੇ ਨਾ ਉਹਨੇ ਕੀ ਰੋਣੇ ਦੀ ਜਿਗਰ ਖਰੀ ਸਹੂਲਤ ਮਿਲੀ ਜਾ ਤਾਂ ਉਹਦੇ ਕੰਮ ਕਰਨੇ ਦੀ ਸਮਰਥਿਚ ਬੜਾ ਵਾਦਾ ਹੁੰਦਾ ਹੈ। ਤੇ ਇਸੇ ਗੱਲ ਕੀ ਧਿਆਨ ਵਿੱਚ ਰੱਖਦੇ ਹੋਈ ਸ਼ਹਿਰ ਦੇ ਅੰਦਰ ਉਹਦੇ ਲਈ ਅਸੀਂ ਰਿਆਇਸ਼ ਦੀ ਵਿਵਸਥਾ ਦੀ ਇੱਕ ਬੜੀ ਵੱਡੀ ਯੋਜਨਾ ਬਣਾਈ ਹੈ ਤਾਂ ਜੇ ਸ਼ਹਿਰੇ ਦੇ ਅੰਦਰ ਜਿਸਲੇ ਸ਼ਰਮਿਕ ਔਗ ਤਾਂ ਉਹ ਆਪਣੇ ਕੰਮ ਵਾਸਤੇ ਮੁਕਤ ਮਣੇ ਕੰਨੇ ਪੂਰੇ ਵਿਸ਼ਵਾਸ ਦੇ ਕੰਨੇ ਅੱਗੇ ਵਧੀ ਸਕਲ ਮੇਰੇ ਪਿਆਰੇ ਦੇਸ਼ਵਾਸੀਓ ਇਹ ਵੀ ਸਹੀ ਹੈ ਜੇ ਵਿਕਾਸ ਦੀ ਇਸ ਯਾਤਰਾ 'ਚ ਵੀ ਅਸੀਂ ਦੇਖਿਆ ਹੈ ਜੀਆਂ ਸਮਾਜ ਜੀਵਨ 'ਚ ਕਿਛ ਤਬਕੇ ਪਿੱਛੇ ਰਹੀ ਜਾਂਦੇ ਨ ਗਰੀਬੀ ਥਮਾ ਬਾਹਰ ਨਹੀਂ ਨਿਗਲੀ ਸਕਦੇ ਉਹਾਂਗੇ ਰਾਸ਼ਟਰ ਜੀਵਨ 'ਚ ਵੀ ਕਿਛ ਖੇਤਰ ਹੁੰਦਨ ਕਿਸੇ ਇਸੇ ਹੁੰਦੇਨ ਕਿਸ ਇਲਾਕੇ ਹੁੰਦੇਨ ਜਿਹੜੇ ਪਿੱਛੇ ਰਹੀ ਜਾਂਦੇਨ ਆਤਮ ਨਿਰਭਰ ਭਾਰਤ ਬਣਾਉਣੇ ਆਸਤੇ ਸਾੜੇ ਲਈ ਸੰਤੁਲਿਤ ਵਿਕਾਸ ਬੜਾ ਜ਼ਰੂਰੀ ਹੈ ਤੇ ਅਸੀਂ 110 ਥਮਾ ਮਤੇ ਆकांक्षी ਜ਼ਿਲ੍ਹੇ ਦੀ ਪੰਛਾਨ ਕੀਤੀ ਹੈ ਉਹ ਕਿਹੜੇ 110 ਜ਼ਿਲ੍ਹੇ ਜਿਹੜੇ ਔਸਤ ਥਮਾ ਵੀ ਪਿੱਛੇ ਨੇ ਉਹਨੇ ਕੀ ਰਾਜੇ ਦੀ ਤੇ ਰਾਸ਼ਟਰ ਦੀ ਔਸਤ ਤਕਰ ਲਈ ਆਉਣਾ ਹੈ ਸਭਨੇ ਪੇਮਾਨੇ ਪਰ ਆਨਣਾ ਹੈ ਉੱਥੇ ਦੇ ਲੋਕਾਂ ਨੂੰ ਹੀ ਬਿਹਤਰ ਸਿੱਖਿਆ ਮਿਲੈ ਉੱਥੇ ਦੇ ਲੋਕਾਂ ਨੂੰ ਹੀ ਬਿਹਤਰ ਸਿਹਤ ਸਹੂਲਤਾਂ ਮਿਲਣ ਉੱਥੇ ਦੇ ਲੋਕਾਂ ਅਸਤੇ ਰੋਜ਼ਗਾਰ ਦੇ ਮਕਾਮੀ ਮੌਕੇ ਪੈਦਾ ਹੋਣ ਤੇ ਉਹਦੇ ਲਈ ਲਗਾਤਾਰ ਅਸੀਂ 110 ਜ਼ਿਲ੍ਹੇ ਜਿਹੜੇ ਸਾੜੀ ਵਿਕਾਸ ਯਾਤਰਾ ਚ ਕੁਦਾ ਪਿੱਛੇ ਰਹੀ ਗਏ ਦਿਨ ਉਹਨੇ ਕੀ ਅੱਗੇ ਲਈ ਹੈ ਜਾਣ ਅਸਤੇ ਯਤਨ ਕਰਾ ਕਰਨਿਆਂ ਮੇਰੇ ਪਿਆਰੇ ਦੇਸ਼ਵਾਸੀਓ ਆਤਮ ਨਿਰਭਰਤਾ ਦੀ ਅਹਿਮ ਪ੍ਰਾਥਮਿਕਤਾ ਆਤਮ ਨਿਰਭਰ ਖੇਤੀ ਤੇ ਆਤਮ ਨਿਰਭਰ ਕਰਸਾਨ ਤੇ ਇਸ ਦੀ ਅਸ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰੀ ਸਕਨੇ ਆ ਕਿਸਾਨ ਕੀ ਪਿਛਲੇ ਦਿਨੇ ਅਸੀਂ ਦੇਖਿਆ ਹੈ ਇੱਕ ਦੇ ਬਾਅਦ ਇੱਕ ਸੁਧਾਰ ਆਜ਼ਾਦੀ ਦੇ ਇੰਨੇ ਬਰੇ ਦੇ ਪ੍ਰੰਤ ਕੀਤੇ ਗੇਨ ਕਿਸਾਨ ਕੀ ਸਭਨੇ ਬੰਦਿਸ਼ੇ ਤੁਮਾ ਮੁਕਤ ਕਰਨਾ ਹੋਇਆ ਇਹ ਕੰਮ ਅਸੀਂ ਕਰੀ ਦਿੱਤਾ ਤੁਸ ਸੋਚੀ ਨਹੀਂ ਸਕਦੇ ਹੋਗੇ ਸਾਡੇ ਮੁਲਕੇ ਚ ਤੁਸ ਜੇਕਰ ਸਾਬਣ ਬਣਾਉਂਦੇ ਹੋ ਹਿੰਦੁਸਤਾਨ ਦੇ ਦੋਹੇ ਕੋਨੇ ਚ ਜਾਈਏ ਸਾਬਣ ਵੇਚੀ ਸਕਦੇ ਹੋ ਜੋਸ ਜੇਕਰ ਕਪੜਾ ਬਣਾਉਂਦੇ ਹੋ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਜਾਈਏ ਕਪੜਾ ਵੇਚੀ ਸਕਦੇ ਹੋ ਤੋ ਉਸ ਖੰਡ ਬਣਾਓ ਖੰਡ ਵੇਚੀ ਸਕਦੇ ਹੋ ਪਰ ਮੇਰਾ ਕਿਸਾਨ ਮਤੇ ਲੋਕਾਂ ਕੀ ਪਤਾ ਨਹੀਂ ਹੋਗ ਮੇਰੇ ਦੇਸ਼ ਦਾ ਕਿਸਾਨ ਜਿਹੜਾ ਉਤਪਾਦਨ ਕਰਦਾ ਹ ਨਾ ਉਹ ਆਪਣੀ ਮਰਜ਼ੀ ਕੰਨੇ ਵੇਚੀ ਸਕਦਾ ਹ ਨਾ ਆਪਣੀ ਮਰਜ਼ੀ ਕੰਨੇ ਜਿੱਥੇ ਵੇਚਣਾ ਚਾਹੁੰਦਾ ਹ ਉਥੇ ਵੇਚੀ ਸਕਦਾ ਹ ਉਹਦੇ ਲਈ ਜਿਹੜਾ ਦਾਇਰਾ ਤੈਅ ਕੀਤੇ ਦਾ ਹ ਉਥੇ ਗਏ ਵੇਚਣਾ ਪਉਂਦਾ ਹ ਉਹਨੇ ਸਭਨੇ ਬੰਦਿਸ਼ਾਂ ਕੀ ਅਸੀਂ ਖਤਮ ਕਰੀ ਦਿੱਤਾ ਹੈ ਉਹ ਹਿੰਦੁਸਤਾਨ ਦਾ ਕਿਸਾਨ ਉਸ ਆਜ਼ਾਦੀ ਦੇ ਸਾਹੀ ਲਈ ਸਕਲ ਤਾਂ ਜੇ ਉਹ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਚ ਦੁਨੀਆ ਦੇ ਕਿਸੇ ਵੀ ਕੋਨੇ ਚ ਆਪਣਾ ਮਾਲ ਵੇਚਣਾ ਚਾਹੁੰਦਾ ਹੈ ਉਹ ਆਪਣੀ ਸ਼ਰਤਾਂ ਉੱਪਰ ਵੇਚੀ ਸਕਲ ਇਸ ਗੱਲੇ ਕੀ ਅਸੀਂ ਪੱਕਾ ਕੀਤਾ ਹੈ ਅਸੀਂ ਕਿਸਾਨ ਦੀ ਆਉਂਦਨ ਦੀ ਵਧਾਣੇ ਆਸਤੇ ਨੇਕਾਂ ਵਿਕਲਪਿਕ ਚੀਜ਼ਾਂ ਕੀ ਵੀ ਬਲ ਦਿੱਤਾ ਹੈ ਉਦੀ ਕਿਸਾਨੀ ਚ ਇਨਪੁਟ ਲਾਗਤ ਕਿੰਾਂ ਘਟੋ ਐ ਸੋਲਰ ਪੰਪ ਉਸ ਦੀ ਡੀਜ਼ਲ ਪੰਪ ਥਾਂ ਮੁਕਤੀ ਕਿੰਾਂ ਦਵਾਈ ਦੇਣ ਅੰਨਦਾਤਾ ਊਰਜਾਦਾਤਾ ਕਿੰਾਂ ਬਣਾ ਪੋਰ ਪਾਲਣੋ ਐ ਮੱਛਲੀ ਪਾਲਣੋ ਐ ਕੁੱਕੜੀ ਪਾਲਣੋ ਐ ਐਸੀ ਨੇਕਾਂ ਚੀਜ਼ਾਂ ਉਹਦੇ ਕੰਨੇ ਜੁੜੀ ਜਾਣ ਤਾਂ ਜੇ ਉਹਦੀ ਆਉਂਦਨ ਦੁਣੀ ਹੋਈ ਜਾ ਉਸ ਦਿਸ਼ਾ ਚ ਅਸ ਲਗਾਤਾਰ ਕੰਮ ਕਰਾ ਕਰਨੇ ਆ ਅੱਜ ਸਮੇਂ ਦੀ ਮੰਗ ਐ ਜੇ ਸਾਰਾ ਖੇਤੀ ਖੇਤਰ ਆਧੁਨਿਕ ਬਣੇ ਮੁੱਲ ਵਿੱਚ ਵਾਧਾ ਹੋਇਆ ਗੁਣੇ ਤੱਤ ਵਿੱਚ ਵਾਧਾ ਹੋਇਆ ਖਾਦੇ ਪ੍ਰਸੰਸਕਰਣ ਹੋਏ ਪੈਕੇਜਿੰਗ ਦੀ ਵਿਵਸਥਾ ਹੋਏ ਉਸ ਦੀ ਸਾਹਮਣੇ ਦੀ ਵਿਵਸਥਾ ਹੋਏ ਤੇ ਇਸ ਕਰੀਏ ਸ਼ਹਿਲ ਇਨਫਰਾਸਟ੍ਰਕਚਰ ਦੀ ਲੋੜ ਹੈ ਤੁਸੀਂ ਦੇਖਿਆ ਹੋਊਗਾ ਇਸ ਕਰੋਨਾ ਦੇ ਸਮੇਂ ਚ ਗਿਆ ਪਿਛਲੇ ਦਿਨੇ 1 ਲੱਖ ਕਰੋੜ ਰੁਪਇਆ ਕ੍ਰਿਸ਼ੀ ਟਾਂਚ ਆਸਤਾ ਹੈ ਭਾਰਤ ਦੀ ਸਰਕਾਰ ਨੇ ਬੰਡੇਨ ਤੇ ਇਨਫਰਾਸਟ੍ਰਕਚਰ ਜਿਹੜਾ ਕਿਸਾਨੇ ਦੀ ਭਲਾਈ ਆਸਤਾ ਹੋਊਗਾ ਤੇ ਇਹਦੇ ਕਾਰਨ ਕਿਸਾਨ ਆਪਣਾ ਮੁੱਲ ਵੀ ਹਾਸਲ ਕਰੀ ਸਕਕ ਤੇ ਦੁਨੀਆ ਦੇ ਬਾਜ਼ਾਰ ਵਿੱਚ ਵੇਚੀ ਵੀ ਸਕਕ ਦੁਨੀਆ ਦੇ ਬਾਜ਼ਾਰ ਵਿੱਚ ਉਹਦੀ ਪੁੱਜ ਵਧੋਗ ਅੱਜ ਅਸੀਂ ਇਹ ਗ੍ਰਾਮੀਣ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਗ੍ਰਾਮੀਣ ਖੇਤਰੇ ਵਿੱਚ ਖਾਸ ਚਾਲੀ ਕਰਨੇ ਆਰਥਿਕ ਕਲਸਟਰ ਬਣਾਏ ਜਾੰਗਣ ਖੇਤੀ ਤੇ ਗੈਰ ਖੇਤੀ ਉਦਯੋਗਾਂ ਦਾ ਗ੍ਰਾਂ ਦੇ ਅੰਦਰ ਇੱਕ ਜਾਲ ਬਣਾਇਆ ਜਾਗ ਤੇ ਉਹਦੇ ਕਾਰਨ ਉਹਦੇ ਕੰਨੇ ਕੰਨੇ ਕਿਸਾਨਾਂ ਦੇ ਆਸਤੇ ਜਿਹੜੀ ਨਵੀਂ ਐਫ ਪੀਓ ਅਸੀਂ ਬਣਾਣੇ ਦਾ ਕਿਸਾਨ ਉਤਪਾਦਕ ਸੰਘ ਬਣਾਉਣੇ ਦੀ ਜਿਹੜੀ ਅਸੀਂ ਕੋਸ਼ਿਸ਼ ਕੀਤੀ ਹੈ ਉਹ ਆਪਣੇ ਆਪ ਵਿੱਚ ਇੱਕ ਬੜੇ ਵੱਡੇ ਆਰਥਿਕ ਸਸ਼ਕਤੀਕਰਨ ਦਾ ਕੰਮ ਕਰੇਗਾ। ਪ੍ਰਾਉ ਤੇ ਪੈਨੋ ਮੈਂ ਪਿਛਲੀ ਵਾਰੀ ਇੱਥੇ ਜਲ ਜੀਵਨ ਮਿਸ਼ਨ ਦਾ ਐਲਾਨ ਕੀਤਾ ਹਾਂ। ਅੱਜ ਉਸ ਦੀ ਇੱਕ ਬਰਾ ਹੋਈ ਗਿਆ ਹੈ। ਮੈਂ ਅੱਜ ਗਰਵ ਕਰਨੇ ਆਖੀ ਸਕਣਾ ਜੇ ਜਿਹੜਾ ਅਸੀਂ ਸੁਖਣਾ ਦੇਖਿਆ ਹਾ ਪੀਣੇ ਦਾ ਸਾਫ ਪਾਣੀ, ਨਲਕੇ ਰਾਏ ਪਾਣੀ ਸਾਡੇ ਦੇਸ਼ ਵਾਸੀਆਂ ਕੀ ਮਿਲਣਾ ਚਾਹੀਦਾ। ਸਿਹਤ ਸਰਵੰਧੀ ਸਮੱਸਿਆ ਦਾ ਹੱਲ ਵੀ ਸਾਫ਼ ਪੀਣੇ ਵਾਲੇ ਪਾਣੀ ਕੰਨੇ ਜੁੜੇਦਾ ਹੁੰਦਾ ਹੈ ਅਰਥ ਵਿਵਸਥਾ ਚ ਵੀ ਉਹਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਤੇ ਉਸ ਕੀ ਲਈ ਹੈ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ ਅੱਜ ਮਿਗੀ ਸੰਤੋਖ ਹੈ ਜੇ ਆ ਰੋਜ਼ ਅਸ ਇੱਕ ਲੱਖ ਕੋਲਾ ਮਤੇ ਕਰੇ ਚ ਆ ਰੋਜ਼ ਇੱਕ ਲੱਖ ਕੋਲਾ ਮਤੇ ਕਰੇ ਚ ਪਾਣੀ ਪੁਜਾ ਕਰਨਿਆਂ ਪਾਈਪਾਂ ਪਾਣੀ ਪੁਜਾ ਕਰਨਿਆਂ ਤੇ ਪਿਛਲੇ ਇੱਕ ਬਰੇ ਚ 2 ਕਰੋੜ ਪਰਿਵਾਰਾਂ ਤੱਕਰ ਆਸ ਪਾਣੀ ਪੁਜਾਣੇ ਚ ਕਾਮਯਾਬ ਹੋਇਆ ਤੇ ਖਾਸ ਤੌਰ ਉਪਰ ਜੰਗਲਾਂ ਚ ਦੂਰ ਦੂਰ ਰਹੋਣ ਵਾਲੇ ਸਾੜੇ ਆਦੀਵਾਸੀਆਂ ਤੱਕਰ ਇਹ ਪੁਜਾਣੇ ਦਾ ਵੱਡਾ ਅਭਿਆਨ ਚੱਲਿਆ ਹੈ ਤੇ ਮਿਗੀ ਖੁਸ਼ੀ ਹੈ ਜੇ ਅੱਜ ਜਲ ਜੀਵਨ ਮਿਸ਼ਨ ਨੇ ਮੁਲਖ ਚ ਇੱਕ ਤੰਦਰੁਸਤ ਮੁਕਾਬਲੇਬਾਜੀ ਦਾ ਮੋਲ ਬਣਾਇਆ ਹੈ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਤੰਦਰੁਸਤ ਮੁਕਾਬਲੇਬਾਜੀ ਉਹ ਕਰਦੀ ਹੈ ਨਗਰ-ਨਗਰ ਦੇ ਵਿੱਚ ਤੰਦਰੁਸਤ ਮੁਕਾਬਲੇਬਾਜੀ ਉਹ ਕਰਦੀ ਹੈ ਰਾਜੇ ਰਾਜ ਦੇ ਵਿੱਚ ਤੰਦਰੁਸਤ ਮੁਕਾਬਲੇਬਾਜ਼ੀ ਉਹ ਕਰਦੀ ਹੈ ਔਰ ਕਿਸੇ ਦੀ ਲੱਗਾ ਕਰਦਾ ਜੇ ਪ੍ਰਧਾਨ ਮੰਤਰੀ ਦਾ ਇਹ ਜਿਹੜਾ ਜਲ ਜੀਵਨ ਮਿਸ਼ਨ ਦਾ ਸੁਖਣਾ ਹੈ ਉਸ ਦੀ ਅਸ ਤੋਲੇ ਸ਼ਾ ਤੋਲੇ ਆਪਣੇ ਇਲਾਕੇ ਚ ਪੂਰਾ ਕਰਗੇ ਸਹਿਕਾਰੀ ਮੁਕਾਬਲੇਬਾਜ਼ੀ ਵਾਲੇ ਸੰਘਵਾਦਗੀ ਇੱਕ ਨਵੀਂ ਤਾਕਤ ਇਸ ਜਲ ਜੀਵਨ ਮਿਸ਼ਨ ਦੇ ਕੰਨੇ ਜੁੜੀ ਗਈ ਹੈ ਤੇ ਉਹਦੇ ਕੰਨੇ ਵੀ ਅਸ ਅੱਗੇ ਵਧਾ ਕਰਨੇ ਆ ਮੇਰੇ ਪਿਆਰੇ ਦੇਸ਼ਵਾਸੀਓ ਪਾਵੇਂ ਸਾਡਾ ਰਾਈਬਾਈ ਦਾ ਖੇਤਰ ਹੋ ਹੈ ਪਾਵੇਂ ਸਾਡਾ ਲਘੂ ਉਦਯੋਗਾਂ ਦਾ ਖੇਤਰ ਹੋ ਐ ਪਾਵੇਂ ਸਾਡੇ ਨੌਕਰੀ ਪੇਸ਼ਾ ਕਰਨ ਵਾਲੇ ਸਮਾਜ ਦੇ ਲੋਕ ਹੋਣ ਇਹ ਕਰੀਬ ਕਰੀਬ ਸੱਬੇ ਲੋਕ ਇੱਕ ਚਾਲੀ ਕੰਨੇ ਪਰ ਦਾ ਮਝਾਟਲੇ ਤਬਕੇ ਵਾਲਾ ਬੜਾ ਵੱਡਾ ਖਜ਼ਾਨਾ ਹੈ ਤੇ ਮਝਾਟਲੇ ਤਬਕੇ ਥਮਾ ਨਿਕਲੇ ਦੇ ਪੇਸ਼ੇਵਰ ਅੱਜ ਦੁਨੀਆ 'ਚ ਆਪਣਾ ਡੰਕਾ ਵਿਜਾ ਕਰ ਦੇਣ ਮਝਾਟਲੇ ਤਬਕੇ ਥਮਾ ਨਿਕਲੇ ਦੇ ਸਾਡੇ ਡਾਕਟਰ ਇੰਜੀਨੀਅਰ ਵਕੀਲ ਸਾਇੰਸਦਾਨ ਔਰ ਕੋਈ ਦੁਨੀਆ ਦੇ ਅੰਦਰ ਆਪਣੇ ਨਾਂ ਦਾ ਡੰਕਾ ਵਿਜਾ ਕਰ ਦੇਣ ਤੇਸ ਕਰੀ ਹੈ ਇਹ ਗੱਲ ਤੈ ਜੇ ਮਜਾਟਲੇ ਤਬਕੇ ਕੀ ਜਿਨੇ ਮੌਕੇ ਮਿਲਦੇ ਨਾ ਉਹ ਕਈ ਗੁਣਾ ਤਾਕਤ ਦੇ ਕੰਨੇ ਉਬਰੀ ਹੈ ਆਉਂਦਣ ਤੇਸ ਕਰੀ ਹੈ ਮਜਾਟਲੇ ਤਬਕੇ ਕੀ ਸਰਕਾਰੀ ਦਖਲ ਅੰਦਾਜ਼ੀ ਥਮਾ ਮੁਕਤੀ ਚਾਹੀਦੀ ਹੈ ਮਜਾਟਲੇ ਤਬਕੇ ਕੀ ਨੇਕਾਂ ਨਵੇਂ ਮੌਕੇ ਚਾਹੀਦੇ ਨਾ ਉਹਦੇ ਲਈ ਖੁੱਲਾ ਮੈਦਾਨ ਹੋਣਾ ਲੋਟਚਦਾ ਹੈ ਤੇ ਸਾਡੀ ਸਰਕਾਰ ਲਗਾਤਾਰ ਮਜਾਟਲੇ ਤਬਕੇ ਦੇ ਇਹਨੇ ਸੁਖਨੇ ਕੀ ਪੂਰਾ ਕਰਨੇ ਲਈ ਕੰਮ ਕਰਾ ਕਰਦੀ ਹੈ ਮਝਾਟਲਾ ਤਬਕਾ ਚਮਤਕਾਰ ਕਰਨ ਦੀ ਤਾਕਤ ਰੱਖਦਾ ਹੈ ਈਜ਼ ਆਫ ਲਿਵਿੰਗ ਇਹਦਾ ਸਭਨੇਸ਼ਾ ਵੱਡਾ ਲਾਹ ਕੁਸੇਗੀ ਹੋਣਾ ਤਾਂ ਮੇਰੇ ਮਝਾਟਲੇ ਤਬਕੇ ਦੇ ਪਰਿਵਾਰਾਂ ਗੀ ਹੋਣਾ ਸਸਤੇ ਇੰਟਰਨੈਟ ਦੀ ਗੱਲ ਹੋਇਆ ਪਾਵੇਂ ਸਸਤੇ 스마트ਫੋਨ ਦੀ ਗੱਲ ਹੋਵੇ ਜਾਂ ਉਡਾਨ ਦੇ ਤਹਿਤ ਬਈ ਜਾ ਜੇ ਦੀ ਟਿਕਟਾਂ ਬੜੀਆਂ ਘੱਟ ਕੀਮਤੇ ਪਰ ਉਹੀ ਜਾਣੇ ਦੀ ਗੱਲ ਹੋਵੇ ਜਾਂ ਸਾਰੀਆਂ ਜਰਨੈਲੀ ਛੜਕਾਉਣ ਸੂਚਨਾ ਦੇ ਰਸਤੇ ਹੋਣ ਇਹ ਸਾਰੀਆਂ ਚੀਜ਼ਾਂ ਮਝਾੜਲੇ ਤਬਕੇ ਦੀ ਤਾਕਤਗੀ ਵਧਾਣੇ ਆਲੀਆਂ ਨੇ ਅੱਜ ਤੁਸੀਂ ਦੇਖਿਆ ਹੋਗ ਮਝਾੜਲੇ ਤਬਕੇ ਚ ਜਿਹੜਾ ਗਰੀਬੀ ਥਮਾ ਬਾਹਰ ਨਿਕਲਿਆ ਹੈ ਉਹਦਾ ਪਹਿਲਾ ਸੁਖਣਾ ਹੁੰਦਾ ਆਪਣਾ ਘਰ ਹੋਣਾ ਚਾਹੀਦਾ ਉਹ ਇੱਕ ਬਰੋਬਰੀ ਦੀ ਜ਼ਿੰਦਗੀ ਜੀਣਾ ਚਾਹੁੰਦਾ ਹੈ ਮੁਲਕੀ ਚ ਬੜਾ ਵੱਡਾ ਕੰਮ ਅਸੀਂ EMI ਦੇ ਖੇਤਰ ਵਿੱਚ ਕੀਤਾ ਹੈ ਉਹਦੇ ਕਾਰਨ ਓਮ ਲੋਨ ਸਸਤੇ ਹੋਏ ਤੇ ਜਿਸ ਲੈ ਕੋਈ ਕਾਰ ਬਣਾਣੇ ਆਸਤੇ ਦੁਆਰ ਕਰਜ਼ਾ ਲੈਂਦਾ ਤਾਂ ਦੁਆਰ ਕਰਜ਼ਾ ਪੂਰੇ ਕਰਦੇ ਕਰਦੇ ਕਰੀਬ 6 ਲੱਖ ਰੁਪਿਆ ਉਸ ਦੀ ਛੂਟ ਮਿਲ ਜੰਦੀ ਹੈ ਇਹ ਕੋਈ ਨਿੱਕੀ ਗੱਲ ਨਹੀਂ ਪਿਛਲੇ ਦਿਨੇ ਧਿਆਨ ਆਇਆ ਜੇ ਬੜੇ ਗਰੀਬ ਮਝਾਟਲੇ ਤਬਕੇ ਦੇ ਪਰਿਵਾਰ ਪੈਸਾ ਲਗਾਏਦਾ ਪਰ ਯੋਜਨਾ ਪੂਰੀ ਨਹੀਂ ਹੋਣੇ ਦੇ ਕਾਰਨ ਆਪਣਾ ਕਾਰ ਮਿਲ ਨਹੀਂ ਕਰਦਾ ਕਿਰਾਇਆ ਭਰਨਾ ਪਵਾ ਕਰਦਾ ਹੈ ਪਰ ਸਰਕਾਰ ਨੇ 25000 ਕਰੋੜ ਰੁਪਏ ਦਾ ਖਾਸ ਫੰਡ ਬਣਾਈ ਹੈ ਇਹ ਜਿਹੜੇ ਅੱਧੇ ਦੁੱਬੇ ਕਰਨ ਉਹਨੇ ਕੀ ਪੂਰਾ ਕਰੀ ਹੈ ਮਝਾਟਲੇ ਤਬਕੇ ਦੇ ਪਰਿਵਾਰਾਂ ਦੀ ਘਰ ਮਿਲੀ ਜਾ ਉਹਦੇ ਲਈ ਹੁਣ ਅਸੀਂ ਗੈ ਪੁੱਟੀ ਹੈ ਜੀਐਸਟੀ 'ਚ ਬੜੀ ਤੇਜ਼ੀਆ ਕੰਨੇ ਟੈਕਸੇਸ਼ਨ ਘਟ ਹੋਇਆ ਹੈ ਇਨਕਮ ਟੈਕਸ ਘਟ ਹੋਇਆ ਹੈ ਅੱਜ ਘਟੋ ਘਟ ਉਸ ਚਾਲੀ ਦੀ ਵਿਵਸਥਾਵਾਂ ਦੇ ਕੰਨੇ ਅਸ ਮੁਲਕ ਦੀ ਅੱਗੇ ਵਧਾਣੇ ਦੀ ਕੋਸ਼ਿਸ਼ ਕਰਾ ਕਰਨੇ ਆ ਸਹਿਕਾਰੀ ਬੈਂਕਾਂ ਦੀ RBI ਕੰਨੇ ਜੋੜਨਾ ਇਹ ਆਪਣੇ ਆਪ ਵਿੱਚ ਮਝਾਟਲੇ ਤਬਕੇ ਦੇ ਪਰਿਵਾਰਾਂ ਦੇ ਪੈਸੇ ਗੀ ਸੁਰੱਖਿਤ ਰੱਖਣੇ ਦੀ ਗਰੰਟੀ ਇਹਦੇ ਕੰਨੇ ਜੁੜੀਦੀ ਹੈ ਐਮ ਐਸ ਐਮਈ ਸੈਕਟਰ ਵਿੱਚ ਜਿਹੜੇ ਸੁਧਾਰ ਹੋਏਨ ਰਾਈਬਾਈ ਸੈਕਟਰ ਵਿੱਚ ਜਿਹੜੇ ਸੁਧਾਰ ਹੋਏਨ ਇਹਦਾ ਸਿੱਧਾ ਸਿੱਧਾ ਲਾਹ ਸਾਡੇ ਮਝਾਟਲੇ ਤਬਕੇ ਦੇ ਮਿਹਨਤੀ ਪਰਿਵਾਰਾਂ ਗੀ ਜਾਣਿਆਲਾ ਤੇ ਉਹਦੇ ਕਾਰਨ ਯਾਰੇ ਕਰੋੜੇ ਰੁਪਏ ਦੇ ਵਿਸ਼ੇਸ਼ ਫੰਡ ਅੱਜ ਜਿਹੜੇ ਸਾਡੇ ਵਪਾਰੀ ਭਰਾਏ ਗੀ ਸਾਡੇ ਜਿਹੜੇ ਲਘੂ ਉਦਯੋਗ ਕਰੇਗੀ ਦਿਆ ਕਰਨਿਆਂ ਉਹਨੇ ਕੀ ਇਹਦਾ ਲਾਹ ਮਿਲਨੇ ਆਲਾ ਹੈ ਆਮ ਭਾਰਤ ਵਾਸੀ ਦੀ ਤਾਕਤ ਉਹਦੀ ਊਰਜਾ ਆਤਮ ਨਿਰਭਰ ਭਾਰਤ ਅਭਿਆਨ ਦਾ ਇੱਕ ਬੜਾ ਵੱਡਾ ਆਧਾਰ ਹੈ ਇਸ ਤਾਕਤ ਦੀ ਬਣਾਈ ਰੱਖਣੇ ਆਸਤੇ ਹਰ ਸਤਰ ਉੱਪਰ ਲਗਾਤਾਰ ਕੰਮ ਜਾਰੀ ਹੈ ਮੇਰੇ ਪਿਆਰੇ ਦੇਸ਼ ਵਾਸੀਓ ਆਤਮ ਨਿਰਭਰ ਭਾਰਤ ਦੇ ਨਿਰਮਾਣੇ ਚ ਆਧੁਨਿਕ ਭਾਰਤ ਦੇ ਨਿਰਮਾਣੇ ਚ ਨਵੇਂ ਭਾਰਤ ਦੇ ਨਿਰਮਾਣੇ ਚ ਸਮਰਿੱਧ ਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ ਮੁਲਕ ਦੀ ਸਿੱਖਿਆ ਦਾ ਬੜਾ ਵੱਡਾ ਮਹੱਤਵ ਹੈ ਇਸੇ ਸੋਚ ਦੇ ਕੰਨੇ ਮੁਲਕ ਦੀ ਤਰੇ ਦਹਾਕੇ ਪ੍ਰੰਤ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇਣੇ ਚ ਆਸੱਜ ਯਸ਼ਸਵੀ ਹੋਇਆ ਤੇ ਹਿੰਦੁਸਤਾਨ ਦੇ ਹਰ ਕੋਨੇ ਚ ਇਹਦੇ ਸਵਾਗਤ ਦੀਆਂ ਖਬਰਾਂ ਇੱਕ ਨਵੀਂ ਊਰਜਾ ਨਵਾਂ ਵਿਸ਼ਵਾਸ ਦਿਆ ਕਰ ਦੇਣ ਇਹ ਸਿੱਖਿਆ ਇਹ ਰਾਸ਼ਟਰੀ ਸਿੱਖਿਆ ਨੀਤੀ ਸਾਡੇ ਵਿਦਿਆਰਥੀਆਂ ਦੀ ਜੜ ਕੰਨੇ ਜੋੜਗ ਪਰ ਕੰਨੇ ਕੰਨੇ ਉਸकी ਇੱਕ ਕੁਲ ਸੰਸਾਰੀ ਬਸਨੀਕ ਬਣਾਉਣੇ ਦਾ ਵੀ ਪੂਰੀ ਸਮਰਥ ਦੇਗ ਉਹ ਜੜੇ ਕੰਨੇ ਜੁੜੇ ਦਾ ਹੋਗ ਪਰ ਉਹਦਾ ਸਿਰ ਗਾਸੇ ਦੀਆਂ ਉਚਾਈਆਂ ਕੀ ਛੁੰਦਾ ਹੋਗ ਅੱਜ ਅਸੀਂ ਦੇਖਿਆ ਹੋਗ ਰਾਸ਼ਟਰੀ ਸਿੱਖਿਆ ਨੀਤੀ ਚ ਇੱਕ ਵਿਸ਼ੇਸ਼ ਬਲ ਦਿੱਤਾ ਗਿਆ ਹੈ ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ ਕਿ ਜੇ ਮੁਲਕ ਦੀ ਤਰੱਕੀ ਕਰਨੇ ਲਈ ਨਵੀਆਂ ਕਾਢਾਂ ਬੜੀਆਂ ਜ਼ਰੂਰੀ ਹੁੰਦੀਆਂ ਨ ਨਵੀਆਂ ਕਾਢਾਂ ਕੀ ਜਿੰਨਾ ਬਲ ਮਿਲਗ ਖੋਦਗੀ ਜਿੰਨਾ ਬਲ ਮਿਲਗ ਉਨਾਂ ਗਏ ਮੁਲਕ ਦੀ ਅੱਗੇ ਲਈ ਜਾਣੇ ਚ ਤੇ ਮੁਕਾਬਲੇਬਾਜ਼ੀ ਵਾਲੀ ਦੁਨੀਆ ਚ ਅੱਗੇ ਵਧਨੇ ਚ ਬੜੀ ਤਾਕਤ ਮਿਲਗ ਤੁਸੀਂ ਸੋਚਿਆ ਹੋਗ ਜੇ ਕ્યા ਕਦੇ ਇੰਨੀ ਤੇਜ਼ੀਆ ਕੰਨੇ ਗ੍ਰਾਂਹ ਤੱਕਰ ਆਨਲਾਈਨ ਕਲਾਸਾਂ ਦਾ ਇੰਨਾ ਮੋਹਲ ਬਣੀ ਜਾਗ ਕਦੇ ਕਦੇ ਆਫਤ ਵਿੱਚ ਵੀ ਕਿਛ ਐਸੀ ਚੀਜ਼ਾਂ ਉਬਰੀਏ ਸਾਹਮਣੇ ਆਈ ਜਾਂਦੀਆਂ ਨੇ ਜਿਹੜੀਆਂ ਨਵੀਂ ਤਾਕਤ ਦਿੰਦੀਆਂ ਨੇ ਤੇ ਇਸ ਕਰੀਏ ਤੁਸੀਂ ਦੇਖਿਆ ਹੋਗ कोरोना ਦੇ ਇਸ ਸਮੇਂ 'ਚ ਆਨਲਾਈਨ ਕਲਾਸਾਂ ਇੱਕ ਚਾਲੀ ਕਰਨੇ ਸੰਸਕ੍ਰਿਤੀ ਬਣੀ ਗਈ ਹੈ। ਤੋਂ ਉਸ ਦਿਖੋ ਆਨਲਾਈਨ ਡਿਜੀਟਲ ਲੈਂਡਨ ਉਹ ਵੀ ਕਿੰਨਾ ਵਧਾ ਕਰਦਾ ਹੈ। ਪੀਐਮ ਯੂਪੀਆਈ ਪਿਛਲੇ 1 ਮਹੀਨੇ 'ਚ ਯਾਨੀ ਕਿਸੇ ਵੀ ਗਰਵੋਗ ਚਪਾਰਤ ਜਨੇ ਮੁਲਕੇ 'ਚ ਯੂਪੀਆਈ ਪੀਐਮ ਦੇ ਰਾਹੀਂ ਪਿਛਲੇ 1 ਮਹੀਨੇ 'ਚ 3 ਲੱਖ ਕਰੋੜ ਰੁਪਏ ਦਾ ਲੈਂਡਨ ਹੋਇਆ ਹੈ। ਇਹ ਆਪਣੇ ਆਪ ਵਿੱਚ ਕਿਸ ਚਾਲੀ ਕਰਨੇ ਬਦਲੀ ਦੇ алаਾਦਗੀ ਸਵੀਕਾਰ ਤਰ੍ਹਾਂ ਕਰਨੇ ਆ। ਇਹ ਇਹਦਾ ਨਮੂਨਾ ਹੈ। ਤੁਸ ਦੇਖੋ 2014 ਥਮਾ ਪਹਿਲੇ ਸਾਢੇ ਮੁਲਖੇ ਚ 5 ਦਰਜਨ ਪੰਚਾਇਤ 5 ਦਰਜਨ ਪੰਚਾਇਤਾਂ ਚ ਆਪਟੀਕਲ ਫਾਈਬਰ ਹਾ ਪਿਛਲੇ 5 ਬਰਾਂ ਚ 1.5 ਲੱਖ ਗ੍ਰਾਮ ਪੰਚਾਇਤਾਂ ਤਹਰ ਆਪਟੀਕਲ ਫਾਈਬਰ ਪੂਜੀ ਗਿਆ ਦਾ ਜਿਹੜਾ ਅੱਜ ਇੰਨੀ ਮਦਦ ਕਰਾ ਕਰਦਾ ਸਭਨੇ ਪੰਚਾਇਤਾਂ ਚ ਪੂਜਣੇ ਦੇ ਲਕਸ਼ ਕੰਨੇ ਅਸੀਂ ਕੰਮ ਸ਼ੁਰੂ ਕੀਤਾ ਹ ਜਿਹੜੀ 1 ਲੱਖ ਪੰਚਾਇਤਾਂ ਬਕਾਇਆ ਨੇ ਉੱਥੇ ਵੀ ਤੇਜ਼ੀਆ ਕੰਨੇ ਕੰਮ ਚਲਾ ਕਰਦਾ ਪਰ ਬਦਲੇ ਦੇ ਹਾਲਾਤ ਚ ਗ੍ਰਾਂਵ ਦੀ ਵੀ ਡਿਜੀਟਲ ਇੰਡੀਆ ਚ ਭਾਗੀਦਾਰੀ ਜ਼ਰੂਰੀ ਬਣੀ ਗਈ ਦੀ ਹੈ। ਗ੍ਰਾਂਵ ਦੇ ਲੋਕਾਂ ਦੀ ਵੀ ਇਸ ਚਾਲੀ ਦੀ ਆਨਲਾਈਨ ਸਹੂਲਤਾਂ ਦੀ ਜ਼ਰੂਰਤ ਵਧੀ ਗਈ ਹੈ। ਇਸ ਕੀ ਧਿਆਨ ਵਿੱਚ ਰੱਖਦੇ ਹੋਈ ਪਹਿਲੇ ਜਿਹੜਾ ਅਸੀਂ ਕਾਰਜਕ੍ਰਮ ਬਣਾਇਆ ਹਾਂ ਆਰ ਪੰਚਾਇਤ ਤੱਗਰ ਪਹਿਲੇ ਪੁੱਜ ਗਏ ਪਰ ਅੱਜ ਮੈਂ ਤੁਸੇ ਕੀ ਦੱਸਣਾ ਚਾਹਾਂਂਗ ਜੇ ਉਹਨ ਅਸੀਂ ਤੈਅ ਕੀਤਾ ਜੇ ਸਭੇ 6 ਲੱਖ ਕੋਲਾ ਮਤੇ ਜਿਹੜੇ ਸਾੜੇ ਗ੍ਰਾਂਣ ਉਹਨੇ ਸਭਨੇ ਗ੍ਰਾਂਵਾਂ ਚ ਆਪਟੀਕਲ ਫਾਈਬਰ ਨੈਟਵਰਕ ਪਜਾਇਆ ਜਾਗ। ਲੋੜ ਬਦਲੀ ਹੈ ਤਾਂ ਅਸੀਂ ਪ੍ਰਾਥਮਿਕਤਾ ਵੀ ਬਦਲੀ ਹੈ 6 ਲੱਖ ਕੋਲਾ ਮਤੇ ਗ੍ਰਾਂਚ ਜਾ ਰਹੇ ਲੱਖਾਂ ਕਿਲੋਮੀਟਰ ਆਪਟੀਕਲ ਫਾਈਬਰ ਦਾ ਕੰਮ ਚਲਾਇਆ ਜਾਗ ਤੇ ਅਸੀਂ ਤੈਅ ਕੀਤਾ ਹੈ ਕਿ 1000 ਦਿਨੇ ਚ 1000 ਦਿਨੇ ਦੇ ਅੰਦਰ ਅੰਦਰ ਮੁਲਖ ਦੇ 6 ਲੱਖ ਕੋਲਾ ਮਤੇ ਗ੍ਰਾਂਚ ਆਪਟੀਕਲ ਫਾਈਬਰ ਨੈਟਵਰਕ ਦਾ ਕੰਮ ਪੂਰਾ ਕਰੀ ਦਿੱਤਾ ਜਾਗ ਬਦਲਦੀ ਟੈਕਨੋਲੋਜੀ ਚ ਸਾਈਬਰ ਸਪੇਸ ਇਹ ਸਾਡੀ ਨਿਰਭਰਤਾ ਵਧਦੀ ਹੈ ਜਾਣਿਆਲੀ ਹੈ ਪਰ ਸਾਈਬਰ ਸਪੇਸ ਵਿੱਚ ਖਤਰੇ ਵੀ ਜੁੜੇਦੇ ਹੁੰਦੇ ਨੇ ਬੜੀ ਖਰੀ ਚਾਲੀ ਦੁਨੀਆ ਇਹਦੇ ਥਮਾਂ ਵਾਕਫ ਹੈ ਤੇ ਇੰਦੇਸ਼ੀਆ ਮੁਲਕ ਦੇ ਸਮਾਜੀ ਤਾਨੇ-ਬਾਨੇ ਸਾੜੀ ਅਰਥਵਿਵਸਥਾ ਤੇ ਸਾੜੇ ਮੁਲਕ ਦੇ ਵਿਕਾਸ ਉੱਪਰ ਵੀ ਖਤਰੇ ਪੈਦਾ ਕਰਨੇ ਦਾ ਇਹ ਸੌਖਾ ਰਸਤਾ ਬਣੀ ਸਕਦਾ ਹੈ ਤੇ ਇਸ ਕਰੀਏ ਭਾਰਤ ਇਹਦੇ ਚ ਬੜਾ ਸੁਚੇਤ ਹੈ ਭਾਰਤ ਬੜਾ ਸਤਰਕ ਹੈ ਤੇ ਇਹਨੇ ਖਤਰੇ ਦਾ ਸਾਹਮਣਾ ਕਰਨ ਲਈ ਫੈਸਲੇ ਲੈ ਕਰਦਾ ਹੈ ਇੰਨਾ ਕੇ ਨਹੀਂ ਨਵੀਂ ਬਵਸਥਾ ਵੀ ਲਗਾਤਾਰ ਵਿਕਸਿਤ ਕੀਤੀਆਂ ਜਾ ਕਰਦੀਆਂ ਬੜੇ ਗਏ ਘੱਟ ਸਮੇਂ ਚ ਨਵੀਂ ਸਾਈਬਰ ਸੁਰੱਖਿਆ ਰਣਨੀਤੀ ਇਹਦਾ ਇੱਕ ਪੂਰਾ ਖਾਕਾ ਮੁਲਕ ਦੇ ਸਾਹਮਣੇ ਆਊਗਾ ਆਉਣੇ ਵਾਲੇ ਸਮੇਂ ਚ ਸਭਨੇ ਕਾਈਏਂਗੀ ਜੋੜੀ ਐ ਆਸ ਇਸ ਸਾਈਬਰ ਸੁਰੱਖਿਆ ਦੇ ਕੰਨੇ ਸਭਨੇ ਕੀ ਕਿੱਠੇ ਰਲੀ ਐ ਚੱਲਣਾ ਪਊਗਾ ਉਹਦੇ ਲਈ ਅੱਗੇ ਵਧਣੇ ਦੀ ਰਣਨੀਤੀ ਬਣਾ ਕੇ ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਵਿੱਚ ਮਹਿਲਾ ਸ਼ਕਤੀਗੀ ਜਿਸ ਲੈ ਜਿਸ ਲੈ ਵੀ ਮੌਕੇ ਮਿਲੇ ਉਹਨੇ ਮੁਲਕ ਦਾ ਨਾਂ ਰੋਸ਼ਨ ਕੀਤਾ ਮੁਲਕ ਦੀ ਮਜ਼ਬੂਤੀ ਦਿੱਤੀ ਹੈ ਮਹਿਲਾਇਆਂ ਕੀ ਰੋਜ਼ਗਾਰ ਤੇ ਸਵਰੋਜ਼ਗਾਰ ਦੇ ਬਰਾਬਰ ਦੇ ਮੌਕੇ ਦੇਣੇ ਲਈ ਅੱਜ ਮੁਲਕ ਬਚਨ ਵੱਧਾ ਹੈ ਅੱਜ ਭਾਰਤ ਵਿੱਚ ਮਹਿਲਾ ਅੰਡਰਗਰਾਉਂਡ ਕੋਲੇ ਦੀ ਖਾਣੇ ਚ ਕੰਮ ਕਰਾ ਕਰਦੀਆਂ ਤੇ ਅੱਜ ਮੇਰੇ ਮੁਲਕ ਦੀਆਂ ਧੀਆਂ ਲੜਾਕੂ ਜਾਜ ਚਲਾਈ ਹੈ ਗਾਸਿਆ ਦੀ ਬੁਲੰਦੀਆਂ ਕੀ ਛੂਹ ਕਰਦੀਆਂ ਅੱਜ ਪਰ ਦੁਨੀਆ ਦੇ ਉਕੜੇ ਮੁਲਕਾਂ 'ਚ ਹੈ ਜਿੱਥੇ ਨੌ ਸੈਨਾ ਤੇ ਵਾਯੂ ਸੈਨਾ 'ਚ ਮਹਿਲਾਇਆਂ ਗੀ ਕੰਬੈਟ ਰੋਲ 'ਚ ਸ਼ਾਮਿਲ ਕੀਤਾ ਜਾ ਕਰਦਾ ਹੈ ਬਟਿਆਲੀ ਮਹਿਲਾਇਆਂ ਗੀ ਤਨਖਾਹ ਦੇ ਕੰਨੇ 6 ਮਹੀਨੇ ਦੀ ਛੁੱਟੀ ਦੇਣ ਦੇ ਫੈਸਲੇ ਦੀ ਗੱਲ ਹੋਇ ਸਾੜੇ ਮੁਲਕ ਦੀਆਂ ਮਹਿਲਾ ਜਿਹੜੀਆਂ ਤ੍ਰੈਤਲਾਗ ਦੇ ਕਾਰਨ ਪੀੜਤ ਰਹੁੰਦੀਆਂ ਹੀਆਂ ਐਸੀ ਮੁਸਲਿਮ ਪਹਿਨੇਗੀ ਮੁਕਤੀ ਦੁਆਣੇ ਆਜ਼ਾਦੀ ਦੁਆਣੇ ਦਾ ਕੰਮ ਹੋਇ ਮਹਿਲਾਇਆਂ ਦੇ ਆਰਥਿਕ ਸਸ਼ਕਤੀਕਰਨ ਦੀ ਗੱਲ ਹੋਇ 40 ਕਰੋੜ ਜਿਹੜੇ ਜਨਤਨ ਖਾਤੇ ਖੋਲੇ ਦੇਣ ਉੰਦੇਚਾ 22 ਕਰੋੜ ਖਾਤੇ ਸਾਢੀ ਪੈਣੇ ਦੇਨ 코로나 ਦੇ ਸਮੇਂ ਚ ਤਕਰੀਬਨ 30000 ਕਰੋੜ ਰੁਪਏ ਇਹਨੇ ਪੈਣੇ ਦੇ ਖਾਤੇ ਚ ਜਮਾ ਕਰੀ ਦਿੱਤੇ ਗਏ ਦਿਨ ਮੁਦਰਾ ਲੋਨ 52 ਕਰੋੜ ਦੇ ਕਰੀਬ ਮੁਦਰਾ ਲੋਨ ਦਿੱਤੇ ਗਏ ਉਹਦੇ ਚ 70 ਫੀਸਦੀ ਮੁਦਰਾ ਲੋਨ ਲੈਣ ਵਾਲੀਆਂ ਸਾੜੀਆਂ ਮਾਤਾ ਪੈਣਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜਾ ਆਪਣਾ ਘਰ ਮਿਲਾ ਕਰਦਾ ਉਹਦੇ ਚ ਜ਼ਿਆਦਾਤਰ ਰਜਿਸਟਰੀ ਵੀ ਮਹਿਲਾਏ ਦੇ ਨਾਮ ਹੋਆ ਕਰਦੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਗਰੀਬ ਭੈਣਾਂ ਧੀਆਂ ਦੀ ਸਿਹਤ ਦੀ ਚਿੰਤਾ ਇਹ ਸਰਕਾਰ ਲਗਾਤਾਰ ਕਰਾ ਕਰਦੀ ਹੈ ਅਸੀਂ ਜਨ ਓਸ਼ਦੀ ਕੇਂਦਰ ਦੇ ਅੰਦਰ 1 ਰੁਪਏ ਚ ਸੈਨੀਟਰੀ ਪੈਡ ਭਜਾਣੇ ਲਈ ਇੱਕ ਬੜਾ ਵੱਡਾ ਕੰਮ ਕੀਤਾ 6000 ਜਨ ਓਸ਼ਦੀ ਕੇਂਦਰੇ ਚ ਪਿਛਲੇ ਕਿਸ਼ ਥੋੜੇ ਜਨੇ ਸਮੇਂ ਚ ਗਏ ਕਰੀਬ 5 ਕਰੋੜ ਥਾਮਾ ਮਤੇ ਸੈਨੀਟਰੀ ਪੈਡ ਸਾਢੀ ਇਹਨੇ ਗਰੀਬ ਮਹਿਲਾਇ ਤਕਰ ਪੁੱਜੀ ਗਏ ਦਿਨ ਧੀਆਂ ਚ ਕੂਪੋਸ਼ਨ ਖਤਮ ਹੋਇਆ ਉਹਦੇ ਵਿਆਹ ਦੀ ਸਹੀ ਉਮਰ ਕਿਹੋ ਹੈ ਇਹਦੇ ਲਈ ਆਸੇ ਕਮੇਟੀਆਂ ਬਣਾਈ ਦੀਆਂ ਨਾ ਉਹਦੀ ਰਿਪੋਰਟ ਆਉਂਦੇਗਾ ਈਆਂ ਦੀ ਵਿਆਹ ਦੀ ਉਮਰ ਦੇ ਬਾਰੇ ਚ ਵੀ ਉਚਿਤ ਫੈਸਲੇ ਲੈਤੇ ਜਾੰਗਣ ਮੇਰੇ ਪਿਆਰੇ ਦੇਸ਼ ਵਾਸੀਓ ਇਸ ਕਰੋਨਾ ਦੇ ਸਮੇਂ ਚ ਖੇਡੇ ਸਰਬੰਧੀ ਸੈਕਟਰ ਵਾਲੀ ਬਖੀ ਧਿਆਨ ਜਾਣਾ ਬੜਾ ਸੁਭਾਵਿਕ ਹੈ ਤੇ ਇਸ ਕਰੀ ਹੈ ਆਤਮ ਨਿਰਭਰ ਦੀ ਸਭਨੇਸ਼ਾ ਵੱਡੀ ਸਿੱਖਿਆ ਅਸੇ ਕੀ ਸਿਹਤ ਸਰਬੰਧੀ ਸੈਕਟਰ ਨੇ ਸਿਖਾਈ ਦਿੱਤੀ ਹੈ ਤੇ ਉਸ ਲਕਸ਼ੇ ਕੀ ਹਾਸਲ ਕਰਨੇ ਆਸਤਾ ਅਸੇ ਅੱਗੇ ਵੀ ਵਧਣਾ ਹੈ ਤੁਸੀਂ ਦੇਖੋ ਕਰੋਨਾ ਦੇ ਸਮੇਂ ਥਮਾਂ ਪਹਿਲੇ ਸਾਡੇ ਮੁਲਕ ਵਿੱਚ ਛੜੀ ਇੱਕਿਆ ਲੈਬਾਰਟਰੀ ਹੀ ਟੈਸਟ ਕਰਨੇ ਆਸਤਾ ਅੱਜ 1400 ਲੈਬਾਰਟਰੀਆਂ ਦਾ ਨੈਟਵਰਕ ਹੈ ਹਿੰਦੁਸਤਾਨ ਦੇ ਹਰ ਕੋਨੇ 'ਚ ਫੈਲਦਾ ਹੈ ਜਿਸ ਲੈ ਕਰੋਨਾ ਦਾ ਸੰਕਟ ਆਇਆ ਤਾਂ ਇੱਕ ਦਿਨ 'ਚ ਛੜੇ 350 ਟੈਸਟ ਗਏ ਹੋਈ ਸਕਦੇ ਹੈ ਕਿੰਨੇ ਘੱਟ ਸਮੇਂ 'ਚ ਸਾਡੇ ਲੋਕਾਂ ਇਹ ਸ਼ਕਤੀ ਦੱਸੀ ਦਿੱਤੀ ਹੈ ਜੇ ਅੱਜ ਹਰ ਰੋਜ਼ 7 ਲੱਖ ਕੋਲਾ ਮਤੇ ਟੈਸਟ ਅਸ ਕਰੀ ਸਕਾ ਕਰਨੇ ਆ ਕੁਥੇ 300 ਤੋਂ ਸ਼ੁਰੂ ਕੀਤਾ ਹ ਤੇ ਕੁਥੇ 7 ਲੱਖ ਤਕਰ ਪੁੱਜੀ ਗਏ ਮੁਲਖਿ ਚ ਨਵੇਂ ਏਮਸ ਨਵੇਂ ਮੈਡੀਕਲ ਕਾਲਜ ਦਾ ਨਿਰਮਾਨ ਆਧੁਨਿਕ ਕਰਨ ਦੀ ਸਿੱਖਿਆ ਚ ਲਗਾਤਾਰ ਯਤਨ ਅਸ ਕਰਾ ਕਰਨੇ ਆ 5 ਬਰੇ ਚ ਐਮ ਬੀਬੀਐਸ ਐਮ ਡੀ ਚ 45 ਹਜ਼ਾਰ ਕੋਲਾ ਮਤੇ ਵਿਦਿਆਰਥੀਆਂ ਲਈ ਸੀਟੇ ਚ ਵਾਦਾ ਕੀਤਾ ਗਿਆ ਗ੍ਰਾਂਹ ਚ 1.5 ਲੱਖ ਕੋਲਾ ਮਤੇ ਆਰੋਗ્ય ਕੇਂਦਰ ਤੇ ਉਹਦੇ ਚ ਕਰੀਬ 1/4 ਨਾ ਤੇ ਪਹਿਲੇ ਗਏ ਕੰਮ ਕਰਨਾ ਸ਼ੁਰੂ ਕਰੀ ਦਿੱਤਾ ਹੈ ਜਿਨੇ ਕਰੋਨਾ ਦੇ ਇਸ ਸਮੇਂ ਚ ਬੜੀ ਵੱਡੀ ਮਦਦ ਕੀਤੀ ਹੈ ਕਰੋਨਾ ਦੇ ਸਮੇਂ ਚ ਆਰੋਗ્ય ਕੇਂਦਰੇ ਦੀ ਭੂਮਿਕਾ ਨਾ ਗ੍ਰਾਂਵਾਂ ਦੀ ਬੜੀ ਵੱਡੀ ਮਦਦ ਕੀਤੀ ਹੈ ਸਿਹਤ ਸਰਬੰਧੀ ਸੈਕਟਰ ਚ ਅੱਜੇ ਥਮਾ ਇੱਕ ਬੜਾ ਵੱਡਾ ਅਭਿਆਨ ਸ਼ੁਰੂ ਹੋਣ ਜਾ ਕਰਦਾ ਹੈ ਤੇ ਉਹਦੇ ਚ ਟੈਕਨੋਲੋਜੀ ਦੀ ਵੀ ਬੜੀ ਵੱਡੀ ਭੂਮਿਕਾ ਹੋਗ ਅੱਜੇ ਥਮਾ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਉਹਦਾ ਵੀ ਰੰਭ ਕੀਤਾ ਜਾ ਕਰਦਾ ਹੈ ਭਾਰਤ ਦੇ ਸਿਹਤ ਸਰਵੰਧੀ ਸੈਕਟਰ ਵਿੱਚ ਇਹ ਇੱਕ ਨਵੀਂ ਕ੍ਰਾਂਤੀ ਲਈ ਆਉਗ ਇਲਾਜ ਵਿੱਚ ਉਹਨਾਂ ਵਾਲੀਆਂ ਪਰੇਸ਼ਾਨੀਆਂ ਘੱਟ ਕਰਨ ਲਈ ਟੈਕਨੋਲੋਜੀ ਦਾ ਉਚਿਤ ਤਰੀਕਾ ਕੰਨੇ ਇਸਤੇਮਾਲ ਹੋਗ ਹਰ ਇੱਕ ਭਾਰਤ ਵਾਸੀ ਦੀ ਹੈਲਥ ਆਈਡੀ ਦਿੱਤੀ ਜਾਗ ਇਹ ਹੈਲਥ ਆਈਡੀ ਹਰ ਇੱਕ ਭਾਰਤ ਵਾਸੀ ਦੇ ਸਿਹਤ ਖਾਤੇ ਵਾਲਾ ਲੇਖਾ ਕੰਮ ਕਰਗ ਤੁੰਦੇ ਹਰ ਟੈਸਟ ਔਰ ਬਿਮਾਰੀ ਤੁਸੀਂ ਕਿ ਕਿਹੜੇ ਡਾਕਟਰ ਦੇ ਕੋਲ ਕਿਹੜੀ ਦਵਾਈ ਲੈਂਤੀ ਹੀ ਉਹਦਾ ਕੀ ਡਾਇਗਨੋਸਿਸ ਹਾਂ ਕੁਸਲੇ ਦਿੱਤੀ ਹੀ ਉਹਦੀ ਰਿਪੋਰਟ ਕਿਹ ਹੀ ਇਹ ਸਾਰੀ ਜਾਣਕਾਰੀ ਇਸ ਇੱਕ ਹੈਲਥ ਆਈਡੀ ਚ ਤੁਸੀਂ ਕੀ ਦਿੱਤੀ ਜਾਗ ਡਾਕਟਰ ਕੰਨੇ ਅਪਾਇੰਟਮੈਂਟ ਹੋ ਹੈ ਪੈਸਾ ਜਮਾ ਕਰਨਾ ਹੋ ਹੈ ਅਸਤਾਲਿਚ ਪਰਚੀ ਬਣਾਣੇ ਦੀ ਨਸ ਦੌੜ ਹੋ ਹੈ ਇਹ तमाम ਦਿੱਕਤਾਂ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੇ ਰਾਹੀਂ ਨੇਕਾਂ ਮੁਸੀਬਤਾਂ ਥਮਾ ਮੁਕਤੀ ਮਿਲਗ ਤੇ ਉੱਤਮ ਸਿਹਤ ਲਈ ਸਾੜੇ ਭਾਰਤ ਦਾ ਕੋਈ ਵੀ ਬਸਨੀਕ ਸਹੀ ਫੈਸਲੇ ਕਰੀ ਸਕ। ਇਹ ਵਿਵਸਥਾ ਉਸ ਦੀ ਆਸਲ ਉਹਨਾਂ ਵਾਲੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਜਿਸਲੇ ਵੀ ਕਦੇ ਕਰੋਨਾ ਦੀ ਗੱਲ ਆਉਂਦੀ ਹੈ ਤਾਂ ਇੱਕ ਗੱਲ ਸੁਭਾਵਿਕ ਹੈ ਹਰ ਕਿਸੇ ਦੇ ਮਨ ਵਿੱਚ ਸਵਾਲ ਹੈ ਕਰੋਨਾ ਦੀ ਦਵਾਈ ਕਸਲੇ ਤਿਆਰ ਹੋਗ ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਹੈ ਪੂਰੀ ਦੁਨੀਆ 'ਚ ਹੈ ਮੈਂ ਅੱਜ ਦੇਸ਼ਵਾਸੀਆਂ ਕੀ ਆਖਣਾ ਚਾਹਾਂ ਜੇ ਮੁਲਖ ਦੇ ਸਾਡੇ ਵਿਗਿਆਨਿਕ ਸਾਡੇ ਵਿਗਿਆਨਿਕਾਂ ਦੀ ਪ੍ਰਤਿਭਾ ਇੱਕ ॠषि मुनि ਆਲਾ ਲੇਖਾ ਲੈਬਾਰਟਰੀ 'ਚ ਜੀ ਜਾਣ ਕੰਨੇ ਜੁਟੇ ਦੇਣ ਅਖੰਡ ਇੱਕ ਨਿਸ਼ਠ ਤਪੱਸਿਆ ਕਰਾ ਕਰਦਨ ਬੜੀ ਸਖਤ ਮਿਹਨਤ ਕਰਾ ਕਰਦਨ ਤੇ ਭਾਰਤ ਵਿੱਚ ਇੱਕ ਨਹੀਂ ਦਉ ਨਹੀਂ ਤਰੇ ਤਰੇ ਦਵਾਈਆਂ ਟੈਸਟਿੰਗ ਦੇ ਬਖਰੇ ਬਖਰੇ ਚਰਨਿਚਨ ਵਿਗਿਆਨੀ ਕੇ ਥਮਾ ਜਿਸਲੇ ਸੈਲੀ ਚੰਡੀ ਮਿਲੀ ਜਾਗ ਵੱਡੇ ਪੈਮਾਨੇ ਪਰ ਉਤਪਾਦਨ ਹੋਗ ਤੇ ਉਹਦੀਆਂ ਤਿਆਰੀਆਂ ਵੀ ਪੂਰੀ ਚਾਲੀ ਚਲਾ ਕਰਦੀਆਂ ਨ ਤੇਜ਼ੀ ਕੰਨੇ ਉਤਪਾਦਨ ਦੇ ਕੰਨੇ ਦਵਾਈ ਹਰ ਭਾਰਤ ਵਾਸੀ ਤਗਰ ਘਟ ਕੁਲਾ ਘਟ ਸਮੇਂ ਚ ਕੀਆਂ ਪੁੱਜੈ ਉਹਦਾ ਖਾਕਾ ਵੀ ਤਿਆਰ ਹੈ ਉਦੀ ਰੂਪਰੇਖਾ ਵੀ ਤਿਆਰ ਹੈ ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਮੁਲਕ ਵਿੱਚ ਬਖਰੀ ਬਖਰੀ ਜਗ੍ਹਾ 'ਤੇ ਵਿਕਾਸ ਦੀ ਤਸਵੀਰ ਬਖਰੀ ਬਖਰੀ ਹੈ ਕਿਸ਼ ਇਲਾਕੇ ਬੜੇ ਅੱਗੇ ਨੇ ਕਿਸ਼ ਇਲਾਕੇ ਬੜੇ ਪਿੱਛੇ ਨੇ ਇਹ ਅਸੰਤੁਲਨ ਆਤਮ ਨਿਰਭਰ ਪਾਰ ਦੇ ਸਾਹਮਣੇ ਇੱਕ ਮਹੱਤਵਪੂਰਨ ਚੁਣੌਤੀ ਮੈਂ ਮੰਨੀ ਸਕਣਾ ਤੇ ਇਸ ਕਰੀਏ ਜਿਹਾਂ ਮੈਂ ਸ਼ੁਰੂਆਤ ਵਿੱਚ ਆਖਿਆ ਹਾਂ 110 ਆकांक्षी ਜ਼ਿਲ੍ਹੇ ਪਰ ਅਸਬਲ ਦਿਆ ਕਰਨਿਆਂ ਉਹਨੇ ਕੀ ਵਿਕਾਸ ਦੇ ਮਾਮਲੇ 'ਚ ਬਰਾਬਰ ਪਰ ਆਨਣਾ ਚਾਹਨੇ ਆ ਆਸ ਵਿਕਾਸ ਦਾ ਇਕੋਸਿਸਟਮ ਬਣਾਣਾ ਕਨੈਕਟੀਵਿਟੀ ਦੀ ਸੁਧਾਰਨਾ ਇਹ ਸਾਡੀ ਪ੍ਰਾਥਮਿਕਤਾ ਹੈ ਉਨ ਤੋਂਸ ਦੇਖੋ ਹਿੰਦੁਸਤਾਨ ਦਾ ਪੱਛਮੀ ਸ ਹਿੰਦੁਸਤਾਨ ਦੀ ਮਝਾੜਲੇ ਥਮਾ ਦੇਖੋ ਤੇ ਹਿੰਦੁਸਤਾਨ ਦਾ ਪੂਰਵੀ ਸ ਪੂਰਵੀ ਉੱਤਰ ਪ੍ਰਦੇਸ਼ ਹੋਏ ਬਿਹਾਰ ਹੋਏ ਬੰਗਾਲ ਹੋਏ ਨਾਰਥ ਈਸਟ ਹੋਏ ਉੜੀਸਾ ਹੋਏ ਇਹ ਸਭੇ ਸਾਡੇ ਇਲਾਕੇ ਨੇ ಅಪਾਰ ਸੰਪਦਾ ਹੈ ਕੁਦਰਤੀ ਸੰਪਦਾ ਦੇ ਭੰਡਾਰਨ ਇੱਥੇ ਦੇ ਲੋਕ ਸਮਰਥਵਾਨ ਸ਼ਕਤੀਵਾਨ ਪ੍ਰਤਿਭਾਵਾਨ ਪਰ ਮੌਕੇ ਦੀ ਕਮੀ ਚ ਇਹ ਲਾ ਕੇ ਸਾੜੇ ਇੱਥੇ ਅਸੰਤੁਲਨ ਰਿਹਾ ਤੇ ਇਸ ਕਰੀ ਹੈ ਅਸੀਂ ਨੇਕਾਂ ਨਵੇਂ ਕਦਮ ਪੁੱਟੇ ਨੇ ਈਸਟਰਨ ਡੈਡੀਕੇਟਿਡ ਫ੍ਰੀਟ ਕਾਰਿਡੋਰ ਹੋਇਆ ਪੂਰਬ ਵਿੱਚ ਗੈਸ ਪਾਈਪ ਲਾਈਨਾਂ ਕੰਨੇ ਜੋੜਨੇ ਦੀ ਗੱਲ ਹੋਇਆ ਨਵੇਂ ਸਿੜਕ ਜਾਂ ਰੇਲ ਦਾ ਟਾਂਚਾ ਖੜਾ ਕਰਨਾ ਹੋਇਆ ਉਥੇ ਨਵੇਂ ਬੰਦਰਗਾਹ ਬਣਾਣੇ ਹੋਣ ਯਾਨੀ ਇੱਕ ਚਾਲੀ ਕੰਨੇ ਪੂਰਾ ਵਿਕਾਸ ਆਸਤਾ ਇਨਫਰਾਸਟ੍ਰਕਚਰ ਦਾ ਖਾਕਾ ਓਣਾ ਚਾਹੀਦਾ ਬੜੇ ਪੂਰੇ ਪ੍ਰਾਤਿ ਤਰੀਕੇ ਕੰਨੇ ਵਿਕਸਿਤ ਆਸ ਕਰਾ ਕਰਨੇ ਆ ਤਾਜੇ ਸਾਡੇ ਖੇਤਰ ਵੀ ਵਿਕਾਸ ਦੀ ਦਿਸ਼ਾ 'ਚ ਅੱਗੇ ਵਧਣ ਉਸੇ ਚਾਲੀ ਕੰਨੇ ਲੇ ਲਦਾਖ ਕਰਗਿਲ ਜੰਮੂ ਕਸ਼ਮੀਰ ਇਹ ਖੇਤਰ ਇੱਕ ਚਾਲੀ ਕੰਨੇ ਇਹਨੇ ਖੇਤਰੇਂ ਕੀ ਇੱਕ ਬਰੇ ਪਹਿਲੇ 370 ਥਮਾ ਆਜ਼ਾਦੀ ਆਸਲ ਹੋਈ ਗਈ ਹੈ ਇੱਕ ਬਰਾ ਪੂਰਾ ਹੋਈ ਗਿਆ ਹੈ ਇਹ ਇੱਕ ਬਰਾ ਜੰਮੂ ਕਸ਼ਮੀਰ ਦੀ ਇੱਕ ਨਵੀਂ ਵਿਕਾਸ ਯਾਤਰਾ ਦਾ ਬੜਾ ਮਹੱਤਵਪੂਰਨ ਪੜਾ ਹੈ ਇਹ ਇੱਕ ਬਰਾ ਉੱਥੇ ਮਹਿਲਾਏਗੀ ਦਲਿਤਾਂ ਦੀ ਬੁਨਿਆਦੀ ਅਕੇ ਹਕੂਕਾਂ ਦੀ ਦੇਣੇ ਵਾਲਾ ਸਮਾ ਰਿਹਾ ਹੈ ਇਹ ਸਾਡੇ ਸ਼ਰਨਾਰਥੀਆਂ ਦੀ ਮਾਨਨੇ ਵਾਲੇ ਜੀਵਨ ਦਾ ਇੱਕ ਬਰਾ ਰਿਹਾ ਹੈ ਵਿਕਾਸ ਦਾ ਲਾ ਗ੍ਰਾਂ ਤੇ ਗਰੀਬ ਤੱਕ ਪੁਜਾਣੇ ਲਈ ਬੈਕ ਟੂ ਵਿਲੇਜ ਜਿਨੇ ਵੱਡੀ ਅਭਿਆਨ ਚਲਾਏ ਜਾ ਕਰਦੇ ਨੇ आयुष्मान योजना की बेहतरीन तरीके कन्ने आज जम्मू कश्मीर ते लद्दाख ते क्षेत्र विच आज इस्तेमाल कीता जा करदा है मेरे प्यारे देशवासियों ਲੋਕਤੰਤਰ ਦੀ ਮਜ਼ਬੂਤੀ ਲੋਕਤੰਤਰ ਦੀ ਸੱਚੀ ਤਾਕਤ ਸਾੜੀ ਚੁਣੀ ਦੀ ਮੁਕਾਮੀ ਇਕਾਈਆਂ ਚ ਹੈ ਸਾੜੇ ਲਈ ਬੜੇ ਮਾਨਨੇ ਵਾਲੀ ਗੱਲ ਹੈ ਜੇ ਜੰਮੂ ਕਸ਼ਮੀਰ ਵਿੱਚ ਮੁਕਾਮੀ ਇਕਾਈਆਂ ਦੇ ਜਨ ਪ੍ਰਤੀਨਿਧੀ ਸਕਿਰਿਆਤਾ ਤੇ ਸੰਵੇਦਨਸ਼ੀਲਤਾ ਦੇ ਕੰਨੇ ਵਿਕਾਸ ਤੇ ਨਵੇਂ ਯੁੱਗ ਕੀ ਅੱਗੇ ਵਧਾ ਕਰਦੇ ਨੇ ਮੈਂ ਉੱਥੇ ਦੇ ਸਭਨੇ ਪੰਚੇ ਸਰਪੰਚੇਨ ਦੀ ਦਿਲੋਂ ਧਮਾ ਬੜੀ ਬੜੀ ਵਧਾਈ ਦਿੰਨਾ ਵਿਕਾਸ ਯਾਤਰਾ ਚ ਉੰਦੀ ਸਕਰੀਏ ਹਿੱਸੇਦਾਰੀ ਲਈ ਜੰਮੂ ਕਸ਼ਮੀਰ 'ਚ ਅਦਬੰਦੀ ਦੀ ਪ੍ਰਕਿਰਿਆ ਚਲਾ ਕਰਦੀ ਹੈ ਸੁਪਰੀਮ ਕੋਰਟ ਦੇ ਨਿਵਰਤ ਨਿਆਇਮੂਰਤੀ ਹੁੰਦੀ ਅਗਵਾਈ 'ਚ ਅਦਬੰਦੀ ਦਾ ਕੰਮ ਚਲਾ ਕਰਦਾ ਤੇ ਤੋਲੇਗਾ ਅਦਬੰਦੀ ਦਾ ਕੰਮ ਪੂਰਾ ਹੁੰਦੇਗਾ ਭਵਿੱਖੇ 'ਚ ਉਥੇ ਚੋਣਾਂ ਹੋਣ ਜੰਮੂ ਕਸ਼ਮੀਰ ਦੇ ਐਮ ਐਲ ਏ ਹੋਣ ਜੰਮੂ ਕਸ਼ਮੀਰ ਦੇ ਮੰਤਰੀ ਹੋਣ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹੋਣ ਨਵੀਂ ਊਰਜਾ ਦੇ ਕੰਨੇ ਵਿਕਾਸ ਦੀ ਵੱਤ ਉੱਪਰ ਅੱਗੇ ਵਧਨ ਇਹਦੇ ਲਈ ਮੁਲਖ ਬਚਨੇ ਵੱਜੇ ਦਾ ਵੀ ਹੈ ਤੇ ਯਤਨ ਵੀ ਕਰਾ ਕਰਦਾ ਹੈ ਲਦਾਖ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਈ ਹੈ ਬਰੇ ਪ੍ਰਾਣੀ ਹੁੰਦੀ ਜਿਹੜੀ ਮੰਗ ਹੀ ਉੰਦੀ ਜਿਹੜੀ ਤਾੰਗ ਹੀ ਉਸ ਤਾੰਗ ਕੀ ਅਸੀਂ ਪੂਰਾ ਕਰਨੇ ਦਾ ਉਹਨੇ ਕੀ ਸਮਾਨਿਤ ਕਰਨੇ ਦਾ ਅਸੀਂ ਇੱਕ ਬੜਾ ਵੱਡਾ ਕੰਮ ਕੀਤਾ ਹੈ ਹਿਮਾਲੇ ਦੀ ਉਚਾਈਆਂ ਚ ਬਸੇ ਦਾ ਲਦਾਖ ਵਿਕਾਸ ਦੀ ਨਵੀਂ ਕਿੰਗਰ ਵਾਲੀ ਬੱਖੀ ਅਗੜਾ ਵਧਾ ਕਰਦਾ ਹੈ ਉਹਨ ਕੇਂਦਰੀ ਯੂਨੀਵਰਸਿਟੀ ਉੱਥੇ ਬਣਾ ਕਰਦੀ ਹੈ ਨਵੇਂ ਖੋਧ ਕੇਂਦਰ ਬਣਾ ਕਰਦੇ ਨੇ ਹੋਟਲ ਮੈਨੇਜਮੈਂਟ ਦੇ ਕੋਰਸ ਉੱਥੇ ਚਲਾ ਕਰਦੇ ਨੇ ਬਿਜਲੀ ਆਸਤਾ ਹੈ 7500 ਮੈਗਾਵਾਟ ਦੇ ਸੋਲਰ ਪਾਰਕ ਦੇ ਨਿਰਮਾਣ ਦੀ ਯੋਜਨਾ ਬਣਾ ਕਰਦੀ ਹੈ ਪਰ ਮੇਰੇ ਪਿਆਰੇ ਦੇਸ਼ਵਾਸੀਓ ਲਦਾਖ ਦੀਆਂ ਕਈ ਖਾਸੀਅਤਾਂ ਵੀ ਹਨ ਉਹਨੇ ਖਾਸੀਅਤਾਂ ਦੇ ਗਈ ਅਸੀਂ ਸਾਂਭਣਾ ਵੀ ਹੈ ਤੇ ਸੰਵਾਰਨਾ ਵੀ ਹੈ ਤੇ ਜਿਹਾ ਸਿੱਕਮਨਾ ਸਾਡੇ ਨਾਰਥ-ਈਸਟ ਵਿੱਚ ਸਿੱਕਮਨਾ ਆਪਣੀ ਇੱਕ ਜੈਵਿਕ ਰਾਜਸਤ ਦੀ ਪਛਾਣ ਬਣਾਈ ਹੈ ਉਹਾਂ ਦਾ ਲਦਾਖ ਲੈ ਕਰਗਿਲ ਇਹ ਪੂਰਾ ਇਲਾਕਾ ਸਾਡੇ ਮੁਲਕ ਲਈ ਕਾਰਬਨ ਨਿਊਟਰਲ ਇਕਾਈ ਦੇ ਰੂਪ ਵਿੱਚ ਉਹਦੀ ਪੰਛਾਨ ਬਣਾਈ ਸਕਦਾ ਹੈ ਤੇ ਇਹਦੇ ਲਈ ਭਾਰਤ ਸਰਕਾਰ ਉੱਥੇ ਦੇ ਬਸਨੀਕੇ ਦੇ ਕੰਨੇ ਮਿਲੀ ਹੈ ਇੱਕ ਨਮੂਨਾ ਰੂਪ ਇੱਕ ਪ੍ਰੇਰਣਾ ਰੂਪ ਕਾਰਬਨ ਨਿਊਟਰਲ ਤੇ ਉਹ ਵੀ ਵਿਕਾਸ ਦਾ ਮਾਡਲ ਉੱਥੇ ਦੀਆਂ ਜ਼ਰੂਰਤਾਂ ਕੀ ਪੂਰਾ ਕਰਨੇ ਵਾਲਾ ਮਾਡਲ ਉਸ ਦਿਸ਼ਾ ਚ ਅਸ ਅੱਗੇ ਵਧਾ ਕਰਨੇ ਆ ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਨੇ ਦੱਸਿਆ ਜੇ ਪਰਿਆਵਰਣ ਦੇ ਕੰਨੇ ਸੰਤੁਲਨ ਰੱਖਦੇ ਹੋ ਹੀ ਵੀ ਤੇਜ ਵਿਕਾਸ ਮੁਮਕਿਨ ਹੈ ਅੱਜ ਭਾਰਤ 1 ਵਰਲਡ 1 ਸਨ 1 ਗ੍ਰਿਡ ਦੇ ਨਜ਼ਰੀਏ ਦੇ ਕੰਨੇ ਪੂਰੀ ਦੁਨੀਆ ਦੀ ਖਾਸ ਕਰਕੇ ਸੂਰਜ ਦੀ ਊਰਜਾ ਦੇ ਖੇਤਰ ਵਿੱਚ ਪ੍ਰੇਰਿਤ ਕਰਾ ਕਰਦਾ ਹੈ ਅਕਸ਼ਣ ਊਰਜਾ ਦੇ ਉਤਪਾਦਨ ਦੇ ਮਾਮਲੇ 'ਚ ਅੱਜ ਭਾਰਤ ਦੇ ਪੰਜ ਅਵਲ ਮੁਲਕਾਂ 'ਚ ਆਪਣੀ ਥਾਂ ਬਣਾਈ ਚੁੱਕਿਆ ਦਾ ਹੈ ਪ੍ਰਦੂਸ਼ਣ ਦੇ ਅਲਗੀ ਲਈ ਹੈ ਭਾਰਤ ਸजग ਵੀ ਹੈ ਤੇ ਭਾਰਤ ਸਕਰੀਏ ਵੀ ਹੈ ਸਵਛ ਭਾਰਤ ਅਭਿਆਨ ਹੋਏ ਤੂਏ ਕੁਲਾ ਮੁਕਤ ਰਸੋਈ ਗੈਸ ਦੀ ਬਵਸਥਾ ਹੋਇ ਐ ਐਲਈਡੀ ਲਾਟੂ ਦਾ ਅਭਿਆਨ ਹੋਇ ਐ ਸੀਐਨਜੀ ਅਧਾਰਿਤ ਯਾਤਿਆਦ ਦੀ ਬਵਸਥਾ ਹੋਇ ਐ ਇਲੈਕਟ੍ਰਿਕ ਮੋਬਿਲਿਟੀ ਆਸਤਾ ਕੋਸ਼ਿਸ਼ ਹੋਇ ਐ ਅਸ ਕੋਈ ਕਸਰ ਨਹੀਂ ਛੁੜਾ ਕਰਨਿਆ ਪੈਟਰੋਲ ਕਰਿਓਣਿਆਲੇ ਪ੍ਰਦੂਸ਼ਨ ਕੀ ਕਟ ਕਰਨਿਆ ਆਸਤਾ ਹੈ ਇਥਨੋਲ ਦੇ ਉਤਪਾਦਨ ਕੀ ਵਧਾਣੇ ਪਰ ਤੇ ਉਹਦੇ ਇਸਤੇਮਾਲ ਪਰ ਬਲ ਦਿੱਤਾ ਜਾ ਕਰਦਾ ਹੈ ਪੰਜ ਬਰੇ ਪਹਿਲੇ ਸਾਡੇ ਮੁਲਖ ਦੇ ਅੰਦਰ ਇਥਨੋਲ ਦੀ ਕੀ ਸਥਿਤੀ ਹੈ ਪੰਜ ਬਰੇ ਪਹਿਲੇ ਸਾਡੇ ਮੁਲਕੇ ਚ 40 ਕਰੋੜ ਲੀਟਰ ਉਤਪਾਦਨ ਹੁੰਦਾ ਹਾ ਅੱਜ ਪੰਜ ਬਰੇ ਚ 5 ਗੁਣਾ ਹੋਈ ਗਿਆ ਤੇ ਅੱਜ 200 ਕਰੋੜ ਲੀਟਰ ਇਥਨੋਲ ਸਾਡੇ ਮੁਲਕੇ ਚ ਬਣਾ ਕਰਦਾ ਹੈ ਜਿਹੜਾ ਪ੍ਰਿਆਵਰਣ ਲਈ ਬੜਾ ਫਾਇਦੇਮੰਦ ਹੋਆ ਕਰਦਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਮੁਲਕ ਦੇ 100 ਸ਼ਹਿਰਾਂ ਚ ਚੁਣੇ ਗਏ ਦੇ 100 ਸ਼ਹਿਰਾਂ ਚ ਪ੍ਰਦੂਸ਼ਣ ਘਟ ਕਰਨ ਦੇ ਹਾਸਤੇ ਅਸੀਂ ਇੱਕ ਪੂਰੇ ਪ੍ਰਾਤੇ ਨਜ਼ਰੀਏ ਦੇ ਕੰਨੇ ਇੱਕ ਸੰਗਠਿਤ ਨਜ਼ਰੀਏ ਦੇ ਕੰਨੇ ਜਨਪਾਗੇਦਾਰੀ ਦੇ ਕੰਨੇ ਆਧੁਨਿਕ ਟੈਕਨੋਲੋਜੀ ਦਾ ਪੂਰਾ ਪੂਰਾ ਇਸਤੇਮਾਲ ਕਰਦੇ ਹੋਈ ਅਸ ਉਸੇ ਪ੍ਰਦੂਸ਼ਣ ਘਟ ਕਰਨੇ ਦੀ ਦਿਸ਼ਾ 'ਚ ਇੱਕ ਮਿਸ਼ਨ ਆਲਾ ਲੇਖਾ ਕੰਮ ਕਰਨੇ ਆਲੇ ਆ ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਇਸ ਗੱਲ 'ਦੀ ਗਰਵ ਕੰਨੇ ਆਖੀ ਸਕਦਾ ਹੈ ਭਾਰਤ ਓਕੜੇ ਬੜੇ ਘਟ ਮੁਲਖੇ ਚਾ ਹੈ ਜਿੱਥੇ ਜੰਗਲਾਂ ਦਾ ਵਿਸਤਾਰ ਹੋਆ ਕਰਦਾ ਆਪਣੀ ਜੈਵਿਕ ਬਨਸਵਨਤਾਸਤਾ ਭਾਰਤ ਪੂਰੀ ਚਾਲੀ ਕੰਨੇ ਸੰਵੇਦਨਸ਼ੀਲ ਅਸੀਂ ਲੋਕਾਂ ਕਾਮਯਾਬੀ ਕਰਨੇ ਪ੍ਰੋਜੈਕਟ ਟਾਈਗਰ ਪ੍ਰੋਜੈਕਟ এলিਫੈਂਟ ਅਸੀਂ ਕਾਮਯਾਬੀ ਕਰਨੇ ਅੱਗੇ ਵਧਾਇਆ ਹੈ ਸਾਡੇ ਇੱਥੇ ਟਾਈਗਰ ਦੀ ਆਬਾਦੀ ਵਧੀ ਹੈ ਓਣ ਆਉਣ ਵਾਲੇ ਦਿਨਾਂ 'ਚ ਏਸ਼ੀਆਈ ਬੱਬਰ ਸ਼ੇਰ ਪ੍ਰੋਜੈਕਟ ਲਾਇਨ ਦੀ ਸ਼ੁਰੂਆਤ ਉਹ ਕਰਦੀ ਹੈ ਤੇ ਉਹਦੇ 'ਚ ਪ੍ਰੋਜੈਕਟ ਲਾਇਨ ਭਾਰਤੀ ਸ਼ਹਿਰਾਂ ਦੀ ਰੱਖਸ਼ਾ ਸੁਰੱਖਿਆ ਲੋੜ ਚ ਦਾ ਢਾਂਚਾ ਤੇ ਖਾਸ ਕਰੀ ਹੈ ਉਹਦੇ ਲਈ ਜਿਹੜਾ ਜ਼ਰੂਰੀ ਹੈ ਖਾਸ ਕਿਸਮ ਦੇ ਦਾ ਸੇਧ ਸਰਵੰਦੀ ਟਾਂਚਾ ਉਹਦੇ ਪਰ ਵੀ ਕੰਮ ਕੀਤਾ ਜਾਗ ਤੇ ਪ੍ਰੋਜੈਕਟ ਲਾਈਨ ਪਰ ਬਲ ਦਿੱਤਾ ਜਾਗ ਕੰਨੇਗਾ ਇੱਕ ਹੋਰ ਕੰਮਗੀ ਵੀ ਅਸ ਬੜਾ ਵਾਦੇਣਾ ਚਾਹਨੇ ਆ ਉਹ ਹੈ ਪ੍ਰੋਜੈਕਟ ਡਾਲਫਿਨ ਚਲਾਇਆ ਜਾਗ ਦਰਿਆਏ ਚ ਸਮੁੰਦਰੇ ਚ ਰਹੋਣੇ ਵਾਲੀ ਦੋਨੇ ਕਿਸਮ ਦੀ ਡਾਲਫਿਨ ਉਪਰ ਅਸ ਧਿਆਨ ਕੇਂਦ੍ਰਿਤ ਕਰਗੇ ਇਹਦੇ ਕੰਨੇ ਜੈਵਿਕ ਬਨਸਵਨਤਾਗੀ ਵੀ ਬਲ ਮਿਲਗ ਤੇ ਰੋਜ਼ਗਾਰ ਦੇ ਮੌਕੇ ਵੀ ਮਿਲਗਣ ਇਹ ਸੈਲਸਫਾ ਦੇ ਆਕਰਸ਼ਨ ਦਾ ਕੇਂਦਰ ਵੀ ਹੁੰਦਾ ਹੈ ਤੇ ਇਸ ਦਿਸ਼ਾ ਚ ਵੀ ਅਸ ਅੱਗੇ ਵਧਨੇ ਆਲੇ ਆ ਮੇਰੇ ਪਿਆਰੇ ਦੇਸ਼ਵਾਸੀਓ ਜਿਸ ਲੈ ਅਸ ਇੱਕ ਗੈਰ ਮਾਮੂਲੀ ਲਕਸ਼ੇ ਕੀ ਲਈ ਹੈ ਗੈਰ ਮਾਮੂਲੀ ਯਾਤਰਾ ਉਪਰ ਨਿਕਲਨੇ ਆ ਤਾਂ ਬੱਤੇ ਚ ਬੜੀ ਮਤੀਆਂ ਚਨੋਤੀਆਂ ਵੀ ਆਉਂਦੀਆਂ ਨ ਤੇ ਚਨੋਤੀਆਂ ਵੀ ਗੈਰ ਮਾਮੂਲੀ ਹੁੰਦੀਆਂ ਇੰਨੀ ਆਪਦਾਏ ਦੇ ਵਿੱਚ ਵੀ ਬੰਨੇ ਪਰ ਵੀ ਮੁਲਕ ਦੀ ਸਮਰਥਗੀ ਚਨੋਤੀ ਦੇਨੇ ਦੀਆਂ ਪਿਹੜੀਆਂ ਕੋਸ਼ਿਸ਼ਾਂ ਹੋਈਆਂ ਪਰ ਐਲਓਸੀ ਥਮਾ ਲਈ ਹੈ ਐਲ ਏ ਸੀ ਤੱਕ ਅਰ ਮੁਲਖ ਦੀ ਸਮ ਪ੍ਰਭੂਤਾ ਪਰ ਜਿਸ ਕੁਸੈ ਨੇ ਵੀ ਨਜ਼ਰ ਚੁੱਕੀ ਮੁਲਖ ਦੀ ਫੌਜ ਨੇ ਸਾਡੇ ਦਲੇਰ ਜਵਾਨੇ ਉਹਦਾ ਉਹਦੀ ਗੈ ਪਾਸ਼ਾ ਚ ਪਰਤਾ ਦਿੱਤਾ ਭਾਰਤ ਦੀ ਸਮ ਪ੍ਰਭੂਤਾ ਦੀ ਰਾਖੀ ਲਈ ਪੂਰਾ ਮੁਲਖ ਇੱਕ ਜੋਸ਼ ਕੰਨੇ ਪਰੋਚੇਦਾ ਹੈ ਸੰਕਲਪ ਥਮਾ ਪ੍ਰੇਰਿਤ ਹੈ ਤੇ ਸਮਰਥ ਉੱਪਰ ਅਨ ਤਰੁੱਟ ਸ਼ਰਧਾ ਦੇ ਕੰਨੇ ਅਗੜਾ ਵਧਾ ਕਰਦਾ ਹੈ ਇਸ ਸੰਕਲਪਾਸਤਾ ਸਾਡੇ ਦਲੇਰ ਜਵਾਨ ਕੀ ਕਰੀ ਸਕਦੇ ਨੇ ਮੁਲਖ ਕੀ ਕਰੀ ਸਕਦਾ ਇਹ ਲਦਾਖ ਇਚ ਦੁਨੀਆ ਨੇ ਦਿਖੀ ਲੇਤਾ ਮੈਂ ਅੱਜ ਮਾਤਰਪੂਮੀ ਪਰ ਨਿਛਾਵਰ ਉਹਨੇ ਸਭਨੇ ਦਲੇਰ ਜਵਾਨੇ ਕੀ ਲਾਲ ਕਿਲੇ ਦੀ ਪ੍ਰਾਚੀਰ ਪਰਾ ਪੂਰੇ ਆਦਰ ਸਮਾਨ ਕੰਨੇ ਨਮਨ ਕਰਨਾ ਆਤੰਕਵਾਦ ਹੋਇਆ ਜਾਂ ਵਿਸਤਾਰਵਾਦ ਭਾਰਤ ਅੱਜ ਡਟਿਆ ਮੁਕਾਬਲਾ ਕਰਾ ਕਰਦਾ ਹੈ ਅੱਜ ਦੁਨੀਆ ਦਾ ਭਾਰਤ ਉਪਰ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਪਿਛਲੇ ਦਿਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਅਸਥਾਈ ਸਦਸье ਦੇ ਰੂਪ ਇਚ 192 ਚ 184 192 ਚ 184 ਮੁਲਕਾਂ ਦਾ ਪਾਰਦਗੀ ਸਮਰਥਨ ਮਿਲਣਾ ਇਹ ਸਾੜੇ ਅਰ ਹਿੰਦੁਸਤਾਨੀ ਆਸਤਾ ਮਾਨ ਅਲੀ ਗੱਲ ਹੈ ਦੁਨੀਆ ਚ ਕਿਹਾਂ ਅਸੀਂ ਆਪਣੀ ਪੁੱਜ ਬਣਾਈ ਹੈ ਉਹਦੀ ਇਹ ਇੱਕ ਮਿਸਾਲ ਹੈ ਤੇ ਇਹ ਤਾਂਗੇ mumkin ਹੁੰਦਾ ਜਿਸ ਲੈ ਭਾਰਤ ਆਪੂ ਮਜ਼ਬੂਤ ਹੋਇਆ ਭਾਰਤ ਸਸ਼ਕਤ ਹੋਇਆ ਭਾਰਤ ਸੁਰੱਖਿਤ ਹੋਇਆ ਇਸ ਸੋਚ ਦੇ ਕੰਨੇ ਅੱਜ ਨੇਕਾਂ ਮੋਰਚੇ ਉੱਪਰ ਕੰਮ ਕੀਤਾ ਜਾ ਕਰਦਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਗਵਾਂਡੀ ਮੁਲਕੇ ਦੇ ਕੰਨੇ ਭਾਵੇਂ ਉਹ ਸਾਡੇ ਕੰਨੇ ਜ਼ਮੀਨ ਕੰਨੇ ਜੁੜੇਦੇ ਹੋਣ ਜਾਂ ਸਮੁੰਦਰ ਕੰਨੇ ਆਪਣੇ ਸਰਬੰਧ ਦੇ ਆਸਸ ਸੁਰੱਖਿਆ ਵਿਕਾਸ ਤੇ ਵਿਸ਼ਵਾਸ ਦੀ ਸਾਂਝੇਦਾਰੀ ਦੇ ਕੰਨੇ ਜੋੜਾ ਕਰਨੇ ਆ ਪਰ ਅਦਲ ਲਗਾਤਾਰ ਯਤਨ ਹੈ ਜੇ ਆਪਣੇ ਗਵਾਂਡੀ ਮੁਲਕੇ ਦੇ ਕੰਨੇ ਆਸ ਆਪਣੇ ਸਦੀਆਂ ਪੁਰਾਣੀ ਸਾਂਸਕ੍ਰਿਤਿਕ ਆਰਥਿਕ ਤੇ ਸਮਾਜੀ ਰਿਸ਼ਤੇ ਗੀ ਹੋਰ ਗਹਿਰਾਈ ਦੇਚੇ ਦੱਖਣ ਏਸ਼ੀਆ 'ਚ ਦੁਨੀਆ ਦੀ 1/4 ਆਬਾਦੀ ਰਹਿੰਦੀ ਹੈ। ਅਸ ਸਹਿਯੋਗ ਤੇ ਸਹਿਭਾਗੀਦਤਾ ਦੇ ਕੰਨੇ ਇੰਨੀ ਵੱਡੀ ਆਬਾਦੀ ਦੇ ਵਿਕਾਸ ਤੇ ਸਮ੍ਰiddhi ਦੀ ਅਨਗਿਣਤ ਸੰਭਾਵਨਾ ਪੈਦਾ ਕਰੀ ਸਕਣੇ ਆ। ਇਸ ਖੇਤਰ ਦੇ ਮੁਲਕਾਂ ਦੇ ਸਭਨੇ ਨੇਤਾਾਂ ਦੀ ਇਸ ਵੱਡੇ ਜਨ ਸਮੂਹ ਦੇ ਵਿਕਾਸ ਤੇ ਤਰੱਕੀ ਲਈ ਬੜੀ ਵੱਡੀ ਜ਼ਿੰਮੇਵਾਰੀ ਹੈ। ਇੱਕ ਅਹਿਮ ਜ਼ਿੰਮੇਵਾਰੀ ਹੈ। ਉਸੀ ਨਿਭਾਣਿਆ ਅਸਤੇ ਦੱਖਣ ਏਸ਼ੀਆ ਦੇ ਇਹਨੇ ਸਭਨੇ ਖੇਤਰ ਦੇ ਸਭਨੇ ਲੋਕਾਂ ਦੀ ਰਾਜਨੀਤਾਂਾਂ ਦੀ ਸ਼ਾਸਕਾਂ ਦੀ ਬੁੱਧੀਜੀਵੀਆਂ ਦੀ ਵੀ ਮੈਂ ਆਹਵਾਨ ਕਰਨਾ ਇਸ ਪੂਰੇ ਖੇਤਰ ਵਿੱਚ ਜਿੰਨੀ ਰਮਾਨਦਾਰੀ ਹੋਗ ਜਿੰਨਾ ਸੁਹਾਰਦ ਹੋਗ ਉਨੀ ਗੈ ਇਹ ਮਨੁੱਖਤਾ ਦੇ ਕੰਮ ਆਉਗ ਮਨੁੱਖਤਾ ਦੇ ਇਤੇ ਚੌਗ ਪੂਰੀ ਦੁਨੀਆ ਦਾ ਇਤ ਇਹਦੇ ਵਿੱਚ ਸਮਾਇਦਾ ਹੈ ਅੱਜ ਗਵਾਂਡੀ ਛੜੇ ਉਹ ਨਹੀਂ ਹਨ ਜਿੰਦੇ ਕੰਨੇ ਸਾਡੇ ਜ਼ਮੀਨੀ ਬੰਨੇ ਮਿਲਦੇ ਨੇ ਸਗੋਂ ਉਹ ਵੀ ਹਨ ਜਿੰਦੇ ਕੰਨੇ ਸਾਡੇ ਦਿਲ ਮਿਲਦੇ ਨੇ ਜਿੱਥੇ ਰਿਸ਼ਤੇ ਚ ਮਠਾਸ ਹੁੰਦੀ ਹੈ ਮੇਲਜੋਲ ਰਹੁੰਦਾ ਹੈ ਮਿੱਗੀ ਖੁਸ਼ੀ ਹੈ ਜੇ ਪਿਛਲੇ ਕੁਝ ਸਮੇਂ ਚ ਭਾਰਤ ਨੇ ਐਕਸਟੈਂਡਡ ਨੇਬਰਹੂਡ ਐਕਸਟੈਂਡਡ ਨੇਬਰਹੂਡ ਦੇ ਸਭਨੇ ਮੁਲਕਾਂ ਦੇ ਕੰਨੇ ਆਪਣੇ ਸਰਬੰਧਾਂ ਦੀ ਹੋਰ ਮਜ਼ਬੂਤ ਕੀਤਾ ਹੈ ਪੱਛਮੀ ਏਸ਼ੀਆ ਦੇ ਮੁਲਕਾਂ ਕੰਨੇ ਸਾਢੇ 36 ਆਰਥਿਕ ਤੇ ਮਨੁੱਖੀ ਸਰਬੰਧਾਂ ਦੀ ਪ੍ਰਗਤੀ ਚ ਕਈ ਗੁਣਾ ਤੇਜ਼ੀ ਆਈ ਹੈ ਵਿਸ਼ਵਾਸ ਕਈ ਗੁਣਾ ਵਧੀ ਗਿਆ ਹੈ ਇਹਨੇ ਮੁਲਕਾਂ ਦੇ ਕੰਨੇ ਸਾਢੇ ਆਰਥਿਕ ਸਰਬੰਧ ਖਾਸ ਕਰੀਏ ਊਰਜਾ ਦੇ ਖੇਤਰ ਵਿੱਚ ਇਸ ਸਿਹਦਾਰੀ ਬੜੀ ਮਹਤਵ ਵਾਲੀ ਹੈ ਇੰਦੇ ਕਨੇ ਕਈ ਮੁਲਖੇ ਚ ਇਹਨੇ ਸਭਨੇ ਮੁਲਖੇ ਚ ਮਤੇ ਸਾਰੇ ਮੁਲਖੇ ਚ ਬੜੀ ਵੱਧ ਗਿੰਤਰੀ ਚ ਸਾੜੇ ਭਾਰਤੀ ਭੈਣ ਭਰਾ ਕੰਮ ਕਰਾਰ ਦੇਣ ਜਿਸ ਚਾਲੀ ਕਨੇ ਇਹਨੇ ਮੁਲਖੇ ਕਰੋਨਾ ਦੇ ਸੰਕਟ ਦੇ ਸਮੇਂ ਚ ਭਾਰਤ ਵਾਸੀਆਂ ਦੀ ਮਦਦ ਕੀਤੀ ਭਾਰਤ ਸਰਕਾਰ ਦੀ ਗੁਜ਼ਾਰਿਸ਼ ਦਾ ਸਨਮਾਨ ਕੀਤਾ ਉਹਦੇ ਲਈ ਭਾਰਤ ਉਹਨੇ ਸਭਨੇ ਮੁਲਖੇ ਦਾ ਅਭਾਰੀ ਹੈ ਤੇ ਮੈਂ ਆਪਣਾ ਅਭਾਰ ਪ੍ਰਗਟ ਕਰਨਾ ਚਾਹਨਾ ਇਸ ਚਾਲੀ ਸਾਡੇ ਪੂਰਬ ਦੇ ਆਸੀਆਨ ਮੁਲਕ ਜਿਹੜੇ ਸਾਡੇ ਸਮੁੰਦਰੀ ਗੁਆਂਢੀ ਵੀ ਐਨ ਉਹ ਵੀ ਸਾਡੇ ਲਈ ਬੜਾ ਖਾਸ ਮਹੱਤਵ ਰੱਖਦੇ ਨੇ ਇੰਦੇ ਕੰਨੇ ਭਾਰਤ ਦਾ ਇਜਾਰੇ ਭਰੇ ਪੁਰਾਣਾ ਧਾਰਮਿਕ ਤੇ ਸਾਂਸਕ੍ਰਿਤਿਕ ਸਰਬੰਧ ਹੈ ਬੁੱਧ ਧਰਮ ਦੀਆਂ ਰਿਵਾਇਤਾਂ ਅਸੀਂ ਕੀ ਉਹਦੇ ਕੰਨੇ ਜੋੜਦੀਆਂ ਅੱਜ ਭਾਰਤ ਇਹਨੇ ਮੁਲਖੇ ਦੇ ਕੰਨੇ ਛੜਾ ਸੁਰੱਖਿਆ ਦੇ ਖੇਤਰ ਜਿਗ੍ਹਾ ਨਹੀਂ ਸਗੁਆ ਸਮੁੰਦਰੀ ਸੰਪਦਾ ਦੇ ਖੇਤਰ ਵਿੱਚ ਵੀ ਸਹਿਯੋਗ ਵਧਾ ਕਰਦਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਦੇ ਜਿੰਨੇ ਯਤਨ ਰਮਾਨਦਾਰੀ ਤੇ ਸੁਹਾਰਦਸਤਨ ਉੰਨੀ ਗਏ ਬਚਨ ਬੱਧਤਾ ਆਪਣੀ ਸੁਰੱਖਿਆ ਤੇ ਆਪਣੀ ਫੌਜਾਂ ਗੀ ਸਸ਼ਕਤ ਕਰਨੇ ਆਸਤਾ ਵੀ ਹੈ ਰੱਖਿਆ ਉਤਪਾਦਨ ਵਿੱਚ ਆਤਮ ਨਿਰਭਰ ਭਾਰਤ ਆਸਤਾ ਬਡੀਆਂ ਗਈ ਪੁਟੀਆਂ ਜਾ ਕਰਦੀਆਂ ਆਹ ਲਿਜ ਗਏ 100 ਕੋਲਾ ਮਤੇ ਫੌਜੀ ਉਪਕਰਣ ਦੇ ਆਯਾਤ ਉੱਪਰ ਅਸੀਂ ਰੋਕ ਲਾਈ ਦਿੱਤੀ ਹੈ ਮਿਸਾਇਲें ਥਮਾ ਲਈ ਹੈ ਹੌਲੇ ਲੜਾਕੂ ਹੈਲੀਕਾਪਟਰ ਹੈ ਤਕਰ असॉल्ट राइफल थमा ਲਈ ਹੈ ਟਰਾਂਸਪੋਰਟ 에ਅਰਕ੍ਰਾਫਟ ਤਹਰ ਸਭੈ ਮੇਕ ਇਨ ਇੰਡੀਆ ਉਹੀ ਗੇਨ ਆਪਣਾ ਤੇਜਸ ਵੀ ਆਪਣੀ ਤੇਜ ਆਪਣੀ ਤੇਜ਼ੀ ਤੇ ਆਪਣੀ ਤਾਕਤ ਦਸਨਿਆਸਤ ਹੈ ਆਧੁਨਿਕ ਜ਼ਰੂਰਤਾਂ ਦੇ ਮੁਜਬ ਤਿਆਰ ਹੋਆ ਕਰਦਾ ਹੈ ਮੁਲਕ ਦੀ ਸੁਰੱਖਿਆ ਚ ਸਾਢੇ ਬੰਨੇ ਤੇ ਸਮੁੰਦਰੀ ਟਾਚੇ ਦੀ ਬੜੀ ਵੱਡੀ ਭੂਮਿਕਾ ਹੈ ਅੱਜ ਹਿਮਾਲੇ ਦੀ ਕਿੰਗਰੋ ਹੈ ਜਾਂ ਹਿੰਦ ਮਹਾਸਾਗਰ ਦੇ ਟਾਪੂ ਆਰ ਦਿਸ਼ਾ ਚ ਕਨੈਕਟੀਵਿਟੀ ਦੇ ਵਿਸਤਾਰ ਉੱਪਰ ਜ਼ੋਰ ਦਿੱਤਾ ਜਾ ਕਰਦਾ ਹੈ ਲਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਵੱਡੇ ਪੈਮਾਨੇ ਉੱਪਰ ਸਾਡੇ ਮੁਲਕ ਦੀ ਸੁਰੱਖਿਆ ਕੀ ਧਿਆਨ ਵਿੱਚ ਰੱਖਦੇ ਹੋਈ ਨਵੀਆਂ ਛੜਕਾਂ ਤਿਆਰ ਕੀਤੀਆਂ ਗਈਆਂ ਨੇ ਮੁਲਕ ਵਿੱਚ ਮੇਰੇ ਪਿਆਰੇ ਦੇਸ਼ਵਾਸੀਓ ਸਾਡਾ ਇੰਨਾ ਵੱਡਾ ਸਮੁੰਦਰੀ ਕੰਢਾ ਹੈ ਪਰ ਕੰਨੇ-ਕੰਨੇ ਸਾਡੇ ਕੋਲ 1300 ਕੋਲਾ ਮਤੇ ਟਾਪੂਨ ਕਿਸ ਚੁੰਨੰਦਾ ਟਾਪੂਆਂ ਦੇ ਮਹੱਤਵ ਕੀ ਦਿਖਦੇ ਹੋਈ ਤੇਜ਼ੀਆ ਕੰਨੇ ਵਿਕਸਿਤ ਕਰਨੇ ਉੱਪਰ ਅਸ ਅੱਗੇ ਵਧਾ ਕਰਨੇ ਆ ਤੁਸੀਂ ਦੇਖਿਆ ਹੋਗ ਪਿਛਲੇ ਹਫਤੇ 5 ਦਿਹਾੜੇ ਪਹਿਲੇ ਅੰਡੇਮਾਨ ਨਿਕੋਬਾਰ ਵਿੱਚ ਸਬ ਮਰੀਨ ਆਪਟੀਕਲ ਫਾਈਬਰ ਕੇਬਲ ਪ੍ਰੋਜੈਕਟ ਦੀ ਲੋਕਾਂ ਦੇ ਨਿਮਿਤ ਲਾਇਆ ਗਿਆ ਅੰਡੇਮਾਨ ਨਿਕੋਬਾਰ ਦੀ ਵੀ ਚਨਈ ਤੇ ਦਿੱਲੀ ਜਨਈ ਇੰਟਰਨੈਟ ਸੁਵਿਧਾ ਹੁਣ ਉਪਲਬਧ ਹੋਗ ਹੁਣ ਅਸ ਅੱਗੇ ਲਕਸ਼ਯ ਦੀਪ ਦੀ ਵੀ ਇਸੇ ਚਾਲੀ ਕੰਨੇ ਜੋੜਨੇ ਲਈ ਕੰਮ ਕੀ ਅੱਗੇ ਵਧਾਣੇ ਆਂ ਅਗਲੇ 1000 ਦਿਨਾਂ ਵਿੱਚ ਲਕਸ਼ਯ ਦੀਪ ਦੀ ਵੀ ਤੇਜ਼ ਇੰਟਰਨੈਟ ਦੀ ਸੁਵਿਧਾ ਕੰਨੇ ਜੋੜਨੇ ਦਾ ਅਸੀਂ ਲਕਸ਼ਯ ਰੱਖਿਆ ਹੈ ਬੰਨੇ ਤੇ ਸਮੁੰਦਰੀ ਇਲਾਕਿਆਂ ਦੇ ਨੌਜਵਾਨਾਂ ਦੇ ਵਿਕਾਸ ਉਸकी ਵੀ ਸੁਰੱਖਿਆ ਕੀ ਕੇਂਦਰ ਚ ਰੱਖਦੇ ਹੋਈ ਵਿਕਾਸ ਤੇ ਮਾਡਲ ਦੀ ਦਿਸ਼ਾ ਚ ਅਸ ਅੱਗੇ ਵਧਾ ਕਰਨੇ ਆ ਤੇ ਉਹਦੇ ਚ ਇੱਕ ਕਦਮ ਇੱਕ ਵੱਡਾ ਅਭਿਆਨ ਅਸ ਸ਼ੁਰੂ ਕਰਾ ਕਰਨੇ ਆ ਸਾੜੇ ਜਿਹੜੇ ਬੰਨੇ ਵਾਲੇ ਇਲਾਕਿਆਂ ਸਾੜੇ ਜਿਹੜੇ ਸਮੁੰਦਰੀ ਇਲਾਕਿਆਂ ਉੱਥੇ ਦੇ ਕਰੀਬ 173 173 ਜ਼ਿਲ੍ਹਿਆਂ ਜਿਹੜੇ ਕੁਸੈ ਨਾ ਕੁਸੈ ਮੁਲਖ ਦੇ ਬੰਨੇ ਜਾਂ ਸਮੁੰਦਰੀ ਬੰਨੇ ਕੰਨੇ ਜੁੜੇ ਦੇਣ ਆਉਣ ਵਾਲੇ ਦਿਨੇ ਚ ਐਨ ਸੀ ਸੀ ਦਾ ਵਿਸਤਾਰ ਓਕੜੇ ਬੰਨੇ ਵਾਲੇ ਜ਼ਿਲ੍ਹੇ ਦੇ ਨੌਜਵਾਨਾਂ ਅਸਤਾ ਕੀਤਾ ਜਾਗ ਬੰਨੇ ਵਾਲੇ ਇਲਾਕੇ ਦੇ ਕੈਡਟਿੰਗ ਦੀ ਅਸ ਕਰੀਬ-ਕਰੀਬ 1 ਲੱਖ ਨਵੇਂ ਐਨ ਸੀ ਸੀ ਦੇ ਕੈਡਟ ਤਿਆਰ ਕਰ ਗਏ ਤੇ ਉਹਦੇ ਚ 1 ਤਿਹਾਈ ਸਾੜੀਆਂ 3 ਹੋਣ ਇਹ ਵੀ ਕੋਸ਼ਿਸ਼ ਰੋਗ ਬੰਨੇ ਵਾਲੇ ਇਲਾਕੇ ਦੇ ਕੈਡਟਿੰਗ ਦੀ ਫੌਜ ਸਿਖਲਾਈ ਦੇਗ ਸਮੁੰਦਰੀ ਇਲਾਕਿਆਂ ਦੇ ਜਿਹੜੇ ਕੈਡਟ ਨੇ ਉਹਨੇ ਕੀ ਨੌ ਸੈਨਾ ਦੇ ਲੋਕ ਸਿਖਲਾਈ ਦੇਂਗਣ ਤੇ ਜਿੱਥੇ ਭਾਈ ਪਟੀਆਂ ਉੱਥੇ ਦੇ ਕੈਡਟੇਂ ਕੀ ਵਾਯੂ ਸੈਨਾ ਦੀ ਤਰਫਾ ਸਿਖਲਾਈ ਦਿੱਤੀ ਜਾਗ ਬੰਨਿਆਲੇ ਤੇ ਸਮੁੰਦਰੀ ਇਲਾਕਿਆਂ ਦੀ ਆਪਦਾਂ ਕੰਨੇ ਨਿਭੜਨੇ ਲਈ ਇੱਕ ਸਿਖਲਾਈ ਸ਼ੁਦਾ ਅਮਲਾ ਮਿਲਗ ਨੌਜਵਾਨੇ ਕੀ ਸਸ਼ਸਤਰ ਬਲੇਂ ਚ ਭਵਿੱਖ ਬਣਾਉਣੇ ਲਈ ਜ਼ਰੂਰੀ ਮਹਾਰਤ ਵੀ ਮਿਲਗ ਮੇਰੇ ਪਿਆਰੇ ਦੇਸ਼ਵਾਸੀਓ ਪਿਛਲੇ ਬਰੇ ਲਾਲ ਕਿਲੇਪਰਾ ਮੈਂ ਆਖਿਆ ਹਾਂ ਜੇ ਪਿਛਲੇ 5 ਬਰੇ ਜ਼ਰੂਰਤਾਂ ਕੀ ਪੂਰਾ ਕਰਨੇ ਤੇ ਅਗਲੇ 5 ਬਰੇ ਮੇਦੇਂਗੀ ਪੂਰਾ ਕਰਨੇ ਦੇਨ ਪਿਛਲੇ 1 ਬਰੇ ਚ ਗਿਆ ਮੁਲਖ ਨੇ ਵੱਡੇ ਤੇ ਮਹੱਤਵਪੂਰਨ ਫੈਸਲੇ ਦੇ ਪੜਾਅ ਗੀ ਪਾਰ ਕਰ ਹੀ ਲੇਤਾ ਗਾਂਧੀ 150 ਪਰ ਭਾਰਤ ਨੇ ਗਰائیںਗੀ ਆਪਣੇ ਆਪੂ ਗੀ ਖੁੱਲੇ ਚ ਸੋਚ ਥਮਾ ਮੁਕਤ ਕੀਤਾ ਆਸਥਾ ਦੀ ਵਜ੍ਹਾ ਕਰੀ ਪ੍ਰਤਾੜਿਤ ਸ਼ਰਨਾਰਥੀਏ ਗੀ ਨਾਗਰਿਕਤਾ ਦੇਣੇ ਦਾ ਕਾਨੂੰਨ ਦਲਿਤੇ ਪਛੜੇ OBC ਲਈ एससी एसटी ओबीसी ਲਈ આરક્ષણ ਦੇ ਅਧਿਕਾਰ ਕੀ ਵਧਾਣੇ ਦੀ ਗੱਲ ਹੋਇ। ਅਸਮ ਤੇ ਤ੍ਰਿਪੁਰਾ ਚ ਇਤਿਹਾਸਿਕ ਸ਼ਾਂਤੀ ਸਮਝੌਤਾ ਹੋਇ। ਫੌਜ ਦੀ ਸਮੂਹਿਕ ਸ਼ਕਤੀ ਕੀ ਹੋਰ ਅਸਰਦਾਰ ਬਣਾਉਣੇ ਆਸਤਾ ਹੈ। ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਹੋਇ। ਕਰਤਾਰਪੁਰ ਸਾਹਿਬ ਲਾਂਗੇ ਦਾ ਰਿਕਾਰਡ ਸਮੇਂ ਚ ਨਿਰਮਾਣ ਹੋਇ। ਮੁਲਖ ਨੇ ਇਤਿਹਾਸ ਬਣਾਇਆ। ਇਤਿਹਾਸ ਬੰਦੇ ਦੇਖਿਆ। ਗੈਰ ਮਾਮੂਲੀ ਕੰਮ ਕਰੀਏ ਦੱਸਿਆ। 10 ਦਿਨ ਪਹਿਲੇ ਅਯੁੱਧਿਆ ਚ ਭਗਵਾਨ ਰਾਮ ਦੇ ਭਵਯ ਮੰਦਰ ਦਾ ਨਿਰਮਾਣ ਕੰਮ ਸ਼ੁਰੂ ਹੋਆ। ਰਾਮ ਜਨਮ ਭੂਮੀ ਦੇ ਸਦੀਆਂ ਪੁਰਾਣੇ ਵਿਸ਼ੇ ਦਾ ਰਮਾਨਦਾਰੀ ਕੰਨੇ ਅਲ ਨਿਕਲੀ ਗੇ ਦਾ ਹੈ। ਮੁਲਖ ਦੇ ਲੋਕਾਂ ਜਿਸ ਸਬਰ ਦੇ ਕੰਨੇ ਤੇ ਜਿਸ ਸਮਝਦਾਰੀ ਦੇ ਕੰਨੇ ਆਚਰਣ ਕੀਤਾ ਹੈ, ਵਿਵਹਾਰ ਕੀਤਾ ਹੈ, ਇਹ ਸਾਡੇ ਲਈ ਪ੍ਰੇਰਣਾ ਦੇਣ ਵਾਲਾ ਹੈ। ਰਮਾਨਦਾਰੀ, ਏਕਤਾ, ਸਤਭਾਵਨਾ, ਈਅਤੇ ਆਤਮ ਨਿਰਭਰ ਭਾਰਤ ਦੀ ਤਾਕਤ ਬਨਣੇ ਆਲੀ ਹੈ। ਈਮੇਲ ਜੋਲ ਈ ਸਦਭਾਵ ਭਾਰਤ ਦੇ ਉਜਵਲ ਭਵਿੱਖ ਦੀ ਗਰੰਟੀ ਹੈ ਇਸ ਸਦਭਾਵ ਦਾ ਕੰਨੇ ਅਸੀਂ ਅੱਗੇ ਵਧਣਾ ਹੈ ਵਿਕਾਸ ਦੇ ਇਸ ਮਹਾਜਾਗ ਵਿੱਚ ਹਰ ਹਿੰਦੁਸਤਾਨੀ ਨੇ ਆਪਣੀ ਕਿਛ ਨ ਕਿਛ ਆਹੂਤੀ ਦੇਣੀ ਹੈ ਇਸ ਦਹਾਕੇ ਚ ਭਾਰਤ ਨਵੀਂ ਨੀਤੀ ਤੇ ਨਵੀਂ ਰੀਤੀ ਦੇ ਕੰਨੇ ਅੱਗੇ ਵਧੋ ਜਿਸ ਲੈ ਮਾਮੂਲੀ ਕੰਨੇ ਕੰਮ ਨਹੀਂ ਚਲੋ ਊਣ ਹੁੰਦੀ ਹੈ ਚਲਦੀ ਹੈ ਦਾ ਸਮਾਂ ਚਲੀ ਗਿਆ ਹੈ ਅਸ ਦੁਨੀਆ 'ਚ ਕਿਸੇ ਕੋਲਾ ਘਟ ਨਹੀਂ ਅਸ ਸਭ ਨੇ ਥਮਾ ਉੱਪਰ ਰੌਣੇ ਦੀ ਕੋਸ਼ਿਸ਼ ਕਰਗੇ ਤੇ ਇਸ ਕਰੀ ਹੈ ਅਸ ਸਭ ਨੇ ਕੋਲਾ ਬਿਹਤਰ ਉਤਪਾਦਕ ਸਭ ਨੇ ਕੋਲਾ ਬਿਹਤਰ ਮਨੁੱਖੀ ਸੰਸਾਧਨ ਸਭ ਨੇ ਕੋਲਾ ਬਿਹਤਰ ਪ੍ਰਸ਼ਾਸਨ ਅਰ ਚੀਜ਼ 'ਚ ਸਭ ਨੇ ਸ਼ਾ ਬਿਹਤਰ ਦੇ ਲਕਸ਼ੇ ਕੀ ਲਈ ਹੈ ਆਜ਼ਾਦੀ ਦੇ 75 ਬਰੇ ਲਈ ਅਸੀਂ ਅੱਗੇ ਵਧਣਾ ਹੈ ਅਸ ਸਭ ਨੇ ਥਮਾ ਉੱਪਰ ਰੌਣੇ ਦੀ ਕੋਸ਼ਿਸ਼ ਕਰਗੇ ਤੇ ਇਸ ਕਰੀ ਹੈ ਅਸ ਸਭਨੇ ਕੋਲਾ ਬਿਹਤਰ ਉਤਪਾਦਕ ਸਭਨੇ ਕੋਲਾ ਬਿਹਤਰ ਮਨੁੱਖੀ ਸੰਸਾਧਨ ਸਭਨੇ ਕੋਲਾ ਬਿਹਤਰ ਪ੍ਰਸ਼ਾਸਨ ਅਰ ਚੀਜ਼ ਚ ਸਭਨੇ ਸ਼ਾ ਬਿਹਤਰ ਦੇ ਲਕਸ਼ੇ ਕੀ ਲਈ ਹੈ ਆਜ਼ਾਦੀ ਦੇ 75 ਬਰਾਂ ਲਈ ਅਸੀਂ ਅੱਗੇ ਵਧਣਾ ਸਾੜੀ ਨੀਤੀਆਂ ਸਾੜੀ ਪ੍ਰਕਿਰਿਆ ਸਾੜੇ ਉਤਪਾਦ ਸਭ ਕੁਛ ਉੱਤਮ ਕੋਲਾ ਉੱਤਮ ਹੋਣ ਬਿਹਤਰੀਨ ਹੋਣ ਤਾਂਗੇ ਇੱਕ ਭਾਰਤ ਸ਼੍ਰੇਸ਼ਟ ਭਾਰਤ ਦੀ ਪਰਿਕਲਪਨਾ ਸਕਾਰੋਗ ਅੱਜ ਅਸੀਂ ਕੀ ਫੀ ਇੱਕ ਵਾਰੀ ਸੰਕਲਪ ਲੈਣ ਦੀ ਲੋੜ ਹੈ ਇਹ ਸੰਕਲਪ ਆਜ਼ਾਦੀ ਆਸਥਾ ਬਲੀਦਾਨ ਦੇਣ ਵਾਲੇ ਦੇ ਸੁਖਨੇਗੀ ਪੂਰਾ ਕਰਨੇ ਦਾ ਹੋਇਆ ਹੈ ਇਹ ਸੰਕਲਪ 130 ਕਰੋੜ ਦੇਸ਼ ਵਾਸੀ ਆਸਥਾ ਹੋਇਆ ਹੈ ਇਹ ਸੰਕਲਪ 490 ਪੀੜ੍ਹੀਆਂ ਆਸਥਾ ਹੋਇਆ ਹੈ ਉਹਦੇ ਉਜਵਲ ਭਵਿਖ ਹਾਸਤਾ ਹੋਇਆ ਹੈ ਇਹ ਸੰਕਲਪ ਆਤਮ ਨਿਰਭਰ ਭਾਰਤ ਆਸਤਾ ਹੋਇਆ ਅਸੀਂ ਕੀ ਸਗੰਧ ਲੈਣੀ ਹੋਗ ਅਸੀਂ ਕੀ ਪ੍ਰਣ ਪਾਣਾ ਹੋਗ ਜੇ ਅਸੀਂ ਆਯਾਤ ਕੀ ਘਟ ਕੋਲਾ ਘਟ ਕਰਨੇ ਦੀ ਦਿਸ਼ਾ ਚ ਯੋਗਦਾਨ ਦੇਗੇ ਅਸੀਂ ਆਪਣੇ ਲਘੂ ਉਦਯੋਗਾਂ ਕੀ ਸਸ਼ਕਤ ਕਰਗੇ ਅਸ ਸਭੈ ਲੋਕਲ ਆਸਤਾ ਵੋਕਲ ਬਣ ਗਏ ਤੇ ਅਸ ਮਤਾ ਇਨੋਵੇਟ ਕਰਗੇ ਤੇ ਅਸ ਸਸ਼ਕਤ ਕਰਗੇ ਆਪਣੇ ਨੌਜਵਾਨੇਂ ਕੀ ਮਹਿਲਾਇਂ ਕੀ ਆਦੀਵਾਸੀਏਂ ਕੀ ਦਿਵਿਆਂਗੇਂ ਕੀ ਦਲਿਤੇਂ ਕੀ ਗਰੀਬੇਂ ਕੀ ਗਰਾਂਗੇਂ ਕੀ ਪਛੜੇਂਗੀ ਅਰਕੁਸੇਗੀ ਅੱਜ ਭਾਰਤ ਨਾ ਹੈ ਮਾਮੂਲੀ ਗਤੀ ਕੰਨੇ ਨਾ ਮੁਮਕਿਨ ਕੀ ਮੁਮਕਿਨ ਕੀਤਾ ਹੈ ਇਸੈ ਇਛਾ ਸ਼ਕਤੀ ਇਸੈ ਲਗਨ ਇਸੈ ਜਜ਼ਬੇ ਦੇ ਕੰਨੇ ਅਰ ਇੱਕ ਭਾਰਤ ਵਾਸੀ ਕੀ ਅੱਗੇ ਵਧਣਾ ਹੈ ਬਰਾ 2022 ਸਾਢੇ ਆਜ਼ਾਦੀ ਦੇ 75 ਬਰੇ ਦਾ ਪਰਵ ਊਣ ਬਸ ਆਈ ਗਿਆ ਗਿਆ ਅਸੀਂ ਛੜਾ ਇੱਕ ਕਦਮ ਦੂਰ ਆ ਅਸੀਂ ਦਿਨ ਰਾਤ ਇੱਕ ਕਰੀ ਦੇਣਾ ਇਕਵੀ ਸਦੀ ਦਾ ਇਹ ਤਰੀਆ ਦਾਕਾ ਸਾਢੇ ਸੁਖਨੇਗੀ ਪੂਰਾ ਕਰਨੇ ਦਾ ਦਾਕਾ ਪੋਣਾ ਲੋਟਚਦਾ ਕਰੋਨਾ ਵੱਡੀ ਵਿਪਤਾ ਹੈ ਪਰ ਇੰਨੀ ਵੱਡੀ ਨਹੀਂ ਜੇ ਆਤਮ ਨਿਰਭਰ ਭਾਰਤ ਦੀ ਵਿਜੇ ਯਾਤਰਾ ਕੀ ਉਹ ਰੋਕੀ ਦੇ ਹੈ ਮੈਂ ਦੇਖੀ ਸਕਣਾ ਮੈਂ ਦੇਖੀ ਸਕਣਾ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਇੱਕ ਨਵੇਂ ਆਤਮ ਵਿਸ਼ਵਾਸ ਦਾ ਉਦੇ ਇੱਕ ਨਵੇਂ ਆਤਮ ਨਿਰਭਰ ਭਾਰਤ ਦਾ ਸ਼ੰਖਨਾਦ ਇੱਕ ਵਾਰੀ ਫੀ ਤੁਸੀਂ ਸਭਨੇਗੀ ਆਜ਼ਾਦੀ ਦੇ ਤਿਹਾਰੇ ਦੀ ਮਤੀਆਂ ਮਤੀਆਂ ਸ਼ੁਭਕਾਮਨਾ ਆਓ ਮੇਰੇ ਕੰਨੇ ਦੋਨੇ ਹੱਥ ਉੱਪਰ ਕਰੀਐ ਪੂਰੀ ਤਾਕਤ ਕੰਨੇ ਬੋਲੋ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ One day, one day, Jane.